ਤੇ ਦੋਸਤੋ ਜਿਵੇਂ ਕਿ ਆਪਣਾ ਅੱਜ ਦਾ ਟੌਪਿਕ ਹੈ ਕਿ ਪੰਜਾਬੀ ਪਟਕਥਾ ਮਸਲੇ ਤੇ ਸੰਭਾਵਨਾ। ਜੇ ਆਪਾਂ ਅੱਜ ਦੇ ਦੌਰ ਨੂੰ ਦੇਖੀਏ ਤਾਂ ਅੱਜ ਦਾ ਦੌਰ ਤਸਵੀਰ ਦਾ ਦੌਰ ਹੈ ਤੇ ਸਾਡੇ ਆਲੇ ਦੁਆਲੇ ਲੱਖਾਂ ਤਸਵੀਰਾਂ ਨੇ ਤੇ ਜਿਹਨਾਂ ਨੂੰ ਅਸੀਂ ਦੇਖਦੇ ਹਾਂ ਤਸਵੀਰਾਂ ਸਾਡੇ ਇਰਦ ਗਿਰਦ ਨੇ ਤੇ ਇੰਨਾ ਕੁ ਮਨੁੱਖ ਉਹਨਾਂ ਤਸਵੀਰਾਂ ਦੇ ਨਾਲ ਘਿਰ ਚੁੱਕਿਆ ਹੈ ਕਿ ਉਹਨਾਂ ਤਸਵੀਰਾਂ ਨੇ ਹੌਲੀ ਹੌਲੀ ਇੱਕ ਪ੍ਰਕਾਰ ਦਾ ਖੂਹ ਸਾਡੇ ਆਲੇ ਦੁਆਲੇ ਉਸਾਰ ਦਿੱਤਾ ਤੇ ਉਹ ਖੂਹ ਇਸ ਤਰ੍ਹਾਂ ਦਾ ਹੈ ਕਿ ਉਸ ਤੋਂ ਅਸੀਂ ਬਾਹਰ ਜਾ ਕੇ ਦੇਖ ਨਹੀਂ ਸਕਦੇ। ਤਸਵੀਰਾਂ ਸਾਨੂੰ ਖੁਦ ਦਿਖਾਉਂਦੀਆਂ ਨੇ ਕਿ ਤੁਸੀਂ ਕੀ ਦੇਖਣਾ। ਮੇਰੀ ਮੁਰਾਦ ਤੁਸੀਂ ਸਮਝ ਗਏ ਹੋਵੋਗੇ ਕਿ ਅੱਜ ਦਾ ਦੌਰ ਕਿਹੜਾ ਗਾ ਕਿ ਕਿਵੇਂ ਸਾਡੇ ਆਲੇ ਦੁਆਲੇ ਤਸਵੀਰ ਨੇ ਇੱਕ ਗਲਵਾ ਖੜਾ ਕਰ ਲਿਆ। ਤੁਹਾਨੂੰ ਸਾਰਿਆਂ ਨੂੰ ਯਾਦ ਹੋਗਿਆ ਕਿ ਪ੍ਰਾਪਤ ਸਮੇਂ ਦੇ ਵਿੱਚ ਜਦੋਂ ਖੂਹ ਪੱਟੇ ਜਾਂਦੇ ਸੀ ਤਾਂ ਜਿਹੜਾ ਖੂਹ ਸਿਆਣਿਆਂ ਦੇ ਲੋੜ ਦੇ ਅਨੁਸਾਰ ਨੀਚੇ ਨੂੰ ਜਾਂਦਾ ਸੀ ਤੇ ਅੱਜ ਦਾ ਇਹ ਤਸਵੀਰਾਂ ਦਾ ਜੋ ਕਹਿ ਲਓ ਖੂਹ ਹੈ ਉਹ ਸਾਡੇ ਉੱਪਰ ਨੂੰ ਜਾ ਰਿਹਾ, ਅਸੀਂ ਉੱਥੇ ਖੜੇ ਹਾਂ ਤੇ ਇਹਨਾਂ ਨੇ ਦੇਖਣਾ ਕਿ ਸਾਨੂੰ ਕੀ ਦਿਖਾਉਣਾ ਤੇ ਕਿੰਨਾ ਦਿਖਾਉਣਾ ਕਿਵੇਂ ਦਿਖਾਉਣਾ। ਤੇ ਤਸਵੀਰ ਸਿਨੇਮਾ ਦੇ ਮਸਲੇ ਤੇ ਸਾਡੇ ਸਤਿਕਾਰਯੋਗ ਵਿਸ਼ੇਸ਼ਜ੍ਞ ਸਾਡੇ ਵਰਮਾ ਜੀ ਤੇ ਆਪਣੇ ਸਾਡੇ ਨਿਗਰਾਨ ਇਸ ਸੈਸ਼ਨ ਦੇ ਡਾਕਟਰ ਗੁਰਮੁਖ ਜੀ ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਬਹੁਤ ਵਧੀਆ ਇਹਨਾਂ ਗੱਲਾਂ ਨੂੰ ਡਿਫਾਈਨ ਕੀਤਾ ਉਹਨਾਂ ਨੇ ਤੇ ਅਸੀਂ ਉਸੇ ਤਸਵੀਰ ਦੇ ਮਸਲਿਆਂ ਨੂੰ ਲੈ ਕੇ ਕਿ ਉਹ ਤਸਵੀਰ ਦੇ ਮਨ ਦੇ ਵਿੱਚ ਪਹਿਲਾਂ ਜਦੋਂ ਇੱਕ ਪਟਕਥਾ ਲੇਖਕ ਹੁੰਦਾ ਹੈ ਕਿ ਉਹ ਤਸਵੀਰ ਪਹਿਲਾਂ ਉਹਦੇ ਮਨ ਦੇ ਉੱਤੇ ਛਪਦੀ ਹੈ। ਜਦੋਂ ਤਸਵੀਰ ਇੱਕ ਪਟਕਥਾ ਲੇਖਕ ਦੇ ਮਨ ਦੇ ਉੱਤੇ ਛਪਦੀ ਹੈ ਤਾਂ ਉਹ ਸ਼ਬਦਾਂ ਦੇ ਜ਼ਰੀਏ ਉਸ ਨੂੰ ਕਾਗਜ਼ ਤੇ ਉਤਾਰਦਾ ਹੈ ਤੇ ਉਸ ਤੋਂ ਬਾਅਦ ਫਿਰ ਇੱਕ ਡਾਇਰੈਕਟਰ ਉਸ ਨੂੰ ਆਪਣੀ ਕੈਮਰੇ ਦੀ ਅੱਖ ਦੇ ਜ਼ਰੀਏ ਸਾਡੇ ਸਾਹਮਣੇ ਪਰਦੇ ਤੇ ਖੜੀ ਕਰ ਦਿੰਦਾ ਹੈ ਤੇ ਉਹੀ ਤਸਵੀਰ ਫਿਰ ਅਸੀਂ ਦੇਖਦੇ ਹਾਂ ਤੇ ਤਸਵੀਰਾਂ ਮਨੁੱਖ ਨੂੰ ਇਸ ਕਦਰ ਪ੍ਰਭਾਵਿਤ ਕਰ ਰਹੀਆਂ ਨੇ ਕਿ ਉਹ ਉਹਨਾਂ ਨੂੰ ਇਕੱਲਤਾ ਦਾ ਅਹਿਸਾਸ ਤੱਕ ਨਹੀਂ ਹੋਣ ਦੇ ਰਹੀਆਂ ਤੇ ਹਰ ਮਨੁੱਖ ਨੂੰ ਇਕੱਲਤਾ ਦਾ ਅਹਿਸਾਸ ਹੋਣ ਤੋਂ ਜ਼ਿਆਦਾ ਭਰਪੂਰਤਾ ਦਾ ਅਹਿਸਾਸ ਕਰਾਉਂਦਾ। ਡਾਕਟਰ ਗੁਰਮੁਖ ਜੀ ਇਹਨਾਂ ਗੱਲਾਂ ਦਾ ਵੇਰਵਾ ਆਪਣੀਆਂ ਕਿਤਾਬਾਂ ਦੇ ਵਿੱਚ ਬਾਖੂਬੀ ਦਿੰਦੇ ਹੈ ਤੇ ਇਸ ਮਸਲਿਆਂ ਨੂੰ ਲੈ ਕੇ ਕਿ ਸਾਡੇ ਕੀ ਮਸਲੇ ਨੇ, ਕਿਵੇਂ ਤਸਵੀਰਾਂ ਸਾਨੂੰ ਪ੍ਰਭਾਵਿਤ ਕਰ ਰਹੀਆਂ ਨੇ, ਤਸਵੀਰ ਇੱਕ ਪਟਕਥਾ ਲੇਖਕ ਦੀ ਕਲਮ ਦੇ ਰਾਹੀਂ ਕਿਵੇਂ ਉਸਦੇ ਮਨ ਤੋਂ ਕਾਗਜ਼ਾਂ ਤੇ ਉਤਰਦੀ ਹੈ ਤੇ ਉਸ ਤੋਂ ਬਾਅਦ ਸਾਡੇ ਤੱਕ ਕਿਵੇਂ ਪਹੁੰਚਦੀ ਹੈ, ਤਸਵੀਰ ਸਾਨੂੰ ਕਿਵੇਂ ਦਿਖਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਡਾਇਰੈਕਟਰ ਦੀ ਅੱਖ ਦੇ ਨਾਲ ਤਸਵੀਰ ਕਿਵੇਂ ਬਦਲਦੀ ਹੈ ਤੇ ਫਿਰ ਉਸ ਤੋਂ ਬਾਅਦ ਜਦੋਂ ਉਹਦਾ ਹਾਰ ਸ਼ਿੰਗਾਰ ਹੁੰਦਾ ਹੈ, ਉਹਦੀ ਐਡੀਟਿੰਗ, ਡਬਿੰਗ, ਮਿਕਸਿੰਗ ਸਾਰਾ ਕੁਝ ਹੁੰਦਾ ਤੇ ਆਉਂਦੀ ਆਉਂਦੀ ਪਰਦੇ ਤੇ ਇੰਨੀ ਵਿਸ਼ਾਲ ਤਸਵੀਰ ਹੋ ਜਾਂਦੀ ਹੈ ਕਿ ਅਸੀਂ ਉਸ ਨੂੰ ਦੇਖਦੇ ਦੇਖਦੇ ਮੰਤਰ ਮੁਗਧ ਹੋ ਜਾਂਦੇ। ਇਹਨਾਂ ਸਾਰੇ ਮਸਲਿਆਂ ਨੂੰ ਅੱਜ ਆਪਾਂ ਇਸ ਸੈਸ਼ਨ ਦੇ ਵਿੱਚ ਡਿਸਕਸ ਕਰਾਂਗੇ। ਸਾਡੇ ਸਤਿਕਾਰਯੋਗ ਲੇਖਕ ਸਾਡੇ ਦਰਮਿਆਨ ਨੇ, ਉਹਨਾਂ ਤਸਵੀਰਾਂ ਦੇ ਜੋ ਘਾੜੇ ਨੇ ਜੋ ਉਹਨਾਂ ਨੂੰ ਘੜਦੇ ਨੇ ਤੇ ਉਹਨਾਂ ਤਸਵੀਰਾਂ ਦਾ ਵਿਸ਼ਲੇਸ਼ਣ ਕਰਨ ਵਾਲੇ ਵਿਸ਼ੇਸ਼ਕ ਵੀ ਸਾਡੇ ਵਿਚਕਾਰ ਬੈਠੇ ਨੇ। ਸੋ ਇਸ ਸੈਸ਼ਨ ਦੇ ਵਿੱਚ ਆਪਾਂ ਪਹਿਲਾਂ 10-10 ਮਿੰਟ ਸਾਡੇ ਜਿਹੜੇ ਪੈਨਲਿਸਟ ਨੇ ਉਹਨਾਂ ਨੂੰ ਸੁਣਦੇ ਹਾਂ ਕਿ ਉਹਨਾਂ ਦੇ ਅੰਦਰ ਬੈਠਾ ਲੇਖਕ ਉਹਨਾਂ ਤਸਵੀਰਾਂ ਬਾਰੇ ਕੀ ਸੋਚਦਾ ਹੈ, ਕੀ ਮਹਿਸੂਸ ਕਰਦਾ ਹੈ ਤੇ ਕਿਵੇਂ ਤਸਵੀਰਾਂ ਨੂੰ ਘੜ ਕੇ ਸਾਡੇ ਤੱਕ ਪਹੁੰਚਾਉਂਦਾ ਹੈ ਤੇ ਫਿਰ ਉਸ ਤੋਂ ਬਾਅਦ ਪਹਿਲਾ ਅੱਧਾ ਘੰਟਾ ਅਸੀਂ 10-10 ਮਿੰਟ ਸਾਡੇ ਲੇਖਕਾਂ ਨੂੰ ਸੁਣਨ ਤੋਂ ਬਾਅਦ ਅਗਲਾ 1 ਘੰਟਾ ਅਸੀਂ ਸਵਾਲ ਜਵਾਬ ਲਈ ਰੱਖਾਂਗੇ ਤਾਂ ਜੋ ਅਸੀਂ ਇਸ ਸਾਰੇ ਸਵਾਲਾਂ ਦਾ ਜਵਾਬ ਸਾਨੂੰ ਵੀ ਮਿਲ ਜਾਏ ਤੇ ਅਸੀਂ ਉਹਨਾਂ ਸਵਾਲਾਂ ਤੱਕ ਅੱਪੜ ਵੀ ਜਾਈਏ, ਸਮਝ ਵੀ ਜਾਈਏ ਕਿਉਂਕਿ ਤਸਵੀਰਾਂ ਜਿੰਨੀਆਂ ਸਾਨੂੰ ਦਿਸਦੀਆਂ ਨੇ
ਉਸ ਤੋਂ ਕਿਤੇ ਜ਼ਿਆਦਾ ਸਾਡੇ ਉਹਨਾਂ ਨਾਲ ਸੰਬੰਧ ਹੁੰਦੇ ਨੇ। ਤਸਵੀਰ ਦਾ ਸੰਬੰਧ ਕੇਵਲ ਅੱਖਾਂ ਨਾਲ ਨਹੀਂ ਹੁੰਦਾ, ਸਾਡੀਆਂ ਗਿਆਨ ਇੰਦਰੀਆਂ ਨਾਲ ਹੋਰ ਭਾਗਾਂ ਨਾਲ ਵੀ ਜੁੜਿਆ ਹੁੰਦਾ ਹੈ ਕਿ ਤਸਵੀਰ ਆਈ ਕਿੱਥੋਂ, ਕਿਵੇਂ ਆ, ਇਹ ਤਸਵੀਰ ਹੀ ਕਿਉਂ ਬਣੀ। ਸੋ ਇਹ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਅਸੀਂ ਸਾਡੇ ਇਸ ਸੈਸ਼ਨ ਦੇ ਨਿਗਰਾਨ ਡਾਕਟਰ ਗੁਰਮੁਖ ਜੀ ਨੂੰ ਗੁਜ਼ਾਰਿਸ਼ ਕਰਾਂਗੇ ਉਹ ਇਸ ਪ੍ਰੋਗਰਾਮ ਦੀ ਰੂਪ ਰੇਖਾ ਤੁਹਾਡੇ ਨਾਲ ਸਾਂਝੀ ਕਰਨ ਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੀ ਅੱਗੇ ਦੇ। ਡਾਕਟਰ ਗੁਰਮੁਖ ਜੀ, ਮੇਰੇ ਖਿਆਲ ਪ੍ਰਗਟ ਤੁਸੀਂ ਕਰ ਦਿੱਤੀ ਹੈ ਰੂਪ ਰੇਖਾ, ਅਤੇ ਮੈਂ ਵਕਤ ਨਹੀਂ ਲੈਣਾ ਹੈਗਾ ਕਿਉਂਕਿ ਜਿਹੜੇ ਆਪਣੇ ਕੋਲ ਸਨਮਾਨਿਤ ਸ਼ਖਸੀਅਤਾਂ ਬਾਹਰੋਂ ਆਈਆਂ ਨੇ, ਸਾਡੇ ਟੀਚਰ ਬੈਠੇ ਨੇ, ਉਹ ਉਹਨਾਂ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ। ਜੇ ਵਿੱਚ ਕੋਈ ਲੋਟ ਸਮਝੀ ਫਿਰ ਮੈਂ ਦਖਲ ਅੰਦਾਜ਼ੀ ਕਰੂੰਗਾ, ਨਹੀਂ ਤਾਂ ਆਪਾਂ ਪੈਨਲਿਸਟ ਤੋਂ ਸੁਣਦੇ ਹਾਂ। ਮੇਰੇ ਖਿਆਲ ਪਹਿਲਾਂ ਡਾਕਟਰ ਸਾਹਿਬ ਤੁਸੀਂ ਬੋਲੋਗੇ। ਬਹੁਤ ਬਹੁਤ ਸ਼ੁਕਰੀਆ ਮੇਰੇ ਬਹੁਤ ਹੀ ਪਿਆਰੇ ਅਜ਼ੀਜ਼, ਅਤੇ ਗੱਲ ਸ਼ੁਰੂ ਕਰਨ ਲਈ ਮੈਨੂੰ ਚੰਨ ਪਰਦੇਸੀ ਦਾ ਆਖਰੀ ਡਾਇਲੋਗ ਯਾਦ ਆਇਆ ਕਿ ਜਦੋਂ ਹੀਰੋਇਨ ਨੂੰ ਉਹਦਾ ਪਤੀ ਵੀ ਮਿਲ ਜਾਂਦਾ, ਪੁੱਤਰ ਵੀ ਮਿਲ ਜਾਂਦਾ, ਫਿਰ ਉਹ ਕਹਿੰਦੀ ਇੱਕ ਹੱਥ ਮੇਰੇ ਪੁੱਤ ਨੇ ਫੜਿਆ, ਇੱਕ ਮੇਰੇ ਕੰਤ ਨੇ, ਜੇ ਰੱਬਾ ਤੈਨੂੰ ਭੁੱਲ ਵੀ ਜਾਵਾਂ ਤਾਂ ਮੈਨੂੰ ਮਾਫ਼ ਕਰੀ। ਅਤੇ ਮੇਰੇ ਇੱਧਰ ਰਾਣਾ ਬੈਠਾ, ਇੱਧਰ ਗੁਰਮੁਖ ਬੈਠਾ, ਜੇ ਰੱਬ ਕੋਈ ਹੁੰਦਾ ਭਰਾਵਾ ਤੈਨੂੰ ਮੈਂ ਭੁੱਲ ਜਾਵਾਂ ਤੈਨੂੰ ਮਾਫ਼ ਕਰਦੀ ਹਾਂ। ਪਿਆਰੇ ਬੱਚੋ, ਜਸ ਗਰੇਵਾਲ, ਰਾਣਾ ਰਣਵੀਰ, ਇਹ ਦੋਨੋਂ ਸਾਡੀ ਸਿਨੇਮਾ ਇੰਡਸਟਰੀ ਦੇ ਬਹੁਤ ਵੱਡੇ ਲੇਖਕ ਨੇ ਜਿਨ੍ਹਾਂ ਨੇ ਨਵੇਂ ਸਿਨੇਮਾ ਨੂੰ ਆਪਣੀ ਕਲਮ ਦੇ ਰਾਹੀਂ ਜ਼ਬਾਨ ਦਿੱਤੀ ਹੈ। ਗੁਰਮੁਖ ਸਿਨੇਮਾ ਦੇ ਵਿਸ਼ਲੇਸ਼ਕ ਨੇ ਅਤੇ ਤੁਸੀਂ ਸਾਰੇ ਜਾਗਰੂਕ ਵਿਦਿਆਰਥੀ ਬੈਠੇ ਹੋ। ਮੈਂ ਦੋ ਚਾਰ ਬੁਨਿਆਦੀ ਗੱਲਾਂ ਕਰਨੀਆਂ, ਉਸ ਤੋਂ ਬਾਅਦ ਆਪਾਂ ਇਹਨਾਂ ਦੀਆਂ ਗੱਲਾਂ ਜ਼ਿਆਦਾ ਸੁਣਾਂਗੇ। ਹਿੰਦੁਸਤਾਨ ਵਿੱਚ ਜਦੋਂ ਸਿਨੇਮਾ ਸ਼ੁਰੂ ਹੋਇਆ, ਆਹ ਖਾਸ ਕਰ ਜਿਹੜਾ ਸਾਡਾ ਟੋਪਿਕ ਪਟਕਥਾ ਲੇਖਣ ਹੈ, ਮੈਂ ਜਸ ਨੂੰ ਅਤੇ ਰਾਣੇ ਨੂੰ ਦੱਸਦਿਆਂ ਜੇ ਜਾਣਕਾਰੀ 'ਚ ਨਾ ਹੋਵੇ ਕਿ ਅਸੀਂ ਪੰਜਾਬੀ ਡਿਪਾਰਟਮੈਂਟ ਦੇ ਵਿੱਚ ਅੱਜ ਕੱਲ੍ਹ ਪਟਕਥਾ ਲੇਖਣ ਵੀ ਪੜ੍ਹਾਉਂਦੇ ਹਾਂ। ਅਸੀਂ ਇੱਕ ਆਪਸ਼ਨ ਸ਼ੁਰੂ ਕੀਤੀ ਹੈ ਪਟਕਥਾ ਲੇਖਣ ਜੋ ਮੈਂ ਪੜ੍ਹਾ ਰਿਹਾ, ਇੱਕ ਟਰਾਂਸਲੇਸ਼ਨ ਸ਼ੁਰੂ ਕੀਤੀ ਹੈ ਇਸ ਵਾਸਤੇ ਕਿ ਹੁਣ ਸਿਰਫ ਕਵਿਤਾ ਕਹਾਣੀ ਪੜ੍ਹਨ ਦੀ ਲੋੜ ਨਹੀਂ, ਸਾਨੂੰ ਇਹਦੇ ਨਾਲ ਨਵੇਂ ਡਿਸਿਪਲਿਨ ਵੀ ਪੜ੍ਹਨੇ ਪੈਣਗੇ, ਅਤੇ ਸਾਡੇ ਹਰ ਸਾਲ ਬੱਚੇ ਇਸ ਦੇ ਵਿੱਚ ਕੰਮ ਕਰਦੇ ਨੇ। ਪਟਕਥਾ ਲੇਖਣ ਜੋ ਸਿਨੇਮਾ ਲਈ ਲਿਖੀ ਜਾਂਦੀ ਹੈ, ਉਹਦੇ ਵਿੱਚ ਇੱਕ ਦੋ ਬੁਨਿਆਦੀ ਗੱਲਾਂ ਜਿਹੜੇ ਨਵੇਂ ਬੱਚੇ ਬੈਠੇ ਸਮਝਾਉਣੀਆਂ ਜ਼ਰੂਰੀ ਨੇ ਕਿ ਪੂਰੀ ਦੁਨੀਆ ਦੇ ਵਿੱਚ ਪਟਕਥਾ ਸਨੋਨੀਮਸ ਹੈ ਸਕ੍ਰਿਪਟ ਦਾ। ਫਿਲਮ ਦੀ ਸਕ੍ਰਿਪਟ ਇਜ਼ ਕਾਲਡ ਪਟਕਥਾ। ਪਟ ਯਾਨੀ ਪਰਦਾ, ਗੂੰਗਟ ਕੇ ਪਟ ਖੋਲ ਤੁਝੇ ਪੀਆ ਮਿਲੇਂਗੇ, ਪਰਦੇ 'ਤੇ ਜੋ ਲਿਖਿਆ ਜਾਂਦਾ। ਰਾਜਸਥਾਨ ਦੇ ਵਿੱਚ ਇੱਕ ਲੋਕ ਨਾਟ ਦੀ ਫੋਰਮ ਹੈ, ਉਹਨੂੰ ਫੜ ਕਹਿੰਦੇ ਆ, ਫੜ। ਉਹਦੇ ਹੀ ਬੁਨਿਆਦ ਵੀ ਪਟ ਹੀ, ਉਹ ਪਟ ਤੋਂ ਹੀ ਸ਼ਬਦ ਵਿਗੜ ਕੇ ਫੜ ਬਣਿਆ ਕਿ ਇੱਕ ਬੰਦਾ ਜ਼ਬਾਨੀ ਕਥਾ ਸੁਣਾਉਂਦਾ ਅਤੇ ਨਾਲ ਉਹਦੇ ਕੋਲ ਤਸਵੀਰਾਂ ਹੁੰਦੀਆਂ ਅਤੇ ਉਹ ਤਸਵੀਰਾਂ ਘੁਮਾਈ ਜਾਂਦਾ ਜੋ ਜੋ ਦ੍ਰਿਸ਼ ਆਉਂਦਾ, ਉਹ ਵੀ ਇੱਕ ਕਿਸਮ ਦਾ ਸਿਨੇਮਾ। 12 ਮਨ ਕੀ ਧੋਬਨ ਤੁਸੀਂ ਨਾ ਸੁਣਿਆ ਹੋਵੇਗਾ, ਉਹ ਵੀ ਇੱਕ ਸਿਨੇਮਾ ਹੈ ਕਿ ਜਿੱਥੇ ਤੁਸੀਂ ਫਿਲਮਾਂ ਘੁੰਮਦੀਆਂ ਦੇਖਦੇ ਹੋ। ਇਸੇ ਤਰ੍ਹਾਂ 19ਵੀਂ ਸਦੀ ਦੇ ਅਖੀਰ ਵਿੱਚ ਸਿਨੇਮਾ ਸ਼ੁਰੂ ਹੋਇਆ ਸੀ। ਬਹੁਤੀ ਹਿਸਟਰੀ ਦੀ ਗੱਲ ਨਹੀਂ ਕਰਨੀ, ਸਿਰਫ ਮੈਂ ਪਟਕਥਾ ਲੇਖਣ ਦੇ ਬਾਰੇ ਬੁਨਿਆਦੀ ਇੱਕ ਸਪਸ਼ਟ ਕਲੀਅਰ ਕਰਨਾ ਸਪਸ਼ਟ ਕਰਨਾ ਚਾਹੁੰਦਾ ਕਿ ਜਦੋਂ ਵੀ ਦੁਨੀਆਂ ਵਿੱਚ ਕਿਸੇ ਵੀ ਭਾਸ਼ਾ, ਚਾਹੇ ਉਹ ਹਾਲੀਵੁੱਡ ਦਾ ਸਿਨੇਮਾ ਹੋਵੇ ਜਾਂ ਜਿੰਨਾ ਬਹੁਤ ਵਿਕਸਿਤ ਦੇਸ਼ਾਂ ਦਾ ਸਿਨੇਮਾ ਹੈ, ਉਸ ਵਿੱਚ ਕੰਪਲੀਟ ਸਕ੍ਰਿਪਟ ਜਿਹੜੀ ਹੈ ਉਹਦੇ ਲਈ ਪਟਕਥਾ ਸ਼ਬਦ ਵਰਤਿਆ ਜਾਂਦਾ। ਪਰ ਸਾਡੀ ਇੰਡੀਅਨ ਫਿਲਮ ਇੰਡਸਟਰੀ ਦੇ ਵਿੱਚ ਪਟਕਥਾ ਪੂਰੀ ਸਕ੍ਰਿਪਟ ਦਾ ਇੱਕ ਪਾਰਟ ਸਕਰੀਨ ਪਲੇ ਵਾਸਤੇ ਵਰਤਿਆ ਜਾਂਦਾ। ਉਹਦਾ ਕਾਰਨ ਇਹ ਹੈ ਕਿ ਜਦੋਂ ਲਿਊਮਨਰ ਬ੍ਰਦਰਜ਼ ਨੇ ਸਿਨੇਮਾ ਸ਼ੁਰੂ ਕੀਤਾ ਤਾਂ 1913 ਵਿੱਚ ਪਹਿਲੀ ਮੂਕ ਫਿਲਮ ਬਣੀ ਸੱਤੇਵਾਦੀ ਹਰੀਸ਼ ਚੰਦਰ,
ਤਾਂ ਸਾਡੇ ਫਿਲਮਾਂ ਦੇ ਜੋ ਪ੍ਰੋਡਿਊਸਰ ਸੀ ਇਸ ਸਿਨੇਮਾ ਨੂੰ ਸ਼ੁਰੂ ਕਰਨ ਵਾਲੇ ਉਹ ਅੰਗਰੇਜ਼ ਸੀ, ਵਿਦੇਸ਼ੀ ਬੰਦੇ ਸੀ ਜਿਨ੍ਹਾਂ ਦਾ ਹਿੰਦੁਸਤਾਨ ਦੇ ਕਲਚਰ ਨਾਲ, ਇੱਥੋਂ ਦੀਆਂ ਕਹਾਣੀਆਂ ਨਾਲ ਕੋਈ ਰਾਬਤਾ ਨਹੀਂ ਸੀ। ਦੇਵਰ ਟੈਕਨੀਕਲੀ ਸਾਊਂਡ, ਲੇਕਿਨ ਫਿਲਮ ਬਣਾਈ ਜਾਵੇ ਉਸ ਵਿਸ਼ੇ 'ਤੇ, ਉਸ ਕਹਾਣੀ 'ਤੇ ਜੋ ਹਿੰਦੁਸਤਾਨ ਦੇ ਜਨ ਮਾਨਸ ਵਿੱਚ ਰਚੀ ਬਸੀ ਹੋਵੇ। ਇਸ ਲਈ ਇੱਕ ਬੰਦੇ ਦੀ ਲੋੜ ਪਈ ਜੋ ਕਹਾਣੀ ਲੇਖਕ ਹੋਏਗਾ, ਜੋ ਕਹਾਣੀ ਦੱਸੇਗਾ। ਇਸ ਲਈ ਸਾਡੀ ਪਹਿਲੀ ਫਿਲਮ ਸੱਤੇਵਾਦੀ ਹਰੀਸ਼ਚੰਦਰ ਬਣੀ। ਉਸ ਤੋਂ ਬਾਅਦ ਇੱਕ ਬੰਦੇ ਦੀ ਲੋੜ ਪਈ ਜੋ ਉਸ ਕਹਾਣੀ ਨੂੰ ਸਕਰੀਨ ਪਲੇਅ ਵਿੱਚ ਢਾਲੇਗਾ, ਕਿਉਂਕਿ ਸਿਨੇਮਾ ਦੇ ਵਿੱਚ ਜਿਵੇਂ ਤਸਵੀਰਾਂ ਦੀ ਗੱਲ ਕੀਤੀ, ਸਿਨੇਮਾ 'ਚ ਕਹਾਣੀ ਸੁਣਾਈ ਨਹੀਂ ਜਾਣੀ, ਉਹ ਬਿਰਤਾਂਤ ਨਹੀਂ ਹੈ, ਕਹਾਣੀ ਦਿਖਾਈ ਜਾਣੀ। ਜੇ ਕਹਾਣੀ ਦਿਖਾਈ ਜਾਣੀ ਉਹ ਦ੍ਰਿਸ਼ਾਂ ਦੇ ਵੀ ਦਿਖਾਈ ਜਾਣੀ ਹੈ। ਜੇ 2.5 ਘੰਟੇ ਦੀ ਫਿਲਮ ਹੈ, 3 ਘੰਟੇ ਦੀ ਫਿਲਮ ਹੈ, ਤਾਂ 80-85 ਦ੍ਰਿਸ਼ ਹੋਣਗੇ, ਉਹ ਦ੍ਰਿਸ਼ ਨਾਲ ਦ੍ਰਿਸ਼ ਜੁੜੇਗਾ ਅਤੇ ਕਹਾਣੀ ਸਾਡੇ ਕੋਲ ਆਏਗੀ। ਉਹਦੇ ਲਈ ਸ਼ਬਦ ਸੀ ਸਕਰੀਨ ਪਲੇ। ਉਸ ਤੋਂ ਬਾਅਦ ਇੱਕ ਅਜਿਹਾ ਬੰਦਾ ਚਾਹੀਦਾ ਸੀ ਜਿਹੜਾ ਉਸ ਭਾਸ਼ਾ ਦੇ ਫੋਕਲੋਰ ਨਾਲ ਜੁੜਿਆ ਹੋਵੇ, ਈਡੀਅਮ ਨਾਲ ਜੁੜਿਆ ਹੋਵੇ, ਜਿਹੜਾ ਉਹਦੇ ਡਾਇਲੋਗ ਲਿਖ ਸਕੇ। ਇਸ ਲਈ ਹਿੰਦੁਸਤਾਨ ਦੀ ਫਿਲਮ ਇੰਡਸਟਰੀ, ਜਿਹ 'ਚ ਪੰਜਾਬੀ ਵੀ ਸ਼ਾਮਿਲ ਹੈ, ਉਹ ਪਟਕਥਾ ਇਕੱਲੀ ਸਕਰੀਨ ਪਲੇ ਹੈ, ਲੇਕਿਨ ਕਹਾਣੀ ਲੇਖਕ, ਸਕਰੀਨ ਪਲੇ ਲੇਖਕ ਅਤੇ ਡਾਇਲੋਗ ਲੇਖਕ, ਇਹ ਤਿੰਨੇ ਰਲ ਕੇ ਸਕ੍ਰਿਪਟ ਬਣਦੀ ਹੈ। ਔਰ ਸਾਡੇ ਤਿੰਨਾਂ ਵਿੱਚੋਂ ਜਸ ਗਰੇਵਾਲ ਨੇ ਕੁਝ ਫਿਲਮਾਂ ਦੇ ਕੇਵਲ ਡਾਇਲੋਗ ਲਿਖੇ ਨੇ, ਕੁਝ ਫਿਲਮਾਂ ਦੇ ਇਹਨਾਂ ਨੇ ਸਟੋਰੀ, ਸਕਰੀਨ ਪਲੇ, ਡਾਇਲੋਗ ਤਿੰਨੇ ਲਿਖੇ ਨੇ। ਰਾਣੇ ਨੇ ਕਿਤੇ ਇਕੱਲੇ ਡਾਇਲੋਗ ਲਿਖੇ ਨੇ, ਕਿਤੇ ਪੂਰੀ ਫਿਲਮ ਲਿਖੀ ਹੈ। ਬਹੁਤ ਸਾਰੇ ਐਕਸਪਰਟ ਨੇ ਹੁਣ ਜੋ ਤਿੰਨੇ ਕੰਮ ਇਕੱਠੇ ਕਰਦੇ ਆ, ਕੰਪਲੀਟ ਸਕ੍ਰਿਪਟ ਲਿਖ ਸਕਦੇ ਆ। ਸੋ ਪਟਕਥਾ ਨੂੰ ਇਸ ਐਂਗਲ ਤੋਂ ਸਮਝਣ ਦੀ ਜ਼ਰੂਰਤ ਹੈ ਕਿ ਕੀ ਅਸੀਂ ਪਟਕਥਾ ਨੂੰ ਕੇਵਲ ਇੱਕ ਟੈਕਨੀਕਲ ਫੋਰਮ, ਕਿ ਉਹ ਪਟਕਥਾ ਹੋਵੇ, ਸਕਰੀਨ ਪਲੇ ਹੋਵੇ, ਦ੍ਰਿਸ਼ ਵੰਡ ਹੋਵੇ, ਕਿਉਂਕਿ ਪੂਨਾ ਇੰਸਟੀਚਿਊਟ ਦੇ ਵਿੱਚ ਮੈਨੂੰ ਹੁੰਦਾ ਨਹੀਂ ਪਤਾ, ਪੁਰਾਣੇ ਸਮਿਆਂ ਜਦੋਂ ਸਾਡੇ ਪਹਿਲੇ ਉੱਥੋਂ ਗ੍ਰੈਜੂਏਟ ਨਿਕਲੇ 75-76-77 ਦੇ ਵਿੱਚ, ਜੀ ਜਰਵਿੰਦਰ ਪੀਪਟ ਸ਼ਾਮਿਲ ਹੈ, ਮਨਮੋਹਨ ਸਿੰਘ ਜੀ ਸ਼ਾਮਿਲ ਨੇ, ਜਾਂ ਗੁਰਬੀਰ ਗਰੇਵਾਲ ਹੈ, ਇਹ ਸਾਰੇ ਜਿਹੜੀਆਂ ਸਪੈਸ਼ਲਾਈਜੇਸ਼ਨ ਲੈ ਕੇ ਆਏ, ਉਹਦੇ ਵਿੱਚ ਰਵਿੰਦਰ ਪੀਪਟ ਦੀ ਸਪੈਸ਼ਲਾਈਜੇਸ਼ਨ ਸਕਰੀਨ ਪਲੇ ਰਾਈਟਿੰਗ ਸੀ। ਸੋ ਇਸ ਐਂਗਲ ਤੋਂ ਜੋ ਸਾਡਾ ਪੰਜਾਬੀ ਦਾ ਸਿਨੇਮਾ ਹੈ, ਉਹਦੇ ਵਿੱਚ ਹੁਣ ਜੋ ਨਵਾਂ ਦੌਰ ਹੈ, ਮੈਨੂੰ 3 ਹਿੱਸਿਆਂ ਵਿੱਚ ਵੰਡ ਕੇ ਦੇਖਦਾ, ਬਲਕਿ 4 ਹਿੱਸਿਆਂ 'ਚ, ਇੱਕ 47 ਤੋਂ ਪਹਿਲਾਂ ਦੇ ਫਿਲਮਾਂ, 1936 ਵਿੱਚ ਪਹਿਲੀ ਫਿਲਮ ਬਣੀ, ਹੁਣ 34 ਦਾ ਹਵਾਲਾ ਵੀ ਮਿਲ ਗਿਆ, ਲੇਕਿਨ ਸਕ੍ਰਿਪਟ ਨਹੀਂ ਹੈ। 47 ਤੱਕ ਦਾ ਪਹਿਲਾ 11-12 ਸਾਲ ਦਾ ਸਿਨੇਮਾ, ਫਿਰ 47 ਤੋਂ ਲੈ ਕੇ 1966 ਤੱਕ ਦਾ ਸਿਨੇਮਾ ਜਦੋਂ ਨਵਾਂ ਪੰਜਾਬ ਬਣਿਆ, ਸਕ੍ਰਿਪਟ ਦੇ ਐਂਗਲ ਤੋਂ, ਪਟਕਥਾ ਦੇ ਐਂਗਲ ਤੋਂ। ਫਿਰ 66 ਤੋਂ ਬਾਅਦ ਜਦੋਂ ਪੰਜਾਬੀ ਸੂਬਾ ਬਣਿਆ, ਤਾਂ ਉਹਦੇ ਨਾਲ ਗ੍ਰੀਨ ਰੈਵੋਲਿਊਸ਼ਨ ਆਇਆ, ਮਸਨੂਈ ਇੱਕ ਤਰ੍ਹਾਂ ਦੀ ਅਮੀਰੀ ਆਈ, ਫਸਲਾਂ ਲਹਿਲਾਉਣ ਲੱਗੀਆਂ, ਜਿੱਥੋਂ ਵਰਿੰਦਰ ਪੈਦਾ ਹੋਇਆ, ਅਤੇ ਸਾਡਾ ਜੱਟਵਾਦ ਦਾ ਸਿਨੇਮਾ ਆਇਆ, ਅਤੇ ਵਰਿੰਦਰ ਦੇ ਸਿਨੇਮਾ ਨੇ ਉਸ ਨੂੰ ਗਲੋਰੀਫਾਈ ਕੀਤਾ, ਜੋ 66 ਤੋਂ ਬਾਅਦ ਦਾ ਪੰਜਾਬ ਹੈ। ਅਤੇ ਹੁਣ ਸਾਡੇ ਕੋਲ 90 ਤੋਂ ਬਾਅਦ ਦਾ, ਖਾਸ ਕਰ 2000 ਤੋਂ ਬਾਅਦ ਦਾ ਸਿਨੇਮਾ, ਜਦੋਂ ਅਸੀਂ ਗਲੋਬਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਲਿਬਰਲਾਈਜੇਸ਼ਨ ਨਾਲ ਜੁੜੇ, ਤਾਂ ਨਵੇਂ ਕੌਨਸੈਪਟ, ਨਵੇਂ ਮੁਹਾਵਰੇ ਆਉਣੇ ਸ਼ੁਰੂ ਹੋਏ। ਸੋ ਪਹਿਲਾਂ ਮੌਲਾ ਜੱਟ ਸੀ, ਹੁਣ ਜੱਟ ਐਂਡ ਜੂਲੀਅਟ ਵੀ ਆਈ, ਅਤੇ ਜੱਟ ਜੇਮਸ ਬੌਂਡ ਵੀ ਆਇਆ। ਉਹ ਜਿਹੜਾ ਸਾਡਾ ਸ਼ੋਵਨਿਜ਼ਮ ਹੈ, ਉਸ ਨੂੰ ਇੱਕ ਨਵਾਂ ਰੂਪ ਮਿਲਣਾ ਸ਼ੁਰੂ ਹੋਇਆ, ਇੱਕ ਨਵਾਂ ਮੁਹਾਵਰਾ ਮਿਲਣਾ ਸ਼ੁਰੂ ਹੋਇਆ। ਅੱਜ ਦੀ ਡੇਟ ਵਿੱਚ ਜੇ ਮੈਂ ਪਿਛਲੇ 19 ਸਾਲ ਦੇ ਸਿਨੇਮਾ ਨੂੰ, ਜਾਂ 19 ਤੋਂ 2 ਸਾਲ ਪਿੱਛੇ ਚੱਲ ਜਾਵਾਂ, 1998 ਵਿੱਚ ਊਧਮ ਸਿੰਘ ਫਿਲਮ, ਇਸੇ ਤਰ੍ਹਾਂ 99 ਦੇ ਵਿੱਚ ਸ਼ਹੀਦ ਦੇ ਮੁਹੱਬਤ, 2002 ਵਿੱਚ ਜੀ ਆਇਆਂ ਨੂੰ, ਅਸਾਨੂੰ ਮਾਨ ਵਤਨਾਂ ਦਾ, ਜਿਹਨੂੰ ਨਵਾਂ ਸਿਨੇਮਾ ਮੈਂ 1998 ਤੋਂ ਬਾਅਦ ਦਾ ਕਹਿੰਦਾ, ਜੋ ਗਲੋਬਲਾਈਜੇਸ਼ਨ ਦੇ ਪ੍ਰਤੀਕਰਮਾਂ ਦਾ। ਇਹ ਪ੍ਰਤੀਕਰਮ 90 ਤੋਂ ਬਾਅਦ ਸ਼ੁਰੂ ਹੋਣੇ ਚਾਹੀਦੇ ਸੀ, ਜੋ ਕਿ ਲਿਟਰੇਚਰ ਵਿੱਚ ਹੋਏ, ਪਰ ਸਿਨੇਮਾ ਵਿੱਚ 8-9 ਸਾਲ ਲੇਟ ਹੋਏ, ਕਿਉਂਕਿ 88 ਦੇ ਵਿੱਚ ਵਰਿੰਦਰ ਦੇ ਕਤਲ ਤੋਂ ਬਾਅਦ 5-7 ਸਾਲ ਇੰਨਾ ਮਾਹੌਲ ਰਿਹਾ ਕਿ 88 ਤੋਂ ਲੈ ਕੇ 98 ਤੱਕ ਸਾਲ ਦੀ ਐਵਰੇਜ ਇੱਕ ਫਿਲਮ
ਬਣਦੀ ਸੀ, ਉਹ ਵੀ ਬੜੀਆਂ ਸਧਾਰਨ ਫਿਲਮਾਂ ਜਿਹਦਾ ਕੋਈ ਜ਼ਿਕਰ ਖੈਰ ਨਹੀਂ ਸੀ, ਉਹ 10 ਸਾਲ ਦਾ ਵੈਕਿਊਮ ਹੈ। ਅੱਜ ਸਾਡੇ ਕੋਲ ਅੱਜ ਦੇ ਸਿਨੇਮਾ ਵਿੱਚ ਤੁਸੀਂ ਦੇਖਦੇ ਹੋਵੋਗੇ ਉਹਦੇ ਵਿੱਚ ਬਹੁਤ ਸਾਰੀ ਵਰਾਇਟੀ ਹੈ। ਮੈਂ ਵਰਾਇਟੀ ਤੋਂ ਵੀ ਅੱਗੇ ਜਾ ਕੇ ਇੱਕ ਸ਼ਬਦ ਵਰਤਾਂਗਾ, ਵੈਰੀਗੇਟਿਡ ਸਿਨੇਮਾ, ਵਿਕੋਲਿਤਰਾ ਸਿਨੇਮਾ, ਕਮਰਸ਼ੀਅਲ ਸਿਨੇਮਾ ਹੈ ਇੱਕ ਪਾਸੇ, ਜੋ ਬਹੁਤ ਜ਼ਿਆਦਾ ਕਾਮਯਾਬ ਹੈ, ਜਿਹਨੂੰ ਬਹੁਤ ਜ਼ਿਆਦਾ ਬੰਦੇ ਦੇਖਦੇ ਨੇ। ਔਰ ਇਹ ਸਥਿਤੀ ਵੀ ਆਈ ਹੋਈ ਹੈ ਕਿ ਤੁਸੀਂ ਮਲਟੀਪਲੈਕਸ ਜਾਓ ਤਾਂ ਹਿੰਦੀ ਦੀ ਵੱਡੀ ਫਿਲਮ ਸ਼ਾਹਰੁਖ ਖਾਨ ਦੀ ਲੱਗੀ ਹੋਵੇ, ਸਲਮਾਨ ਖਾਨ ਦੀ ਲੱਗੀ ਹੋਵੇ, ਬਰਾਬਰ ਪੰਜਾਬੀ ਸਿਨੇਮਾ ਰਿਲੀਜ਼ ਹੁੰਦਾ ਔਰ ਉਸ ਵਿੱਚ ਰਸ਼ ਜ਼ਿਆਦਾ ਹੁੰਦਾ। ਇਹ ਸਾਡਾ ਇੱਕ ਕਮਰਸ਼ੀਅਲ ਆਸਪੈਕਟ ਹੈ, ਸਾਡੇ ਸਿਨੇਮੇ ਦੀ ਅਮੀਰੀ ਹੈ। ਦੂਸਰੇ ਪਾਸੇ ਗੁਰਵਿੰਦਰ ਸਿੰਘ ਸਾਡੇ ਕੋਲ ਸਿਨੇਮਾ, ਜਿਸਨੇ ਪਹਿਲੀ ਵਾਰ ਪੰਜਾਬੀ ਫਿਲਮ ਨੂੰ ਭਾਰਤੀ ਫਿਲਮ ਦੇ ਤੌਰ 'ਤੇ ਰਿਕੋਗਨਾਈਜ਼ ਕੀਤਾ। ਸਾਨੂੰ ਨੈਸ਼ਨਲ ਅਵਾਰਡ ਬਹੁਤ ਮਿਲ ਰਹੇ ਸੀ 1966 ਤੋਂ, ਸਤਲੁਜ ਦੇ ਕੰਢੇ ਤੋਂ ਸ਼ੁਰੂ ਹੋਏ, ਉਸ ਤੋਂ ਪਹਿਲਾਂ ਚੌਧਰੀ ਕਰਨੈਲ ਸਿੰਘ ਤੋਂ ਸ਼ੁਰੂ ਹੋਏ, ਉਸ ਤੋਂ ਬਾਅਦ 80 ਦੇ ਵਿੱਚ ਅੰਨ ਪ੍ਰਦੇਸੀ ਆਇਆ, ਕਚਹਿਰੀ ਆਈ, ਸਾਨੂੰ ਬੜੇ ਨੈਸ਼ਨਲ ਅਵਾਰਡ ਮਿਲਦੇ ਸੀ, ਮੜੀ ਦਾ ਦੀਵਾ ਨੂੰ ਮਿਲਿਆ। ਲੇਕਿਨ ਪਹਿਲੀ ਵਾਰ ਜਦੋਂ ਅੰਨੇ ਘੋੜੇ ਦੇ ਦਾਨ ਨੂੰ ਅਵਾਰਡ ਮਿਲਿਆ ਤਾਂ ਉਹ ਹਿੰਦੁਸਤਾਨ ਦੀ ਬੈਸਟ ਫਿਲਮ ਦਾ ਅਵਾਰਡ ਮਿਲਿਆ, ਬੈਸਟ ਇੰਡੀਅਨ ਫਿਲਮ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚੋਂ। ਇਸੇ ਤਰ੍ਹਾਂ ਫਿਰ ਗੋਲਡਨ ਪੀਕਾਕ ਅਵਾਰਡ ਮਿਲਿਆ। ਸੋ ਇੱਕ ਵਿਚਕਾਰ ਇੱਕ ਸਾਡਾ ਮਿਡਲ ਸਿਨੇਮਾ ਹੈ, ਜਿਸ ਤਰ੍ਹਾਂ ਹਿੰਦੀ ਸਿਨੇਮਾ ਦੇ ਵਿੱਚ ਇੱਕ ਵਿਚਕਾਰਲਾ ਸਿਨੇਮਾ ਚੱਲਦਾ ਹੈ ਜਿਹੜਾ ਆਰਟ ਓਰੀਐਂਟਿਡ ਹੈ ਪਰ ਕਮਰਸ਼ਲੀ ਵਾਇਬਲ ਹੈ, ਜੋ ਇਸ ਵੇਲੇ ਬਹੁਤ ਸਾਰੇ ਡਾਇਰੈਕਟਰ ਰਾਕੇਸ਼ ਓਮ ਮਹਿਰਾ, ਰਾਜਕੁਮਾਰ ਹੈਰਾਨੀ ਬਣਾਉਂਦੇ ਨੇ, ਜਾਂ ਕਿਸੇ ਸਮੇਂ 1947 ਤੋਂ ਲੈ ਕੇ 64 ਤੱਕ ਜੋ ਨਹਿਰੂ ਪੀਰੀਅਡ ਸੀ ਉਸ ਵਿੱਚ ਵਿਮਲ ਮਿੱਤਰ, ਰਿਸ਼ੀਕੇਸ਼ ਮੁਖਰਜੀ, ਗੁਰੂ ਦੱਤ, ਜਿਹੜਾ ਸਿਨੇਮਾ ਕਲਾਤਮਕ ਵੈਲਿਊਜ਼ ਵਾਲਾ ਸੀ ਲੇਕਿਨ ਕਮਰਸ਼ੀਅਲ ਵਾਈਬਲ ਵੀ ਸੀ। ਸੋ ਤਿੰਨੇ ਸ਼ੇਡ ਨੇ ਸਾਡੀਆਂ ਔਰ ਇਸ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਲੇਖਕ ਦੀ ਹੈ। ਸਿਨੇਮਾ ਦੇ ਵਿੱਚ ਇੱਕ ਬੜਾ ਖਤਰਨਾਕ ਮਸਲਾ ਹੈ ਲੇਖਕਾਂ ਵਾਸਤੇ, ਮੈਂ 2 ਫਿਲਮਾਂ ਲਿਖ ਕੇ ਲਿਖਣਾ ਛੱਡ ਚੁੱਕਾ, ਇਹ ਰੈਗੂਲਰ ਲਿਖ ਰਹੇ ਨੇ, ਮੈਂ ਫਲੋਪ ਲੇਖਕ ਹੈ, ਇਹ ਸਫਲ ਲੇਖਕ ਨੇ, ਪਰ ਸੰਕਟ ਸਫਲ ਲੇਖਕ ਦਾ ਤੇ ਫਲੋਪ ਲੇਖਕ ਦਾ ਇੱਕੋ ਹੀ ਹੈ। ਮੈਂ 2 ਫਿਲਮਾਂ ਲਿਖ ਕੇ ਛੱਡੀਆਂ ਇਸ ਲਈ ਨਹੀਂ ਕਿ ਮੈਨੂੰ ਲੱਗਿਆ ਕਿ ਸਿਨੇਮਾ ਮਾੜਾ ਮਾਧਿਅਮ ਹੈ, ਅੰਮ੍ਰਿਤਲਾਲ ਨਾਗਰ ਵੀ ਛੱਡ ਕੇ ਆਏ, ਮੁਨਸ਼ੀ ਪ੍ਰੇਮ ਚੰਦ ਵੀ ਛੱਡ ਕੇ ਆਏ ਜਿਹੜੇ ਕਿ ਵੱਡੇ ਰਾਈਟਰ ਸੀ, ਮੈਂ ਸਧਾਰਨ ਲੇਖਕ ਹਾਂ, ਲੇਕਿਨ ਮੰਟੋ ਉੱਥੇ ਕਾਮਯਾਬ ਹੋਏ, ਰਜਿੰਦਰ ਬੇਦੀ ਕਾਮਯਾਬ ਹੋਏ। ਸਿਨੇਮਾ ਦੇ ਮਾਧਿਅਮ ਨੂੰ ਬਤੌਰ ਲੇਖਕ ਸਮਝਣਾ ਤੇ ਅਡੋਪਟ ਕਰਨਾ, ਇਹ 2 ਮਾਨਸਿਕਤਾਵਾਂ ਨੇ। ਪਹਿਲੀ ਮਾਨਸਿਕਤਾ ਇਹ ਕਿ ਤੁਸੀਂ ਸਿਨੇਮਾ ਦੇ ਮਾਧਿਅਮ ਨੂੰ ਸਮਝ ਕੇ ਲਿਖੋਗੇ ਕਾਮਯਾਬ ਹੋ ਜਾਓਗੇ, ਇਹਦੇ ਵਿੱਚ ਕੋਈ 2 ਰਾਵਾਂ ਨਹੀਂ। ਪਰ ਨਾਲ ਜਿਹੜਾ ਬੰਦਾ ਲੇਖਕ ਹੈ ਉਹਨੂੰ ਇਹ ਜ਼ਰੂਰ ਸਮਝਣਾ ਪਏਗਾ ਕਿ ਸਿਨੇਮਾ ਦੇ ਲਈ ਮੈਂ ਜਿੰਨਾ ਮਰਜ਼ੀ ਵੱਡਾ ਲੇਖਕ ਹੋਵਾਂ, ਮੈਂ ਡਾਇਰੈਕਟਰ ਦੀ ਲੋੜ ਮੁਤਾਬਕ ਲਿਖਣਾ। ਤੁਸੀਂ ਦਰਜਨਾ ਪੰਨੇ ਭਰ ਲਓਗੇ ਲੇਕਿਨ ਸਿਨੇਮਾ ਡਾਇਰੈਕਟਰ ਦਾ ਮਾਧਿਅਮ ਹੈ, ਫਿਲਮ ਡਾਇਰੈਕਟਰ ਦੇ ਨਾਂ ਨਾਲ ਜਾਣੀ ਜਾਏਗੀ, ਲੇਖਕ ਦੇ ਨਾਂ ਨਾਲ ਨਹੀਂ ਜਾਣੀ ਜਾਏਗੀ। ਸਾਡੇ ਬਹੁਤ ਸਾਰੇ ਲੇਖਕ ਜਦੋਂ ਡਾਇਰੈਕਟਰ ਬਣੇ, ਜਿਨ੍ਹਾਂ 'ਚ ਰਜਿੰਦਰ ਸਿੰਘ ਬੇਦੀ ਬਹੁਤ ਵੱਡਾ ਨਾਂ ਹੈ, ਤਾਂ ਉਹਨਾਂ ਦਾ ਨਾਂ ਨਿਰਦੇਸ਼ਕ ਦੇ ਤੌਰ 'ਤੇ ਹੋਇਆ। ਲੇਕਿਨ ਲੇਖਕ ਸਾਹਿਤ ਦੇ ਵਿੱਚ ਹਮੇਸ਼ਾ ਰਹੇਗਾ ਕਿਉਂਕਿ ਉਹ ਲੇਖਕ ਦਾ ਮਾਧਿਅਮ ਹੈ। ਇਸ ਲਈ ਸਿਨੇਮਾ ਦੇ ਲੇਖਕ ਦੇ ਲਈ ਧਾਰ 'ਤੇ ਤੁਰਨ ਵਾਲਾ ਕੰਮ ਹੈ ਕਿ ਉਹ ਵੱਡੀ ਤੋਂ ਵੱਡੀ ਫਿਲਮ ਲਿਖੇ, ਕਾਮਯਾਬ ਫਿਲਮ ਲਿਖੇ, ਬਟ ਫਿਲਮ ਇਜ਼ ਆਲਵੇਜ਼ ਨੋਨ ਵਿਦ ਦ ਨੇਮ ਆਫ ਦੀ ਡਾਇਰੈਕਟਰ, ਕਿਉਂਕਿ ਉਹ ਡਾਇਰੈਕਟਰ ਦਾ ਮਾਧਿਅਮ ਹੈ, ਡਾਇਰੈਕਟਰ ਕੈਪਟਨ ਆਫ ਦੀ ਸ਼ਿਪ ਹੈ। ਜਦੋਂ ਤੁਸੀਂ ਲਿਖਦੇ ਹੋ ਲੇਖਕ ਹੋ ਸਾਹਿਤ ਵਿੱਚੋਂ, ਚਾਹੇ ਉਹ ਦੀਵਾ ਕਿਤਾਬ ਹੋਵੇ ਜਾਂ ਨਾਵਲ ਹੋਵੇ, 20 ਨਵੰਬਰ ਹੋਵੇ, ਤਾਂ ਉਹ ਲੇਖਕ ਦਾ ਮਾਧਿਅਮ ਹੈ, ਲੇਖਕ ਦੀ ਕਿਤਾਬ ਨੇ ਸਿੱਧਾ ਉਹਦੇ ਕੋਲੋਂ ਪਾਠਕ ਵਿੱਚ ਜਾਣਾ। ਸੋ ਲੇਖਕ ਇੱਕ ਸਟੇਕ ਤੇ ਰੱਖ ਕੇ ਆਪਣੀ ਕ੍ਰੀਏਟਿਵਿਟੀ ਨੂੰ ਫਿਰ ਸਿਨੇਮਾ ਨਾਲ ਜੁੜਦਾ ਹੈ, ਪਰ ਇਸ ਦੇ ਨਾਲ ਨਾਲ ਜਿਸ ਲੇਖਕ ਨੂੰ ਸਿਨੇਮਾ ਦੀ ਸਮਝ ਹੈ ਉਸ ਨੂੰ ਸਿਨੇਮਾ ਲਈ ਜ਼ਰੂਰ ਲਿਖਣਾ ਚਾਹੀਦਾ, ਮੇਰੀ ਜ਼ਾਤੀ ਰਾਏ ਹੈ। ਅੱਜ ਜੇ ਸਾਡਾ ਸਿਨੇਮਾ ਰਿਚ ਹੈ,
ਜਿੰਨਾ ਮਰਜ਼ੀ ਵੱਡਾ ਡਾਇਰੈਕਟਰ ਹੋਵੇ, ਜਿੰਨਾ ਮਰਜ਼ੀ ਵੱਡਾ ਸਿਨੇਮੈਟੋਗ੍ਰਾਫਰ ਹੋਵੇ, ਜਿੰਨਾ ਮਰਜ਼ੀ ਵੱਡਾ ਆਡੀਓਗ੍ਰਾਫਰ ਹੋਵੇ, ਜਿੰਨਾ ਮਰਜ਼ੀ ਵੱਡਾ ਐਡੀਟਰ ਹੋਵੇ, ਜਿੰਨਾ ਮਰਜ਼ੀ ਡਬਿੰਗ ਆਰਟਿਸਟ ਹੋਵੇ, ਜਿੰਨਾ ਮਰਜ਼ੀ ਸੈੱਟ ਡਿਜ਼ਾਈਨਰ ਹੋਵੇ, ਜਿਸ ਬੀਜ ਨੇ ਬਿਰਖ ਬਣਨਾ ਉਹ ਲਿਖਤਾ। ਜਿਸ ਸਿਨੇਮਾ ਨੂੰ ਚੰਗੇ ਲੇਖਕ ਮਿਲਣਗੇ ਉਹੀ ਸਿਨੇਮਾ ਤਰੱਕੀ ਕਰੇਗਾ। ਜੇ ਅੱਜ ਗਲੋਬਲਾਈਜੇਸ਼ਨ ਤੋਂ ਬਾਅਦ ਅਸੀਂ ਇਰਾਨੀ ਸਿਨੇਮਾ, ਛੋਟੇ ਛੋਟੇ ਮੁਲਕਾਂ ਦਾ ਸਿਨੇਮਾ ਸਾਡੇ ਕੋਲ ਆਉਣਾ ਸ਼ੁਰੂ ਹੋਇਆ, ਤਾਂ ਜਿੱਥੇ ਉਹ ਵੱਡੇ ਡਾਇਰੈਕਟਰ ਦਾ ਸਿਨੇਮਾ ਹੈ ਉਹ ਓਡੇ ਵੱਡੇ ਲੇਖਕਾਂ ਦਾ ਵੀ ਸਿਨੇਮਾ ਹੈ। ਸਤਿਆਜੀਤ ਰੇ ਦਾ ਸਿਨੇਮਾ ਲੇਖਕਾਂ ਦਾ ਸਿਨੇਮਾ ਹੈ ਕਿਉਂਕਿ ਉਹ ਖੁਦ ਵੀ ਲੇਖਕ ਸੀ। ਰਾਜ ਕਪੂਰ ਦਾ ਸਿਨੇਮਾ ਖਵਾਜਾ ਅਹਿਮਦ ਅਬਾਸ ਕਰਕੇ ਵੱਡਾ ਸਿਨੇਮਾ। ਸੋ ਜਿੰਨੇ ਵੱਡੇ ਡਾਇਰੈਕਟਰ ਨੇ ਉਹਨਾਂ ਦੇ ਨਾਲ ਲੇਖਕ ਓਨੇ ਹੀ ਵੱਡੇ ਹੋਣਗੇ। ਇਹ ਮੇਰੇ ਦੋਨੋਂ ਅਜ਼ੀਜ਼ ਕਿਉਂਕਿ ਸਿਨੇਮਾ ਵਿੱਚ ਸਾਹ ਸਾਹ ਜੁੜੇ ਹੋਏ ਨੇ, ਸ਼ਾਹਰਖ ਦੇ ਨਾਲ ਜੁੜੇ ਹੋਏ ਨੇ, ਇਹ ਤੁਹਾਨੂੰ ਬਿਹਤਰ ਦੇਖ ਦੱਸ ਸਕਦੇ ਨੇ। ਪਰ ਅੱਜ ਜੋ ਸਾਡੀ ਪੋਜੀਸ਼ਨ ਹੈ ਪੰਜਾਬੀ ਸਿਨੇਮਾ ਦੀ, ਮੈਂ ਓਪਨਿੰਗ ਬੈਟਸਮੈਨ ਦੇ ਤੌਰ 'ਤੇ ਜੋ ਤੁਹਾਡੇ ਸਾਹਮਣੇ ਇੱਕ ਮੈਕਰੋ ਐਂਗਲ ਤੋਂ ਗੱਲਾਂ ਕੀਤੀਆਂ, ਉਸ ਵਿੱਚ ਸਾਡੇ ਕੋਲ ਚੰਗੇ ਸਕ੍ਰਿਪਟ ਰਾਈਟਰ ਨੇ, ਜਿਨ੍ਹਾਂ ਵਿੱਚ ਚੰਗੇ ਪਟਕਥਾ ਲੇਖਕ ਨੇ, ਜਿਨ੍ਹਾਂ ਵਿੱਚ ਕਹਾਣੀ ਲੇਖਕ ਨੇ, ਡਾਇਲੋਗ ਲੇਖਕ ਨੇ। ਪਰ ਇਹ ਯਾਦ ਰੱਖੋ ਕਿ ਉਹਨਾਂ ਦੀ ਗਿਣਤੀ ਆਟੇ 'ਚ ਲੂਣ ਵਰਗੀ ਹੈ। ਬਹੁਤ ਥੋੜ੍ਹੇ ਲੇਖਕ ਨੇ, ਸਾਨੂੰ ਬਹੁਤ ਸਾਰੇ ਲੇਖਕਾਂ ਦੀ ਜ਼ਰੂਰਤ ਹੈ। ਔਰ ਇਸ ਲਈ ਸਿਨੇਮਾ ਅਤੇ ਸਾਹਿਤ 'ਤੇ ਅਸੀਂ ਇੱਕ ਸੈਮੀਨਾਰ ਕੀਤਾ ਸੀ। ਜਿੰਨੇ ਸਿਨੇਮਾ ਦੇ ਲੇਖਕ ਨੇ ਤੁਹਾਡੇ ਵਿੱਚੋਂ ਲੇਖਕ ਬਣਨਾ ਚਾਹੁੰਦੇ ਨੇ, ਜਿਹੜਾ ਇੱਕ ਬੇਸਿਕ ਸਟੋਰੀ ਆਈਡੀਆ ਚਾਹੀਦਾ ਹੈ, ਉਹਦੇ ਲਈ ਸਾਡਾ ਪੰਜਾਬੀ ਸਾਹਿਤ ਭਰਿਆ ਪਿਆ ਜਿਸ 'ਚੋਂ ਤੁਸੀਂ ਲੈ ਸਕਦੇ ਹੋ। ਲੇਖਕਾਂ ਨੂੰ ਇਹ ਗੱਲ ਪਤਾ ਲੱਗਣੀ ਚਾਹੀਦੀ, ਜਿੰਨੇ ਵੱਡੇ ਲੇਖਕ ਨੇ, ਕਿ ਜਦੋਂ ਵੀ ਫਿਲਮ ਬਣੇਗੀ ਉਹਨਾਂ ਦਾ ਜਿੰਨਾ ਮਰਜ਼ੀ ਕਲਾਸਿਕ ਨਾਵਲ ਹੋਵੇ, ਉਹਦੇ ਵਿੱਚੋਂ ਇੱਕ ਸਟੋਰੀ ਕੰਮ ਆਏਗੀ, ਉਹਦੀ ਪਟਕਥਾ ਵੱਖਰੀ ਲਿਖੀ ਜਾਏਗੀ, ਡਾਇਲੋਗ ਵੱਖਰੇ ਲਿਖੇ ਜਾਣਗੇ। ਉਹਨਾਂ ਨੂੰ ਇਸ ਗੱਲ 'ਤੇ ਖੁਸ਼ ਹੋਣਾ ਚਾਹੀਦਾ ਕਿ ਮੇਰੇ ਨਾਵਲ 'ਤੇ ਫਿਲਮ ਬਣ ਰਹੀ ਹੈ। ਇਹ ਜ਼ਿੱਦ ਛੱਡ ਦੇਣੀ ਚਾਹੀਦੀ ਹੈ, ਜਿਵੇਂ ਕਿ ਨਾਟਕਕਾਰ ਕਿਸੇ ਵੇਲੇ ਕਰਦੇ ਸੀ ਕਿ ਇਸ ਡਾਇਰੈਕਟਰ ਨੇ ਮੇਰਾ ਨਾਟਕ ਦਾ ਸੱਤਿਆਨਾਸ਼ ਕਰਤਾ, ਇਹ ਹੋ ਗਿਆ, ਉਹ ਹੋ ਗਿਆ। ਜਿਵੇਂ ਨਾਟਕਕਾਰ ਨੂੰ ਨਿਰਦੇਸ਼ਕ ਨੂੰ ਸਵੀਕਾਰ ਕਰਨਾ ਪਏਗਾ, ਉਵੇਂ ਲੇਖਕ ਨੂੰ ਫਿਲਮਕਾਰ ਨੂੰ ਸਵੀਕਾਰ ਕਰਨਾ ਪਏਗਾ। ਅੱਜ ਦੀ ਡੇਟ ਵਿੱਚ ਜਸ ਗਰੇਵਾਲ, ਰਾਣਾ ਰਣਵੀਰ, ਹੋਰ ਬਹੁਤ ਸਾਰੇ ਚੰਗੇ ਲੇਖਕਾਂ ਦੇ ਬਾਵਜੂਦ ਪੰਜਾਬੀ ਸਿਨੇਮਾ 'ਚ ਕੋਈ ਖਲਾ ਨਜ਼ਰ ਆਉਂਦਾ ਹੈ ਤਾਂ ਉਹ ਲੇਖਕਾਂ ਦਾ ਖਲਾ ਹੀ ਨਜ਼ਰ ਆਉਂਦਾ। ਬਹੁਤ ਸਾਰੇ ਲੇਖਕਾਂ ਦੀ ਜ਼ਰੂਰਤ ਹੈ। ਇਸ ਸੈਮੀਨਾਰ ਦਾ ਇਹੀ ਮਕਸਦ ਹੋਏਗਾ ਜੇ ਤੁਹਾਡੇ ਵਿੱਚੋਂ ਨਵੇਂ ਲੇਖਕ ਸਾਹਮਣੇ ਆਉਣਗੇ। ਔਰ ਬੱਚੇ, ਸਾਡੀ ਹਿੰਦੁਸਤਾਨ ਦੇ ਸਿਨੇਮਾ 'ਚ ਇਹ ਹੈ ਕਿ ਜੇ ਤੁਹਾਨੂੰ ਪਟਕਥਾ ਨਹੀਂ ਲਿਖਣੀ ਆਉਂਦੀ, ਤੁਹਾਨੂੰ ਸਕਰੀਨ ਪਲੇਅ ਨਹੀਂ ਲਿਖਣਾ ਆਉਂਦਾ, ਤੁਸੀਂ ਇੱਕ ਚੰਗੇ ਸਟੋਰੀ ਰਾਈਟਰ ਹੋ ਸਕਦੇ ਹੋ। ਅੱਜ ਸਬਜੈਕਟਸ ਦੀ ਭਾਲ ਹੁੰਦੀ ਹੈ ਸਭ ਨੂੰ, ਕਿਉਂਕਿ ਸਬਜੈਕਟ ਮਿਲੇ। ਸੋ ਤੁਹਾਡੇ ਕੋਲ ਸਟੋਰੀ ਚੰਗੀ ਹੈ, ਕੋਈ ਸਬਜੈਕਟ ਚੰਗਾ ਹੈ, ਤਾਂ ਤੁਸੀਂ ਫਿਲਮਾਂ ਵਿੱਚ ਐਂਟਰ ਕਰ ਸਕਦੇ ਹੋ ਕਹਾਣੀ ਲੇਖਕ ਦੇ ਤੌਰ 'ਤੇ। ਅਤੇ ਜੇ ਤੁਹਾਡੀ ਟੈਕਨੀਕਲ ਟ੍ਰੇਨਿੰਗ ਹੈ ਤਾਂ ਤੁਸੀਂ ਐਂਟਰ ਕਰ ਸਕਦੇ ਹੋ ਪਟਕਥਾ ਲੇਖਕ ਦੇ ਤੌਰ 'ਤੇ। ਅਤੇ ਜੇ ਤੁਸੀਂ ਪਿੰਡਾਂ ਨਾਲ ਜੁੜੇ ਹੋ, ਭਾਸ਼ਾ ਨਾਲ ਜੁੜੇ ਹੋਏ ਹੋ, ਤੁਹਾਡੇ ਕੋਲ ਆਪਣਾ ਮੁਹਾਵਰਾ ਜਿਹੜਾ ਕਿ ਪੰਜਾਬੀ ਸਿਨੇਮਾ ਨੂੰ ਚਾਹੀਦਾ, ਤੁਸੀਂ ਬੜੇ ਅੱਛੇ ਡਾਇਲੋਗ ਲੇਖਕ ਹੋ ਸਕਦੇ ਹੋ। ਮੇਰਾ ਖਿਆਲ ਹੈ ਕਿ ਮੇਰੀ ਇਹਨਾਂ ਗੱਲਾਂ ਦੇ ਨਾਲ ਇੱਕ ਸਾਡਾ ਸਪੈਕਟ੍ਰਮ ਬਣ ਗਿਆ ਹੋਏਗਾ। ਜੋ ਗੁਰਮੁਖ ਨੇ ਕੰਮ ਨਿਭਾਉਣਾ ਸੀ ਉਹ ਮੈਂ ਨਿਭਾ ਦਿੱਤਾ, ਤੇ ਦੋਨੋਂ ਐਕਸਪਰਟ ਇਹਦੇ ਵਿੱਚ ਹੋਰ ਰੰਗ ਭਰਨਗੇ। ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ, ਤੇ ਗੁਰੂ ਦੇਵ ਤੁਹਾਨੂੰ ਵੀ ਜੀ, ਤੇ ਮੇਰੇ ਭਰਾ ਨੇ ਡਾਕਟਰ ਸਾਹਿਬ ਡਾਕਟਰ ਗੁਰਮੁਖ ਫਰਗਟੋਰੀ, ਤੇ ਤੁਹਾਡਾ ਧੰਨਵਾਦ, ਬਹੁਤ ਸੋਹਣਾ ਤੁਸੀਂ ਬੋਲੇ। ਔਰ ਮੇਰਾ ਛੋਟਾ ਵੀਰ ਜਸ ਸਰ ਨੇ ਕਾਫੀ ਸਾਡੇ ਲਈ ਰਾਹ ਖੁੱਲ੍ਹਾ ਕਰਤਾ, ਟੀਚਰ ਹਮੇਸ਼ਾ ਹੀ ਰਾਹ ਖੁੱਲ੍ਹਾ ਕਰਦੇ, ਥੈਂਕ ਯੂ ਸਰ। ਮੈਂ ਸਰ ਦੀ ਗੱਲ ਸੁਣਦੇ ਸੁਣਦੇ ਇੱਕ ਆਈ ਸੀ ਦਿਮਾਗ ਦੇ ਵਿੱਚ ਗੱਲ, ਮੈਂ ਭੁੱਲ ਗਿਆ ਕਿ ਵਿਜੇ ਵਿਵੇਕ ਦਾ ਸ਼ੇਅਰ ਹੈ ਜਾਂ ਗੁਰਤੇਜ ਕੁਹਾਰ ਵਾਲਾ ਦਾ, ਮੈਂ ਸ਼ੇਅਰ ਸੁਣਾ ਦੇਣਾ ਤੁਹਾਨੂੰ, ਉਸ ਦੇ ਮੁਤਾਬਕ ਗੱਲ ਕਰੂੰਗਾ। ਸ਼ੇਅਰ ਹੈ ਕਿ ਹਰੇਕ ਬੰਦੇ ਦੇ ਅੰਦਰ ਦੋ ਜਣੇ ਤਕਰਾਰ ਕਰਦੇ ਨੇ,
ਹਰ ਇੱਕ ਬੰਦੇ ਦੇ ਅੰਦਰ ਦੋ ਜਣੇ ਤਕਰਾਰ ਕਰਦੇ ਨੇ, ਜੇ ਇੱਕ ਦੀਵਾਰ ਬਣਦਾ ਹੈ ਦੂਜਾ ਬੂਹੇ ਬਣਾਉਂਦਾ ਹੈ। ਸੋ ਜਦੋਂ ਅਸੀਂ ਫਿਲਮ ਲਿਖਦੇ ਹਾਂ ਜਾਂ ਫਿਲਮ ਕਰਦੇ ਹਾਂ, ਮੇਰੇ ਨਾਲ ਇਹ ਸ਼ੇਅਰ ਅਕਸਰ ਰਹਿੰਦਾ। ਔਰ ਜਿਹੜੀ ਸਰ ਨੇ ਗੱਲ ਕੀਤੀ ਸੀ ਕਿ ਲੇਖਕ ਲਿਖਦਾ ਅਤੇ ਅੱਗੇ ਡਾਇਰੈਕਟਰ ਨੇ, ਫੀਲਡ ਡਾਇਰੈਕਟਰ ਦਾ ਕੈਪਟਨ ਉਹ ਹੈ ਸ਼ਿਪ ਦਾ, ਤਾਂ ਉਹ ਕਦੇ ਦੀਵਾਰ ਬਣਦਾ ਕਦੇ ਬੂਹਾ ਬਣਦਾ, ਕਦੇ ਲੇਖਕ ਦੀਵਾਰ ਬਣਦਾ ਕਦੇ ਬੂਹਾ ਬਣਦਾ, ਇਹ ਚੱਲਦਾ ਰਹਿੰਦਾ ਫਿਲਮ ਦੇ ਲਾਸਟ ਕਾਪੀ ਆਉਣ ਤੱਕ, ਜਦੋਂ ਐਡਿਟ ਹੋ ਕੇ ਸਾਰਾ ਕੁਝ ਹੋ ਕੇ ਅਸੀਂ ਕਹਿੰਦੇ ਹਾਂ ਫਾਈਨਲ ਕਾਪੀ, ਤੁਹਾਡੇ ਰਿਲੀਜ਼ ਹੋਣ ਤੋਂ ਪਹਿਲਾਂ ਜਦੋਂ ਤੁਹਾਡੇ ਕੋਲ ਪ੍ਰੋਮੋ ਜੇ ਵੱਜਣ ਲੱਗ ਜਾਂਦੇ ਨਾ, ਉਦੋਂ ਬਾਅਦ ਆਉਂਦੀ ਹੈ ਫਾਈਨਲ ਕਾਪੀ। ਤੁਸੀਂ ਟ੍ਰੇਲਰ ਦੇਖੀ ਜਾ ਰਹੇ ਹੋ, ਫਿਲਮ ਦਾ ਕੰਮ ਚੱਲ ਰਿਹਾ ਹੁੰਦਾ। ਫਿਲਮ ਤਾਂ ਕਈ ਵਾਰੀ ਰਿਲੀਜ਼ ਤੋਂ 7 ਦਿਨ ਪਹਿਲਾਂ 3 ਦਿਨ ਪਹਿਲਾਂ ਫਾਈਨਲ ਕਾਪੀ ਹੱਥ ਦੇ ਵਿੱਚ ਆਉਂਦੀ ਹੈ, ਉਦੋਂ ਤੱਕ ਲੇਖਕ ਦਾ ਸਾਡਾ ਜਾਂ ਕਈ ਡਾਇਰੈਕਟਰ ਦਾ ਆਪਸ ਵਿੱਚ ਪਿਆਰ ਮੁਹੱਬਤ ਚੱਲਦਾ ਰਹਿੰਦਾ, ਮੀਆਂ ਬੀਵੀ ਵਰਗਾ ਚੱਲਦਾ ਰਹਿੰਦਾ। ਅਤੇ ਜਦੋਂ ਅਸੀਂ ਲੇਖਕ ਆਪ ਡਾਇਰੈਕਟ ਕਰਦਾ ਤਾਂ ਫਿਰ ਉਹਦੇ ਕੋਲ ਕਾਫੀ ਖੁੱਲ੍ਹ ਹੁੰਦੀ ਹੈ, ਫਿਰ ਉਹਦਾ ਮਾਧਿਅਮ ਹੁੰਦਾ। ਜਿਵੇਂ ਹੁਣ ਤੁਸੀਂ ਐਜ਼ ਡਾਇਰੈਕਟਰ ਜਲਦੀ ਦੇਖੋਗੇ ਜਸ ਗਰੇਵਾਲ ਦੀ ਫਿਲਮ ਜਲਦੀ ਆ ਰਹੀ ਹੈ, ਦੱਸਣਗੇ ਤੁਹਾਨੂੰ, ਕਿਉਂਕਿ ਹੁੰਦਾ ਅੰਦਰ ਕਿ ਮੈਂ ਆਪਣੀ ਗੱਲ ਪੂਰੀ ਕਹਿਣੀ ਹੈ। ਕਈ ਬੱਚਿਆਂ ਨੂੰ, ਕਈ ਸਟੂਡੈਂਟਸ ਨੂੰ, ਕਈ ਮੇਰੇ ਮਿੱਤਰਾਂ ਨੂੰ ਲੱਗ ਰਿਹਾ ਹੋਊਗਾ ਵੀ ਪਟ ਕਥਾ, ਸਟੋਰੀ, ਡਾਇਲੋਗ, ਇਹ ਕੀ ਗੱਲਾਂ ਕਰ ਰਹੇ ਨੇ। ਮੈਨੂੰ ਵੀ ਨਹੀਂ ਪਤਾ ਸੀ, ਮੈਂ ਜਦੋਂ ਯੂਨੀਵਰਸਿਟੀ 'ਚ MA ਕਰ ਗਿਆ ਸੀ ਮੈਨੂੰ ਵੀ ਨਹੀਂ ਪਤਾ ਸੀ ਇਹ ਕੀ ਹੁੰਦਾ। ਪੜ੍ਹ ਲੈਂਦੇ ਸੀ ਸਕਰੀਨ ਪਲੇ, ਪਟ ਕਥਾ ਪੰਜਾਬੀ 'ਚ ਪੜ੍ਹਿਆ ਨਾ ਜਾਣਾ, ਪਟ ਕਥਾ ਕੀ ਹੁੰਦੀ ਹੈ, ਫਿਰ ਪਤਾ ਲੱਗਣਾ ਵੀ ਸਕਰੀਨ ਪਲੇ ਕਹਿੰਦੇ ਆ ਇਹਨੂੰ। ਮੈਂ ਤੁਹਾਨੂੰ ਥੋੜ੍ਹਾ ਜਿਹਾ ਆਸਾਨ ਜਿਹਾ ਕਰਦਾ ਨਾ, ਜਦੋਂ ਅਸੀਂ ਕਿਤੇ ਫਿਲਮ ਕਿਸੇ ਕੋਲ ਕਰਨ ਜਾਂਦੇ ਹਾਂ ਜਾਂ ਅਸੀਂ ਸਾਨੂੰ ਕੋਈ ਕਹਾਣੀ ਸੁਣਾਉਂਦਾ ਜਾਂ ਅਸੀਂ ਕਿਸੇ ਨੂੰ ਕਹਾਣੀ ਸੁਣਾਉਂਦੇ ਹਾਂ ਤਾਂ ਅਸੀਂ ਪੂਰੀ ਕਹਾਣੀ ਨਹੀਂ ਸੁਣਾਉਂਦੇ ਪਹਿਲਾਂ। ਜਦੋਂ ਮੈਂ, ਜਸ ਨੇ ਜਾਂ ਕਿਸੇ ਹੋਰ ਨੇ ਜਾਂ ਸਰ ਨੇ ਮੋਹਰ ਲਵਾਉਣੀ ਹੈ, ਅਸੀਂ ਪੂਰੀ ਨਹੀਂ ਸੁਣਾਉਂਦੇ ਇਹਨੂੰ। ਪੰਜਾਬ ਫਿਲਮ ਦੀ ਫਿਰ ਬਿਜ਼ਨਸ ਦੀ ਚਲਾਕੀ ਹੈ ਕਿ ਜੇ ਮੈਂ ਪੂਰੀ ਸੁਣਾਤੀ ਇਹਨੇ ਫਿਲਮ ਨਾ ਬਣਾਈ, ਇਹਨੂੰ ਸਾਡੇ ਵਾਲੇ ਫਿਰ ਦਾ ਬਹੁਤ ਲਾਉਣ 'ਚ ਮਾਹਰ ਹੁੰਦੇ ਨੇ, ਫਿਰ ਉਹਨੇ ਆਪਣੇ ਹਿਸਾਬ ਨਾਲ ਬਦਲ ਕੇ ਆਪਣੀ ਬਣਾਉਣਾ ਨਹੀਂ ਹੈ, ਫਿਰ ਅਸੀਂ ਉਹਨੂੰ ਵਨ ਲਾਈਨ ਸੁਣਾਉਂਦੇ ਹਾਂ, ਪੂਰੀ ਕਹਾਣੀ ਨਹੀਂ ਸੁਣਾਉਂਦੇ। ਫਿਰ ਅਸੀਂ ਉਹਨੂੰ ਪਹਿਲਾਂ ਹੁੰਦਾ ਵੀ ਜੇ ਕੋਈ ਕਹੂਗਾ ਪੰਜਾਬੀ ਫਿਲਮ, ਬਾਈ ਤੁਹਾਨੂੰ ਫਿਲਮ ਹੈ, ਅਲੱਗ ਨਾ ਕੀ ਵਨ ਲਾਈਨਰ ਕੀ ਹੈ, ਵਨ ਲਾਈਨ ਕੀ ਹੈ, ਇਹ ਅਕਸਰ ਸਾਡੇ ਅੰਦਰ ਹੈ। ਤੁਸੀਂ ਵੀ ਆਪਣੇ ਦਿਮਾਗ 'ਚ ਪਾਲੋ, ਜਿਨ੍ਹਾਂ ਨੇ ਇਸ ਫੀਲਡ 'ਚ ਜਾਣਾ, ਜਿਨ੍ਹਾਂ ਨੇ ਨਹੀਂ ਵੀ ਜਾਣਾ, ਜਿਨ੍ਹਾਂ ਨੇ ਪੱਤਰਕਾਰੀ ਕਰਨੀ ਹੈ ਜਾਂ ਜਿਨ੍ਹਾਂ ਨੇ ਸਾਡੀਆਂ ਫਿਲਮਾਂ ਦੇਖ ਕੇ ਸ਼ਾਬਾਸ਼ ਦੇਣੀ ਹੈ ਜਾਂ ਜਿਨ੍ਹਾਂ ਨੇ ਨੁਕਸ ਕੱਢਣੇ ਨੇ ਜਾਂ ਜਿਨ੍ਹਾਂ ਨੇ ਆਉਂਦੇ ਸਾਰ ਲਿਖਣੇ ਪਿੱਟੇ ਮੂੰਹ, ਉਹ ਵੀ ਯਾਦ ਕਰਨਾ। ਹਾਂ, ਜਿਨ੍ਹਾਂ ਨੇ ਸਪੈਸ਼ਲ ਕ੍ਰਿਟਿਕ ਬਣਨਾ ਉਹ ਵੀ ਯਾਦ ਰੱਖਣ, ਬਸ ਜਿਹੜੇ ਕ੍ਰਿਟਿਕ ਬਣਨਾ ਉਹ ਆਪਣੀ ਲੈਂਗੁਏਜ ਦੇ ਉੱਤੇ ਜ਼ਰੂਰ ਪਕੜ ਰੱਖਣ, ਤਾਂ ਕਿ ਜਦੋਂ ਰਾਣੇ ਦੀ ਫਿਲਮ ਦਾ ਤੁਸੀਂ ਅੱਛੀ ਭਾਸ਼ਾ ਦੇ ਵਿੱਚ ਚਾਹੇ ਤੁਸੀਂ ਇੱਕ ਸ਼ਬਦ ਵਿੱਚ ਵੀ ਤਾਰੀਫ ਨਾ ਕਰੋ ਪਰ ਮੈਨੂੰ ਪੜ੍ਹ ਕੇ ਸਵਾਦ ਆਵੇ ਕਿ ਯਾਰ ਇਹਨੂੰ ਫਿਲਮ ਤਾਂ ਮੇਰੀ ਪਸੰਦ ਨਹੀਂ ਆਈ ਪਰ ਲਿਖਿਆ ਬਹੁਤ ਸੋਹਣਾ। ਪਰ ਕਈ ਵਾਰੀ ਬੰਦੇ ਨੂੰ ਫਿਲਮ ਲਿਖੀ ਉਹਨੂੰ ਪਸੰਦ ਨਹੀਂ ਆਈ ਹੁੰਦੀ, ਉਹ ਆਉਣ ਸਾਰ ਸਟੇਟਸ ਪਾਊਗਾ ਬੇੜਾ ਕਰ, ਅਕਲ ਨਹੀਂ। ਉਹ ਲੱਗਦਾ ਜਦ ਅਕਲ ਹੀ ਨਹੀਂ ਫਿਰ ਮੈਂ ਕਿਉਂ ਪੜ੍ਹਾ, ਜਦ ਮੈਨੂੰ ਅਕਲ ਹੀ ਨਹੀਂ ਫਿਰ ਮੈਂ, ਜਦ ਬੇੜਾ ਕਰਕੇ ਹੋ ਗਿਆ ਫਿਰ ਮੈਂ ਕਿਉਂ ਪੜ੍ਹਾ, ਤੂੰ ਕੀ ਲਿਖਿਆ ਮੇਰੇ ਬਾਰੇ। ਸੋ ਮੈਂ ਤੁਹਾਨੂੰ ਸੁਣਾਉਂਦਾ ਕਿ ਵਨ ਲਾਈਨ ਕੀ ਹੈ। ਇੱਕ ਸੀ ਰਾਜਾ ਇੱਕ ਸੀ ਰਾਣੀ, ਦੋਨੇ ਮਰ ਗਏ ਖਤਮ ਕਹਾਣੀ। ਇਹ ਫਿਲਮ ਦੀ ਵਨ ਲਾਈਨ ਹੈ। ਹੁਣ ਫਿਲਮ ਦੀ ਤੁਹਾਨੂੰ ਕਹਾਣੀ ਸੁਣਨਾ। ਰਾਜਾ ਨਾਭੇ ਦਾ ਸੀ, ਰਾਣੀ ਪਟਿਆਲੇ ਦੀ ਸੀ, ਦੋਨੇ ਆਪਸ ਦੇ ਵਿੱਚ ਕਿਤੇ ਇੱਥੇ ਪੁਸਤਕ ਮੇਲੇ ਦੇ ਉੱਤੇ ਮਿਲੇ, ਪੁਸਤਕ ਮੇਲੇ ਦੇ ਉੱਤੇ ਉਹਨਾਂ ਦੀ ਗੱਲਬਾਤ ਹੋਈ, ਸਾਡਾ ਸਾਰਿਆਂ ਦਾ ਸੈਸ਼ਨ ਸੁਣ ਰਹੇ ਸੀ। ਉਸ ਤੋਂ ਬਾਅਦ ਕਹਿੰਦੇ ਵੀ ਕਿੰਨੀ ਭਕਾਈ ਮਾਰੀ ਹੈ, ਨਹੀਂ ਕਹਿੰਦਾ ਕੋਈ, ਕਹਿੰਦਾ ਚੰਗੀ ਗੱਲ ਕੀਤੀ, ਦੋਨਾਂ ਦੀ ਆਪਸ ਦੇ ਵਿੱਚ ਬਹਿਸ ਹੋਈ, ਕੌਫੀ ਪੀਤੀ, ਟਾਈਮ ਦਿੱਤਾ, ਚਲੇ ਗਏ।
ਨਾਭੇ ਤੋਂ ਪਟਿਆਲੇ, ਪਟਿਆਲੇ ਤੋਂ ਨਾਭੇ ਗੇੜੇ ਵੱਜਣ ਲੱਗ ਗਏ ਤੇ ਨਾਲ ਇੱਕ ਦੋ ਬੰਦੇ ਸੱਜਣ ਮਿੱਤਰ ਹੋਰ ਦੇਖਣ ਲੱਗ ਗਏ। ਕਿਸੇ ਨੇ ਉਹਨਾਂ ਦੇ ਘਰੇ ਜਾ ਕੇ ਦੱਸਤਾ, ਉਹਨਾਂ ਨੇ ਕਿਹਾ ਵਿਆਹ ਦੀਆਂ ਗੱਲਾਂ ਚੱਲਦੀਆਂ ਸੀ ਪਰ ਘਰੇ ਪਹਿਲਾਂ ਪੜਾਕੇ ਪੈ ਗਏ ਤੇ ਨਾਭੇ ਵਾਲੇ ਡਾਂਗਾ ਚੱਕ ਕੇ ਆ ਗਏ, ਪਟਿਆਲੇ ਵਾਲੇ ਇੱਧਰੋਂ ਡਾਂਗਾ ਚੱਕ ਕੇ ਚਲੇ ਗਏ। ਉਹਨਾਂ ਨੇ ਕਿਸੇ ਨੇ ਸਟੇਟਸ ਪਾਤਾ ਵੀ ਅਸੀਂ ਵੱਢ ਦਾਂਗੇ ਨਾਭੇ ਵਾਲਿਆਂ ਨੂੰ, ਕਹਿੰਦੇ ਪਟਿਆਲੇ ਵਾਲਿਆਂ ਨੂੰ ਅਸੀਂ ਭਾਖੜਾ ਨਹਿਰ ਦੀ ਦੇਖ ਲਾਂਗੇ। ਉੱਥੇ ਜਾ ਕੇ ਉਹਨਾਂ ਦੇ ਆਪਸ ਵਿੱਚ ਲੜਾਈ ਹੋਣ ਲੱਗੀ, ਦੋਨਾਂ ਦੇ ਬਾਪ ਦੋਸਤ ਨਿਕਲ ਆਏ। ਉਹ ਕਹਿੰਦਾ ਤੂੰ ਮੇਰੇ ਨਾਲ ਬਦਲਾ ਲਿਆ ਯੂਨੀਵਰਸਿਟੀ ਵਾਲਾ, ਮੈਂ ਤੇਰੀ ਗਰਲਫ੍ਰੈਂਡ ਨਾਲ ਬੈਠਾ ਹੁੰਦਾ ਸੀ। ਉਹ ਕਹਿੰਦਾ ਤੂੰ ਬਦਲਾ ਲਿਆ, ਮੈਂ ਤੇਰੀ ਗਰਲ ਨਾਲ ਫਰੈਂਡ ਨਾਲ ਬੈਠਾ ਹੁੰਦਾ ਸੀ। ਦੋਨੇ ਪਿਓ ਆਪਸ 'ਚ ਲੜ ਗਏ, ਮੁੰਡਾ ਕੁੜੀ ਇੰਨੀ ਬੇਇੱਜ਼ਤੀ ਮਹਿਸੂਸ ਕਰ ਗਏ ਇੱਕ ਦੂਜੇ ਸਾਹਮਣੇ। ਉਹਨੇ ਕੁੜੀ ਦੇ ਥੱਪੜ ਮਾਰਿਆ, ਉਹਨੇ ਮੁੰਡੇ ਦੇ ਥੱਪੜ ਮਾਰਿਆ, ਉਹ ਆਪਸ 'ਚ ਲੜ ਪਏ। ਦੋਨੇ ਜਾਣੇ ਨਹਿਰ ਦੇ ਖੜੇ ਲੜ ਰਹੇ ਸੀ, ਮੁੰਡਾ ਤੇ ਰਾਜਾ ਤੇ ਰਾਣੀ ਨੇ ਨਹਿਰ ਦੇ ਵਿੱਚ ਉੱਪਰ ਖੜ ਕੇ ਵਿੱਚ ਜਾ ਕੇ ਪਾਣੀ ਦੇ ਛਾਲ ਮਾਰੀ, ਦੋਨੇ ਮਰ ਗਏ। ਇਹ ਸਾਡੀ ਕਹਾਣੀ। ਹੁਣ ਇਸ ਤੋਂ ਬਾਅਦ ਅਸੀਂ ਆਵਾਂਗੇ ਸਕਰੀਨ ਪਲੇ ਤੇ। ਅਸੀਂ ਕਹਾਂਗੇ ਰਾਜਾ ਕਿੱਥੋਂ ਦਾ ਸੀ, ਪਹਿਲਾ ਸੀਨ ਕਿੱਥੇ, ਰਾਣੀ ਆਪਣੇ ਘਰੋਂ ਤਿਆਰ ਹੋ ਕੇ ਨਿਕਲੀ, ਇੱਧਰ ਰਾਜੇ ਨੇ ਟਾਈਮ ਦੇਖਿਆ, ਉੱਧਰ ਗੇਟ ਦੇ ਵਿੱਚ ਬੜੀ, ਉੱਧਰੋਂ ਇੱਥੇ ਆਏ, ਅਚਾਨਕ ਉਹਨਾਂ ਦੀ ਸਾਹਮਣੇ ਨਜ਼ਰ ਗਈ। ਠੀਕ ਹੈ ਨਾ, ਸੀਨ ਵਾਈਜ਼ ਜੋ ਤੁਸੀਂ ਫਿਲਮ ਦੇਖਦੇ ਹੋ ਉਹ ਸਾਡਾ ਸਕਰੀਨ ਪਲੇ ਹੈ। ਕੀ ਟ੍ਰੀਟਮੈਂਟ ਹੋਊਗਾ, ਕਿਵੇਂ ਨਹੀਂ, ਫਿਰ ਨਾਲ ਕਮੇਡੀ ਲਾਉਂਦੇ ਨੇ ਵੀ ਨਾਲ ਰਾਜੇ ਦੇ ਇੱਕ ਰੰਗ ਰਾਣਾ ਸੀ ਮਲੰਗ ਜਿਹਾ ਛੋਟਾ ਦਿਖਦਾ, ਤਾਂ ਕਿ ਹੀਰੋ ਸਾਡਾ ਜ਼ਿਆਦਾ ਸੋਹਣਾ ਲੱਗੇ, ਛੋਟਾ ਜਿਹਾ ਲਵਾਂਗੇ ਜਿਹੜਾ ਕਮੇਡੀ ਨੂੰ ਹੋਊਗਾ। ਉਹਦੀ ਗੱਲ ਗੱਲ 'ਤੇ ਬੇਇੱਜ਼ਤੀ ਕਰਦਾ, ਇੱਕ ਰਾਣੀ ਦੀ ਸਹੇਲੀ ਵੀ ਹੈ, ਇੱਥੋਂ ਕਰੈਕਟਰ ਘੜੇ ਜਾ ਰਹੇ ਨੇ, ਹੈ ਨਾ। ਫਿਰ ਸਾਰਾ ਸਕਰੀਨ ਪਲੇ ਬਣਦਾ, ਸਾਰਾ ਬਣ ਗਿਆ, ਸੀਨ ਵੰਡ ਹੋ ਗਈ ਵੀ ਪਹਿਲੇ ਸੀਨ 'ਚ ਕੀ ਹੋਊ, ਦੂਜੇ 'ਚ ਕੀ ਹੋਊ, ਤੀਜੇ 'ਚ ਕੀ ਹੋਊ। ਫਿਰ ਆਪਾਂ ਹੌਲੀ ਹੌਲੀ ਫਾਦਰ ਤੱਕ ਲੈ ਕੇ ਜਾਵਾਂਗੇ, ਫਿਰ ਵਿੱਚ ਫਾਦਰ ਦਾ ਵੀ ਸੀਨ ਆਊਗਾ, ਪਟਿਆਲੇ ਵਾਲੇ ਵਾਲੇ ਦਾ ਆਊਗਾ, ਨਾਭੇ ਵਾਲੇ ਦਾ ਆਊਗਾ, ਵਿੱਚ ਦੋਸਤਾਂ ਦੇ ਆਊਗਾ, ਵਿੱਚ ਫੋਨ ਕੱਟ ਹੋਣਗੇ, ਰਾਤ ਨੂੰ ਰਜਾਈ 'ਚ ਨੀਂਦ ਨਹੀਂ ਆ ਰਹੀ, ਫਿਰ ਸੀਨ ਆਉਣਗੇ, ਸਾਰਾ ਕੁਛ ਆਏਗਾ। ਫਿਰ ਆਪਾਂ ਇਹ ਕਹਾਣੀ ਬਣਾ ਕੇ ਫਿਰ ਆਪਾਂ ਕਹਾਂਗੇ ਹੁਣ ਲਿਖੋ ਡਾਇਲੋਗ, ਫਿਰ ਜਿਹੜੀ ਗੱਲਬਾਤ ਕਰਨਗੇ ਵਿੱਚ ਜਿਹੜੇ ਸਾਣਾ ਆਉਣਾ, ਸਿੰਪਲ ਮਾਇਨਿਆਂ ਦੇ ਵਿੱਚ ਇਹ ਹੈ। ਠੀਕ ਹੈ, ਕੋਈ ਜ਼ਿਆਦਾ ਔਖੀ ਗੱਲ ਨਹੀਂ। ਬਾਰ ਬਾਰ ਨਾ ਪੁੱਛਿਆ ਕਰੋ ਮੈਸੇਜ ਕਰਕੇ, ਇਹ ਫਿਲਮ ਕਿਵੇਂ ਲਿਖੀ ਜਾਂਦੀ ਹੈ, ਕਿਵੇਂ ਲਿਖ ਲੈਂਦੇ ਹੋ, ਤੁਸੀਂ ਤਾਂ ਬਹੁਤ ਗ੍ਰੇਟ ਹੋ, ਕਲਾਕਾਰਾਂ ਨੂੰ ਕਹਿਣੋ ਹਟ ਜਾਓ ਗ੍ਰੇਟ ਹੋ, ਕਿਉਂਕਿ ਤੁਸੀਂ ਵੀ ਕਹਾ ਬਾਅਦ 'ਚ ਲਿਖਦੇ ਹੁੰਦੇ ਹੋ ਵੀ ਕਾਹਦੇ ਗ੍ਰੇਟ, ਮਹਾਨ ਮੂਹ ਨਹੀਂ ਹੈਗੇ, ਇਹੋ ਜਿਹੇ ਹੁੰਦੇ ਨੇ। ਤੁਸੀਂ ਵੀ ਮਹਾਨ ਕਹਿੰਦੇ ਹੋ, ਤੁਸੀਂ ਬਾਅਦ 'ਚ ਬੇਇੱਜ਼ਤੀ ਕਰਨ ਲੱਗ ਜਾਂਦੇ। ਮਹਾਨ ਨਾ ਕਿਹਾ ਕਰੋ, ਮਹਾਨ ਕੋਈ ਨਹੀਂ, ਕੋਈ ਆਪਣਾ ਕੰਮ ਵਧੀਆ ਕਰਦਾ, ਕੋਈ ਘਟੀਆ ਕਰਦਾ, ਕੋਈ ਸੀਰੀਅਸ ਹੋ ਕੇ ਕਰਦਾ, ਕੋਈ ਨੌਨ ਸੀਰੀਅਸ ਹੋ ਕੇ ਕਰਦਾ, ਹਰੇਕ ਕੰਮ ਦੇ ਵਿੱਚ ਹਰੇਕ ਬੰਦੇ ਦੀ ਆਪਣੀ ਮੁਹਾਰਤ ਆ। ਸੋ ਫਿਲਮ ਲਿਖਣ ਦੇ ਵਿੱਚ, ਜੇ ਤੁਸੀਂ ਫਿਲਮ ਲਿਖਣ ਵੱਲ ਆਉਣਾ ਚਾਹੁੰਦੇ ਹੋ, ਇਹ ਕੋਈ ਬਹੁਤ ਵੱਡੀ ਔਖੀ ਜੌਬ ਨਹੀਂ ਹੈ, ਪਰ ਕਮਿਟਮੈਂਟ ਮੰਗਦੀ ਹੈ ਤੇ ਪੜ੍ਹਨਾ ਮੰਗਦੀ ਹੈ। ਤੁਹਾਨੂੰ ਪੜ੍ਹਾਈ ਆਉਣੀ ਚਾਹੀਦੀ ਹੈ, ਤੁਸੀਂ ਚੰਗੇ ਪਾਠਕ ਹੋਣੇ ਚਾਹੀਦੇ ਹੋ, ਚੰਗੇ ਦਰਸ਼ਕ ਹੋਣੇ ਚਾਹੀਦੇ ਹੋ, ਚੰਗੇ ਤੁਸੀਂ ਸਰੋਤੇ ਹੋਣੇ ਚਾਹੀਦੇ ਹੋ, ਫਿਰ ਤੁਹਾਨੂੰ ਫਿਲਮ ਲਿਖਣੀ ਆ ਜਾਂਦੀ ਹੈ। ਜੇ ਤੁਸੀਂ ਇਸ ਪਾਸੇ ਵੱਲ ਆਓਗੇ, ਪੈਸੇ ਵੀ ਸੋਹਣੇ ਨੇ, ਵਧੀਆ ਪੈਸੇ ਮਿਲਣਗੇ, ਨਾਂ ਵੀ ਵਧੀਆ ਮਿਲੂਗਾ, ਪਰ ਅਕਸਰ ਅਸੀਂ ਇਹਦੇ ਵੱਲ ਜਾਂਦੇ ਨਹੀਂ, ਨਾ ਸਾਡੇ ਥੀਏਟਰ ਵਾਲੇ ਜਾਂਦੇ ਨੇ, ਨਾ ਪੰਜਾਬੀ ਡਿਪਾਰਟਮੈਂਟ ਵਾਲੇ ਜਾਂਦੇ ਨੇ। ਪਰ ਮੈਨੂੰ ਬਹੁਤ ਵਧੀਆ ਖੁਸ਼ਖਬਰੀ ਮਿਲੀ ਹੈ ਕਿ ਹੁਣ ਅਸੀਂ ਪੜ੍ਹਾ ਰਹੇ ਹਾਂ ਇਹ, ਔਰ ਬਹੁਤ ਅੱਛੀ ਗੱਲ ਹੈ। ਕੱਲ੍ਹ ਕਲਾਂ ਨੂੰ ਸਾਡੀਆਂ ਸੇਵਾਵਾਂ ਦੀ ਲੋੜ ਹੈ, ਕਦੇ ਸਾਨੂੰ ਤੁਸੀਂ ਸਾਡੇ ਤੋਂ ਵਰਕਸ਼ਾਪ ਕਰਾਉਣੀ ਹੈ, ਕਿਸੇ ਤੋਂ ਵੀ ਕਰਾਉਣੀ ਆ, ਜਿਵੇਂ ਜਸ 'ਤੇ ਅਸੀਂ ਪਹਿਲੀ ਆਵਾਜ਼ ਦੇ ਵਿੱਚ ਆਏ ਹਾਂ, ਜਸ ਕਹਿੰਦਾ ਬਹੁਤ ਖੁਸ਼ੀ ਨਾਲ ਜਾਊਂਗਾ ਕਿ ਯੂਨੀਵਰਸਿਟੀ ਦੇ ਮੂਹਰ ਦੀ ਲੰਘਦੇ ਹੁੰਦੇ ਸੀ, ਅੱਜ ਯੂਨੀਵਰਸਿਟੀ 'ਚ ਬਹਿ ਕੇ ਬੋਲਾਂਗਾ। ਸੋ ਮੈਂ ਫਿਲਮ ਲਿਖਣਾ ਮੇਰੇ ਲਈ ਇੱਕ ਜਾਦੂਗਰੀ ਹੈ। ਮੈਂ ਆਪਣੇ ਟੇਬਲ ਦੇ ਉੱਤੇ ਜਿੱਥੇ ਮੈਂ ਲਿਖਦਾ, ਜਾਂ ਮੇਰੇ ਜਿਹੜਾ ਲੈਪਟੋਪ ਆ, ਜਿਹੜਾ ਸਕਰੀਨ ਸੇਵਰ ਲੱਗਿਆ ਹੋਇਆ, ਉੱਤੇ ਲਿਖਿਆ ਹੋਇਆ ਸਕਰੀਨ, ਤਾਂ ਕਿ ਮੈਨੂੰ ਯਾਦ ਕਰਾਉਂਦਾ ਰਹੇ ਕਿ ਮੈਂ ਕੀ ਲਿਖਣਾ। SCREEN ਸਕਰੀਨ। ਜਦੋਂ ਮੈਂ ਫਿਲਮ ਲਿਖਦਾ ਤਾਂ ਮੇਰੇ ਦਿਮਾਗ ਸਾਹਮਣੇ ਹੁੰਦਾ ਸਕਰੀਨ, ਐਸ, ਕਿਉਂਕਿ ਚੱਲਣੀ ਸਕਰੀਨ ਦੇ ਉੱਤੇ ਹੈ ਮੇਰੀ ਫਿਲਮ, ਜਿਹੜੀ ਨਹੀਂ ਬਣੀ। ਕਈ ਫਿਲਮਾਂ ਇਹੋ ਜਿਹੀਆਂ ਵੀ ਲਿਖੀਆਂ ਨੇ, ਪੈਸੇ ਵੀ ਆਏ ਹੋਣੇ, ਸ਼ੂਟਿੰਗ ਹੀ ਨਹੀਂ ਹੋਈ, ਕਈਆਂ ਦੀ ਸ਼ੂਟਿੰਗ ਹੋਈ ਉਹ ਰਿਲੀਜ਼ ਹੀ ਨਹੀਂ ਹੋਈਆਂ, ਬਹੁਤ ਵਾਰੀ ਹੁੰਦਾ। ਤੇ ਫਿਲਮ ਦਾ ਤੁਹਾਨੂੰ ਉਹੀ ਪਤਾ ਲੱਗੂਗਾ ਵੀ ਰਾਣੇ ਨੇ ਆਹ ਲਿਖਿਆ ਜਿਹੜੀ ਸਕਰੀਨ ਤੇ ਆਊਗੀ। ਲਿਖੀਆਂ ਤਾਂ ਮੈਂ ਬਹੁਤ ਨੇ ਨਾ, ਤੁਸੀਂ ਇਹ ਪੁੱਛਿਆ ਕਰੋ ਤੁਹਾਡੀਆਂ ਲਿਖੀਆਂ ਹੋਈਆਂ ਰਿਲੀਜ਼ ਕਿੰਨੀਆਂ ਹੋਈਆਂ ਨੇ, ਫਿਰ ਪੁੱਛਿਆ ਕਰੋ ਚੱਲੀਆਂ ਕਿੰਨੀਆਂ ਨੇ।
ਠੀਕ ਹੈ। ਉਹ ਮੈਂ ਸਕਰੀਨ ਲਿਖਿਆ ਹੋਇਆ, ਐਸ ਫਾਰ ਸੋਸ਼ਲ, ਸੀ ਫਾਰ ਕ੍ਰੀਏਟਿਵ, ਆਰ ਫਾਰ ਰਿਐਲਿਟੀ, ਈ ਫਾਰ ਇੰਟਰਟੇਨਮੈਂਟ, ਈ ਫਾਰ ਐਜੂਕੇਸ਼ਨ ਐਂਡ ਐਨ ਫਾਰ ਨੈਚੁਰਲ। ਮੈਂ ਜਦ ਵੀ ਲਿਖੂੰਗਾ ਇਹਨਾਂ ਚੀਜ਼ਾਂ ਨੂੰ ਸਾਹਮਣੇ ਲਿਖ ਕੇ ਫਿਲਮ ਲਿਖੂੰਗਾ, ਚਾਹੇ ਜਿੰਨੀਆਂ ਮਰਜ਼ੀ ਕਿਸੇ ਸ਼ਰਤਾਂ ਹੋਣ, ਉਹਦੇ ਮੁਤਾਬਕ ਵੀ ਮੈਂ ਇੰਟਰਟੇਨਮੈਂਟ ਦਾ ਵੀ ਖਿਆਲ ਰੱਖੂੰਗਾ। ਇਸ ਲਈ ਮੇਰੀ ਹਰੇਕ ਸਕ੍ਰਿਪਟ ਦੇ ਵਿੱਚ, ਚਾਹੇ ਤੁਸੀਂ ਕਹੋ ਕਹਿਣ ਲੱਗ ਜਾਂਦਾ ਵੀ ਰਾਣਾ ਸੁਨੇਹੇ ਦੇਣ ਲੱਗ ਜਾਂਦਾ, ਮੈਸੇਜ ਦੇਣ ਲੱਗ ਜਾਂਦਾ, ਇੱਕ ਮੇਰਾ ਆਪਣਾ ਸਟਾਈਲ ਹੈ ਔਰ ਇੱਕ ਮੇਰੇ ਆਪਣੇ ਆਪ ਨਾਲ ਮੇਰੀ ਕਮਿਟਮੈਂਟ ਹੈ। ਮੇਰੀ ਸਕਰੀਨ ਇਹ ਹੈ, ਮੇਰੀ ਰਾਈਟਿੰਗ ਇਹ ਹੈ, ਮੈਂ ਆਪਣੇ ਆਸੇ ਪਾਸੇ ਦਾ ਲਾਹਾ ਲੈਣਾ, ਮੈਂ ਕਿਤਾਬਾਂ ਦਾ ਲਾਹਾ ਲੈਣਾ, ਮੈਂ ਪੜ੍ਹੇ ਲਿਖੇ ਦਾ ਲਾਹਾ ਲੈਣਾ। ਮੈਂ ਜੇ ਅਰਦਾਸ ਲਿਖਣੀ ਹੁੰਦੀ ਹੈ ਤਾਂ ਮੈਂ ਫਿਰ ਗੁਰਬਾਣੀ ਵਿੱਚ ਦੀ ਲੰਘਦਾ, ਫਿਰ ਮੈਂ ਜਿਨ੍ਹਾਂ ਦੀ ਗੁਰਬਾਣੀ ਨੂੰ, ਜਿਨ੍ਹਾਂ ਨੂੰ ਸਮਝ ਹੈ ਗੁਰਬਾਣੀ ਦੀ, ਫਿਰ ਮੈਂ ਉਹਨਾਂ ਨਾਲ ਗੱਲਾਂ ਕਰਦਾ, ਫਿਰ ਮੈਂ ਮੁਲਾਕਾਤਾਂ ਕਰਦਾ ਉਹਨਾਂ ਨਾਲ। ਜੇ ਕੋਈ ਚੰਗੀ ਫਿਲਮ ਦੇਖੀ ਹੈ, ਮੈਂ ਡਾਕਟਰ ਇੱਧਰ ਸਾਡੇ ਗੁਰਮੁਖ ਹੋਰਾਂ ਨਾਲ ਗੱਲ ਕਰ ਲੈਣਾ ਕਿਸੇ ਨਾਲ, ਜਾਂ ਆਪਣੀ ਫਿਲਮ ਬਾਰੇ ਪੁੱਛ ਲੈਣਾ ਕਿਵੇਂ ਹੈ, ਮੈਂ ਆਪਣੇ ਆਪ ਨੂੰ ਵੀ ਕ੍ਰਿਟੀਸਾਈਜ਼ ਕਰਦਾ। ਪਰ ਮੈਨੂੰ ਹੁੰਦਾ ਕਿ ਮੈਂ ਜਦੋਂ ਫਿਲਮ ਲਿਖਾਂ ਤਾਂ ਮੈਂ ਜਿਹੜੇ ਕਰੈਕਟਰ ਦਾ ਨਾਂ ਰੱਖਦਾ ਉਹਦਾ ਕੋਈ ਨਾ ਕੋਈ ਥੋੜ੍ਹਾ ਮੋਟਾ ਮਤਲਬ ਹੋਵੇ, ਉਹ ਕਹਾਣੀ ਨਾਲ ਕਿਤੇ ਨਾ ਕਿਤੇ ਰਿਲੇਟ ਕਰਦਾ ਹੋਵੇ। ਮੈਂ ਵੈਸੇ ਹੀ ਨਹੀਂ ਲਿਖ ਦਿੰਦਾ ਨੱਥਾ ਸਿੰਘ, ਪ੍ਰੇਮ ਸਿੰਘ। ਮੇਰੇ ਕਰੈਕਟਰ ਜੇ ਮੈਂ ਅਰਦਾਸ ਪਹਿਲੀ ਵਿੱਚ ਲਿਖਦਾ ਗੁਰਮੁਖ, ਤਾਂ ਮੈਨੂੰ ਨਾਮ ਮਿਲਦਾ ਕਿਤੋਂ ਹੋਰ ਹੈ। ਮੈਂ ਜਦੋਂ ਕਹਾਣੀ ਸੁਣ ਕੇ ਆਉਂਦਾ ਗਿੱਪੀ ਗਰੇਵਾਲ ਕੋਲੋਂ, ਤਾਂ ਮੈਂ ਸਰਹੰਦ ਦੇ ਕੋਲੇ ਇੱਕ ਰੇਹੜੀ ਵਾਲੇ ਕੋਲੋਂ, ਸਰਦਾਰ ਜੀ ਕੋਲੋਂ ਜਿਹਨਾਂ ਤੱਕ ਅੰਮ੍ਰਿਤ ਛਕਿਆ ਹੋਇਆ ਸੀ, ਉਹਨਾਂ ਕੋਲੋਂ ਕੇਲੇ ਲੈਣਾ। ਤੇ ਮੈਂ ਜਿਵੇਂ ਨਾ ਕਿ ਥੋੜਾ ਥੋੜਾ ਜਿਹਾ ਬਦਤਮੀਜ਼ ਹੈਗਾ, ਮੈਂ ਗੱਡੀ 'ਚ ਬੈਠਾ ਹੀ ਉਹਨਾਂ ਨੂੰ ਕਹਿੰਦਾ ਕਿ ਵੀ ਦਰਜਨ ਕੇਲੇ ਪਾ ਦਿਓ। ਉਹ ਕੇਲੇ ਲੈ ਕੇ ਕਹਿੰਦੇ ਪਾਉਂਦੇ ਆ ਗੁਰਮੁਖੋ। ਉਹਨਾਂ ਨੇ ਇੰਨੇ ਪਿਆਰ ਨਾਲ ਕਿਹਾ ਪਾਉਂਦੇ ਆ ਪਿਆਰਿਓ, ਦਿੰਦੇ ਆ ਪਿਆਰਿਓ। ਉਹ ਇੰਨੇ ਹੱਸ ਕੇ ਗੱਲ ਕਰੇ ਸੀ, ਮੈਨੂੰ ਗੱਡੀ 'ਚ ਉਤਰਨਾ ਪਿਆ। ਮੈਂ ਕਿਹਾ ਸੋਰੀ ਜੀ, ਮੈਂ ਵਿੱਚ ਬੈਠਾ ਹੀ ਬੋਲੀ ਜਾ ਰਿਹਾ ਸੀ। ਮੈਂ ਗੱਲ ਕੀਤੀ, ਮੈਂ ਕਿਹਾ ਤੁਹਾਡਾ ਨਾਂ ਕੀ ਹੈ ਜੀ? ਕਹਿੰਦੇ ਗੁਰਮੁਖ ਹੈ ਪਿਆਰਿਓ। ਮੈਂ ਕਿਹਾ ਠੀਕ ਹੈ ਜੀ। ਮੈਂ ਉਹਨਾਂ ਤੋਂ ਲਏ ਅਤੇ ਉਹਨਾਂ ਨਾਲ ਜੱਫੀ ਜੀ ਪਾ ਕੇ ਗੱਡੀ 'ਚ ਬੈਠਿਆ। ਮੈਂ ਨਾਲ ਥੋੜ੍ਹੀ ਦੇਰ ਗੱਡੀ ਰੋਕੀ, ਮੈਂ ਗਿੱਪੀ ਗਰੇਵਾਲ ਨੂੰ ਫੋਨ ਕੀਤਾ। ਮੈਂ ਕਿਹਾ ਆਪਾਂ ਨੂੰ ਅਰਦਾਸ ਦੇ ਗੁਰਪ੍ਰੀਤ ਘੁੱਗੀ ਦੇ ਕਰੈਕਟਰ ਲਈ ਨਾਮ ਮਿਲ ਗਿਆ, ਅਤੇ ਉਹਦਾ ਆਪਾਂ ਨੂੰ ਇਹ ਵੀ ਮਿਲ ਗਿਆ ਕਿ ਇੱਕ ਜਿਹੜਾ ਵਾਰ ਵਾਰ ਸ਼ਬਦ ਵਰਤੂਗਾ, ਜਿਹਨੂੰ ਅਸੀਂ ਤਕੀਆ ਕਲਾਮ ਨਹੀਂ ਕਹਿ ਸਕਦੇ, ਪਰ ਉਹਦੀ ਜ਼ੁਬਾਨ ਦੇ ਵਿੱਚ ਹੋਊਗਾ, ਉਹ ਪਿਆਰਿਓ ਹੋਊਗਾ। ਕਹਿੰਦੇ ਨਾਂ ਕੀ ਹੈ? ਮੈਂ ਕਿਹਾ ਗੁਰਮੁਖ, ਅਤੇ ਬੋਲਿਆ ਕਰੂਗਾ ਪਿਆਰਿਓ। ਕਹਿੰਦੇ ਨਾਮ ਬੜਾ ਵਧੀਆ। ਸੋ ਸਾਨੂੰ ਉਸ ਮੁਤਾਬਕ ਕਰੈਕਟਰ ਕਈ ਵਾਰੀ ਐਂ ਮਿਲ ਜਾਂਦੇ ਨੇ। ਸੋ ਗੁਰਮੁਖ ਨਾਂ ਮਿਲਿਆ, ਅਤੇ ਜਿਹੜਾ ਵਾਰ ਵਾਰ ਘੁੱਗੀ ਹੋਰੀ ਪਿਆਰਿਓ ਕਹਿੰਦੇ ਨੇ ਉੱਥੋਂ ਮਿਲਿਆ। ਅਤੇ ਗੱਲ ਕੀ ਹੈ, ਸਾਨੂੰ ਆਸੇ ਪਾਸੇ ਝਾਕਣਾ ਪੈਂਦਾ, ਓਬਜ਼ਰਵਰ ਬਣਨਾ ਪੈਂਦਾ। ਓਬਜ਼ਰਵਰ ਬਣ ਕੇ ਹੀ ਅਸੀਂ ਲਿਖਦੇ ਹਾਂ ਸਕ੍ਰਿਪਟ। ਪਹਿਲਾਂ ਅਸੀਂ ਵਨ ਲਾਈਨ ਲਿਖਦੇ ਹਾਂ, ਫਿਰ ਉਸ ਤੋਂ ਬਾਅਦ ਉਹਦੀ ਸਟੋਰੀ ਲਿਖਦੇ ਹਾਂ, ਫਿਰ ਸਕਰੀਨ ਪਲੇ ਦੀ ਘਾਟ ਕਰਦੇ ਹਾਂ, ਫਿਰ ਡਾਇਲੋਗ ਨਾਲ ਅੱਗੇ ਵੱਧਦੇ ਹਾਂ। ਕੋਈ ਇੱਕ ਡਰਾਫਟ ਦੇ ਵਿੱਚ ਫਿਲਮ ਸ਼ੂਟਿੰਗ ਕਰਨ ਲੱਗ ਜਾਂਦਾ, ਕਈਆਂ ਦੀ ਲਿਖੀ ਨਹੀਂ ਹੁੰਦੀ, ਫਿਲਮ ਸ਼ੂਟਿੰਗ ਸ਼ੁਰੂ ਕਰਨ ਲੱਗ ਜਾਂਦੇ ਨੇ, ਕਈ 7-8 ਡਰਾਫਟ ਲਿਖ ਕੇ ਪੋਲਿਸ਼ ਕਰਕੇ ਫਿਰ ਸ਼ੂਟਿੰਗ ਦੇ ਉੱਤੇ ਜਾਂਦੇ ਆ। ਬਾਕੀ ਸਵਾਲਾਂ ਵਿੱਚੋਂ ਆਈ ਜਾਣਗੇ, ਕਿਉਂਕਿ ਕ੍ਰੀਏਟਿਵ ਪ੍ਰੋਸੈਸ ਵਾਲਾ ਬੰਦਾ ਮੈਂ ਇਹੀ ਲਿਖ ਸਕਦਾ ਕਿ ਮੇਰੇ ਦਿਮਾਗ ਦੇ ਵਿੱਚ ਮੈਂ ਨੈਚੁਰਲ ਰਹਿਣਾ, ਜ਼ਿਆਦਾ ਸਕੰਜੇ ਨਹੀਂ ਕੱਸਦਾ ਕਿ ਮੈਂ ਆਹ ਕਰਨਾ ਜਾਂ ਮੈਂ ਇੱਧਰ ਨਹੀਂ ਜਾਣਾ ਜਾਂ ਉੱਧਰ ਨਹੀਂ ਜਾਣਾ। ਫਸਟ ਡਰਾਫਟ ਜਦੋਂ ਮੈਂ ਲਿਖਦਾ, ਖੁੱਲ੍ਹਾ ਹੋ ਕੇ ਲਿਖਦਾ, ਮੇਰੇ ਲਈ ਸਕਰੀਨ ਜਦੋਂ ਮੈਂ ਲਿਖਣ ਲੱਗਦਾ, ਸਕਰੀਨ ਸਾਹਮਣੇ ਲਿਖਿਆ ਹੁੰਦਾ ਅਤੇ ਮੇਰੇ ਲਈ ਸਕਰੀਨ ਚੱਲਦੀ ਹੁੰਦੀ ਹੈ। ਮੈਂ ਬਿਨਾਂ ਸਕਰੀਨ ਚੱਲਦੇ ਕਦੇ ਵੀ ਲਿਖਦਾ ਨਹੀਂ, ਔਰ ਮੈਨੂੰ ਪਾਤਰ ਪਹਿਲੇ ਦਿਨ ਤੋਂ ਹੀ ਚੱਲਦੇ ਫਿਰਦੇ ਬੋਲਦੇ ਨਜ਼ਰ ਆਉਣ ਲੱਗ ਜਾਂਦੇ ਨੇ। ਥੈਂਕ ਯੂ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਸਲਾਮ। ਮੈਨੂੰ ਬੜੀ ਖੁਸ਼ੀ ਹੋਈ ਜਿਵੇਂ ਸਰ ਨੇ ਦੱਸਿਆ ਕਿ ਇੱਥੇ ਸਕਰੀਨ ਪਲੇ ਪੜਾਇਆ ਜਾਊਗਾ। ਅਸਲ ਦੇ ਵਿੱਚ ਇਹ ਬਹੁਤ ਹੀ ਵੱਡਾ ਸਟੈਪ ਹੈ ਸਰ, ਕਿਉਂਕਿ ਸਭ ਤੋਂ ਜ਼ਿਆਦਾ ਘਾਟਾ ਅਗਰ ਸਿਨੇਮਾ 'ਚ ਹੈਗਾ, ਖਾਸ ਕਰਕੇ ਪੰਜਾਬੀ ਸਿਨੇਮਾ 'ਚ, ਤਾਂ ਸਕਰੀਨ ਪਲੇ ਹੀ ਹੈ। ਸਕਰੀਨ ਪਲੇ ਰਾਈਟਰ ਹੈ ਨਹੀਂ। ਮੈਂ ਬਹੁਤ ਵਾਰ, ਮੇਰੇ ਜਿਹੜੇ ਦੋਸਤ ਪ੍ਰੋਡਿਊਸਰਸ ਨੇ ਮੈਨੂੰ ਦੱਸਦੇ ਨੇ ਕਿ ਬਾਈ ਜੀ ਆਹ ਫਿਲਮ ਸ਼ੁਰੂ ਕਰਨ ਲੱਗਿਆ,
ਆਹ ਕਹਾਣੀਆਂ। ਮੈਂ ਕਹਿੰਦਾ ਕਿਹਨੇ ਲਿਖੀ ਆ ਕਹਾਣੀ? ਕਹਿੰਦੇ ਜੀ ਫਲਾਨੇ ਨੇ। ਡਾਇਲੋਗ ਕਿਹਨੇ ਲਿਖੇ ਨੇ? ਜੀ ਫਲਾਨੇ ਨੇ। ਮੈਂ ਕਿਹਾ ਸਕਰੀਨ ਪਲੇ? ਕਈ ਵਾਰ ਮੈਨੂੰ ਨਵੇਂ ਪ੍ਰੋਡਿਊਸਰ ਪੁੱਛ ਲੈਂਦੇ ਬਾਈ ਉਹ ਕੀ ਹੁੰਦਾ, ਕਹਿੰਦੇ ਬਾਈ ਰਲ ਮਿਲ ਕੇ ਲਿਖ ਲਾਂਗੇ, ਹੈ ਨਾ। ਅਤੇ ਮੈਂ ਕਿਹਾ ਯਾਰ ਅਸਲ ਦੇ ਵਿੱਚ ਹੁਣ ਰਾਣਾ ਭਾਜੀ ਨੇ ਰਾਜੇ ਅਤੇ ਰਾਣੀ ਦੀ ਕਹਾਣੀ ਸਾਰਿਆਂ ਨੇ ਆਪਣੇ ਆਪਾਂ ਨੇ ਸੁਣੀ ਹੋਈ ਹੈ, ਅਤੇ ਆਪਾਂ ਸਾਰੇ ਸੋਚਦੇ ਸੀ ਵੀ ਸ਼ਾਇਦ ਪਿਆਸੇ ਗਊਏ ਤੋਂ ਵੀ ਜ਼ਿਆਦਾ ਜੇ ਦੁਨੀਆਂ 'ਤੇ ਸੌਖੀ ਕਹਾਣੀ ਹੈ ਤਾਂ ਇਹ ਆ। ਪਰ ਇਹਨਾਂ ਨੇ ਉਸ ਕਹਾਣੀ ਨੂੰ ਕਿੰਨਾ ਦਿਲਚਸਪ ਬਣਾ ਦਿੱਤਾ। ਗੱਲ ਇਹ ਆ ਕਿ ਚੰਗਾ ਸਕਰੀਨ ਪਲੇ ਕਿਸੇ ਵੀ ਕਹਾਣੀ ਨੂੰ ਬਹੁਤ ਦਿਲਚਸਪ ਬਣਾ ਸਕਦਾ। ਅਗਰ ਉਸ ਦੀ ਦੁਨੀਆਂ 'ਚ ਕੋਈ ਬੈਸਟ ਐਗਜ਼ਾਮਪਲ ਹੋ ਸਕਦੀ ਸੀ, ਉਹ ਰਾਣਾ ਭਾਜੀ ਨੇ ਹੁਣ ਦਿੱਤੀ ਆ ਅੱਜ ਉਸ ਕਹਾਣੀ ਨੂੰ ਸੁਣਾ ਕੇ। ਅਤੇ ਖੈਰ ਇਹਨਾਂ ਨੇ ਤਾਂ ਸਾਰੀਆਂ ਗੱਲਾਂ ਹੀ ਮੁਕਾ ਦਿੱਤੀਆਂ, ਮੈਨੂੰ ਲੱਗਦਾ ਹੁਣ ਮੈਂ ਅੱਗੇ ਬੋਲਾਂਗੀ। ਅਤੇ ਸਕਰੀਨ ਪਲੇ ਹੁੰਦਾ, ਸਕਰੀਨ ਪਲੇ ਕਿਸੇ ਵੀ ਬਹੁਤ ਬਹੁਤ ਛੋਟੀ ਕਹਾਣੀ ਨੂੰ ਬਹੁਤ ਵਧੀਆ ਬਣਾ ਸਕਦਾ। ਸਕਰੀਨ ਪਲੇ ਸਿੱਖਣਾ ਪੈਣਾ ਜਿਹਨੇ ਸਿਨੇਮਾ 'ਚ ਆਉਣਾ, ਹਾਂ ਜਿਹਨੇ ਕ੍ਰਿਟਿਕ ਬਣਨਾ ਆ, ਜਿਹਨੇ ਐਪਰੀਸ਼ੀਏਟਰ ਵੀ ਬਣਨਾ, ਉਹਨੂੰ ਵੀ ਸਕਰੀਨ ਪਲੇ ਸਿੱਖਣਾ ਪੈਣਾ। ਪਰ ਜਿਹਨੇ ਸਿਨੇਮਾ ਲਿਖਣਾ ਉਹਨੂੰ ਸਿੱਖਣਾ ਪੈਣਾ ਸਕਰੀਨ ਪਲੇ। ਇਸ ਲਾਈਨ 'ਚ ਆਓ ਸਾਰੇ, ਬਹੁਤ ਖੂਬਸੂਰਤ ਲਾਈਨ ਆ। ਪਰ ਲਾਈਨ 'ਚ ਆਉਣ ਲਈ ਆਪਦੇ ਆਪ ਨੂੰ, ਆਪਦੇ ਆਪ 'ਚ ਟੈਲੈਂਟ ਭਰੋ। ਮੈਨੂੰ ਯਾਦ ਆ ਮੈਂ ਬੋਂਬੇ ਕਿਸੇ ਵੱਡੇ ਰਾਈਟਰ ਨੂੰ ਪੁੱਛਿਆ ਸੀ ਕਿ ਸਰ ਮੈਨੂੰ ਸਕਰੀਨ ਪਲੇ ਲਿਖਣਾ ਸਿਖਾ ਦਿਉ। ਉਹ ਕਹਿੰਦੇ ਜਸ ਬੇਟਾ ਲਿਖਣਾ ਹੀ ਚਾਹਤੇ ਹੋ ਕਿ ਪੜ੍ਹਤੇ ਵੀ ਹੋ? ਮੈਂ ਕਿਹਾ ਸਰ ਪੜ੍ਹਦਾ ਹੂੰ। ਤਾਂ ਗੱਲ ਇਹ ਆ ਕਿ ਪੜ੍ਹੋ ਜਿੰਨਾ ਪੜ੍ਹ ਸਕਦੇ ਹੋ। ਮੁਨਸ਼ੀ ਪ੍ਰੇਮ ਚੰਦ ਨੂੰ ਮੈਂ ਬਹੁਤ ਪੜ੍ਹਦਾ, ਉਹਨਾਂ ਤੋਂ। ਉਹ ਐਕਚੁਅਲੀ ਇਹੋ ਜਿਹਾ ਰਾਈਟਰ ਆ ਜਿਹੜਾ ਤਸਵੀਰ ਦਿਖਣ ਲਾ ਆਉਂਦਾ। ਸੋ ਪੰਜਾਬੀ 'ਚ ਵੀ ਬਹੁਤ ਬਹੁਤ ਗ੍ਰੇਟ ਰਾਈਟਰ ਨੇ, ਉਹਨਾਂ ਨੂੰ ਪੜ੍ਹੋ, ਸਕਰੀਨ ਪਲੇ ਨੂੰ ਸਮਝੋ, ਅਤੇ ਆਪਦੇ ਅੰਦਰ ਉਹ ਗਹਿਰਾਈ ਪੈਦਾ ਕਰੋ ਕਿ ਕਹਾਣੀ ਤੁਹਾਡੇ 'ਚੋਂ ਨਿਕਲ ਕੇ ਬਾਹਰ ਆਵੇ, ਹੈ ਨਾ। ਬਾਕੀ ਜੇ ਟੈਲੈਂਟ ਤੁਹਾਡੇ ਅੰਦਰ ਪਹੁੰਚਦਾ ਤੁਸੀਂ ਆਪ ਹੀ ਜਾਓਗੇ, ਤਾਂ ਮੰਜ਼ਿਲਾਂ ਦਾ ਆਪ ਰਸਤੇ ਤੈਅ ਕਰਕੇ ਤੁਹਾਡੇ ਤੱਕ ਆਉਣਗੀਆਂ ਜੇ ਟੈਲੈਂਟ ਤੁਹਾਡੇ ਅੰਦਰ ਆ। ਅਤੇ ਬਾਕੀ ਰਾਣਾ ਭਾਜੀ ਨੇ ਇੱਕ ਗੱਲ ਹੋਰ ਸੋਹਣੀ ਕਹੀ ਕਿ ਇਹ ਜਾਦੂਗਰੀ ਹੈ ਸਾਡੀ ਇੰਡਸਟਰੀ, ਆਪਣੀ ਇੰਡਸਟਰੀ ਵਾਕਈ ਜਾਦੂਗਰੀ ਆ। ਇਹਦੀ ਜਾਦੂਗਰੀ ਦੀ ਇਹੀ ਮਿਸਾਲ ਆ ਕਿ ਜਦੋਂ ਮੈਂ ਅੱਠਵੀਂ 'ਚ ਪੜ੍ਹਦਾ ਹੁੰਦਾ ਸੀ, ਨਾਭੇ ਪੜ੍ਹਦਾ ਸੀ, ਮੈਂ ਨਾਭੇ ਸ਼ਹਿਰ ਦੇ ਕੋਲ ਮੇਰਾ ਪਿੰਡ, ਮੈਨੂੰ ਤਾਂ ਕੋਈ ਟੀਚਰ ਟਿਊਸ਼ਨ ਵੀ ਨਹੀਂ ਪੜ੍ਹਾਉਂਦਾ ਸੀ, ਮੈਂ ਇੰਨਾ ਮਾੜਾ ਸੀ। ਅਤੇ ਅੱਜ ਮੈਂ ਯੂਨੀਵਰਸਿਟੀ 'ਚ ਬੈਠਾ ਬੋਲ ਰਿਹਾ, ਮੇਰੇ ਲਈ ਬਹੁਤ ਵੱਡੀ ਗੱਲ ਆ। ਮੇਰੇ ਪੇਰੈਂਟਸ ਨੂੰ ਵੀ ਬਹੁਤ ਨਾਜ਼ ਹੋਊਗਾ ਇਸ ਗੱਲ 'ਤੇ। ਅਤੇ ਬਸ ਇਹੀ ਆ, ਇਸ ਲਾਈਨ 'ਚ ਆਓ। ਅਤੇ ਸਬਜੈਕਟ ਯੂਨੀਵਰਸਿਟੀ 'ਚ ਆ ਚੁੱਕਿਆ, ਇਹਨੂੰ ਫੋਲੋ ਕਰੋ, ਸਿੱਖੋ, ਆਪਦੇ ਆਪ 'ਚ ਦਮ ਪੈਦਾ ਕਰੋ। ਜਿਹੜੀ ਗੱਲ ਕਹੀ ਹੈ ਨਾ, ਪੂਰੀ ਨਹੀਂ ਕੀਤੀ, ਕਿ ਇੱਕ ਜਾਦੂਗਰੀ ਹੁੰਦੀ ਹੈ ਜਿਹੜੀ ਇਹਨਾਂ ਨੇ ਕਿਹਾ ਜਸ ਨੇ, ਕਿ ਛੋਟੀ ਜਿਹੀ ਗੱਲ ਨੂੰ ਵੱਡਾ ਕਿਵੇਂ ਕਰਨਾ, ਸਿੰਪਲ ਗੱਲ ਨੂੰ ਕਿਵੇਂ ਵਧੀਆ ਬਿਊਟੀਫੁਲ ਬਣਾਉਣਾ। ਉਹਦੀ ਉਦਾਹਰਣ ਦਿੱਤੀ ਫਿਰ ਜਸ ਗਰੇਵਾਲ ਨੇ, ਫਿਲਮ ਬਣਾ ਕੇ ਲਿਖ ਕੇ ਬੰਬੂ ਕਾਟ ਲਿਖ ਕੇ ਉਦਾਹਰਣ ਦਿੱਤੀ। ਫਿਰ ਇਹਨੇ ਉਦਾਹਰਣ ਦਿੱਤੀ ਰੱਬ ਦਾ ਰੇਡੀਓ। ਤੁਸੀਂ ਕਹਿੰਦੇ ਗੱਲ ਤਾਂ ਇੰਨੀ ਕੁ ਸੀ, ਮਿੱਠੀ ਜੀ ਸੀ, ਪਰ ਫਿਲਮ ਬੜੀ ਵਧੀਆ ਕਹੀ। ਉਹ ਸਕਰੀਨ ਪਲੇ ਦਾ ਕਮਾਲ ਹੈ ਜਿਹੜੀ ਉਹ ਖੂਬਸੂਰਤ ਤਰੀਕੇ ਨਾਲ ਗੱਲ ਕਹੀ, ਉਹ ਸਕਰੀਨ ਪਲੇ ਦਾ। ਬਾਕੀ ਇਹ ਨਹੀਂ ਹੁੰਦਾ ਕਿ ਸਾਡੇ ਕੋਲ ਹਮੇਸ਼ਾ ਕਹਾਣੀ ਹੁੰਦੀ ਹੈ। ਮੈਂ ਤੁਹਾਨੂੰ ਸਾਰੀ ਗੱਲ ਸਪਸ਼ਟ ਜਿੰਨੀ ਕੁ ਮੈਂ ਸੱਚ ਬੋਲ ਸਕਦਾ ਉਨੀ ਕੋਸ਼ਿਸ਼ ਕਰੂੰ। ਕਈ ਵਾਰੀ ਸਾਡੇ ਕੋਲ ਟਾਈਟਲ ਆਉਂਦਾ, ਹਾਂਜੀ ਰਾਣਾ ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੈ, ਫਿਲਮ ਕਰਨੀ ਹੈ ਜੀ ਇੱਕ, ਹਾਂਜੀ ਫਿਲਮ ਲਿਖਾਉਣੀ ਹੈ, ਕੀ ਹੈ ਟਾਈਟਲ ਇਹ ਹੈ ਜੀ, ਅੱਛਾ ਬਾਈ ਬੜਾ ਵਧੀਆ ਟਾਈਟਲ ਹੈ, ਕਹਾਣੀ ਕੀ ਹੈ, ਬਸ ਇਹੀ ਹੈ, ਹੈ ਨਾ। ਮੰਨ ਲਓ ਕਿਸੇ ਨੇ ਮੈਨੂੰ ਕਿਹਾ ਵੀ ਫਿਲਮ ਲਿਖੋ ਤੁਸੀਂ ਮਲੰਗ, ਭਾਜੀ ਠੀਕ ਹੈ ਮਲੰਗ ਤੇ ਲਿਖ ਦਿੰਦੇ ਆ, ਪੈਸੇ ਡੀਲ ਹੋ ਗਈ, ਕਹਾਣੀ ਕੀ ਹੈ, ਬਸ ਇਹੀ ਹੈ, ਲਿਖੋ ਇਹ ਤੇ। ਅਸੀਂ ਸਾਨੂੰ ਫਿਰ ਮਲੰਗ ਦੇ ਟਾਈਟਲ ਦੇ ਉੱਤੇ ਕਹਾਣੀ ਲਿਖਣੀ ਪੈਂਦੀ ਹੈ, ਫਿਰ ਉਹਦੇ ਮੁਤਾਬਕ ਸਕਰੀਨ ਪਲੇ ਲਿਖਣਾ ਪੈਂਦਾ ਹੈ। ਤੇ ਇਹੋ ਜਿਹੀਆਂ ਕਈ ਉਦਾਹਰਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ, ਤੇ ਤੁਸੀਂ ਕਹਿੰਦੇ ਹੋ ਵੀ ਕਮਾਲ ਦੀ ਫਿਲਮ ਹੈ। ਸੋ ਕਦੇ ਵੀ ਕਹੋ ਨਾ ਕਿ ਆਈਡੀਆ ਨਹੀਂ ਹੈ ਕਿਵੇਂ ਲਿਖਿਆ ਜਾ ਸਕਦਾ, ਕਿਵੇਂ ਨਹੀਂ ਲਿਖਿਆ ਜਾ ਸਕਦਾ। ਜਿਵੇਂ ਇੱਕ ਕਹਾਣੀ ਲਿਖੀ ਮਾਂ ਬਾਪ ਨੇ, ਉਹਦਾ ਨਾਂ ਰੱਖਿਆ ਰਾਣਾ।
ਤੇ ਉਹ ਕਿਹੋ ਜਿਹਾ ਸਕਰੀਨ ਪਲੇ ਬਣ ਗਿਆ ਤੁਹਾਡੇ ਸਾਹਮਣੇ, ਮੇਰੀ ਆਪਣੀਆਂ ਕੋਸ਼ਿਸ਼ਾਂ ਨੇ। ਇਹ ਤਾਂ ਘਰਦਿਆਂ ਨੇ ਟਾਈਟਲ ਦਿੱਤਾ ਸੀ, ਬਾਕੀ ਆਪਣੀ ਮਰਜ਼ੀ ਹੈ, ਠੀਕ ਹੈ। ਸੋ ਜ਼ਿਆਦੇ ਨਾ ਔਖਿਆ ਔਖੀ ਨਾ ਗੱਲ ਬਣਾਇਆ ਕਿਸੇ ਕਰੋ ਕਿਸੇ ਨੂੰ, ਔਖੀ ਗੱਲ ਨੂੰ ਸੌਖਾ ਸਕਰੀਨ ਪਲੇ ਰਾਹੀਂ ਬਣਾਇਆ ਜਾ ਸਕਦਾ, ਸੌਖੀ ਗੱਲ ਨੂੰ ਔਖਾ ਸਕਰੀਨ ਪਲੇ ਰਾਹੀਂ ਬਣਾਇਆ ਜਾ ਸਕਦਾ। ਸੋ ਆਪਣੀ ਲਾਈਫ ਨੂੰ ਵੀ ਤੁਸੀਂ ਆਪਣਾ ਸਕਰੀਨ ਪਲੇ ਰਾਹੀਂ ਢਾਲ ਸਕਦੇ ਹੋ, ਔਖੀ ਬਣਾਉਣੀ ਹੈ ਕਿ ਸੌਖੀ ਬਣਾਉਣੀ ਹੈ। ਕਈ ਨਿੱਕੀ ਜਿਹੀ ਗੱਲ ਨੂੰ ਉਹਦਾ ਸਕਰੀਨ ਪਲੇ ਬਹੁਤ ਵੱਡਾ ਬਣਾ ਲੈਂਦੇ ਨੇ। ਉਹਨੇ ਮੇਰੇ ਕੋਲ ਪਹਿਲਾਂ ਐਂ ਦੇਖਿਆ, ਫਿਰ ਐਂ ਕੀਤਾ, ਫਿਰ ਮੇਰੇ ਬਾਰੇ ਉਹਨੇ ਸੋਚਿਆ, ਪਤਾ ਨਹੀਂ ਉਹਨੇ ਕੀਤਾ ਹੁੰਦਾ ਕਿ ਨਹੀਂ, ਪਰ ਤੁਸੀਂ ਉੱਥੇ ਸਕਰੀਨ ਪਲੇ ਲਿਖ ਰਹੇ ਹੋ, ਇਹ ਸਕਰੀਨ ਪਲੇ। ਮੈਂ ਜਿਹੜੀ ਰਾਣੀ ਦੀ ਗੱਲ ਹੈ ਵਨ ਲਾਈਨ ਦੀ, ਉਹਦੇ ਥੋੜ੍ਹਾ ਜਿਹਾ ਇਜ਼ਾਫਾ ਕਰਨਾ ਚਾਹੁੰਦਾ। ਕਈ ਵਾਰ ਤੁਹਾਡੇ ਕੋਲ ਟਾਈਟਲ ਹੁੰਦਾ ਅਤੇ ਟਾਈਟਲ ਹੀ ਵਨ ਲਾਈਨ ਦਾ ਰੋਲ ਨਿਭਾ ਦਿੰਦਾ। ਮੈਂ ਇੱਕ ਫਿਲਮ ਲਿਖੀ ਸੀ ਪੰਜਾਬ ਬੋਲਦਾ, ਉਹ ਫਿਲਮ ਚੱਲੀ ਨਹੀਂ, ਕਾਰਨ ਇਹ ਸੀ ਕਿ ਹੀਰੋ ਵੀ ਪ੍ਰੋਡਿਊਸਰ ਸੀ ਅਤੇ ਹੀਰੋਇਨ ਦੀ ਮਾਂ ਵੀ ਪ੍ਰੋਡਿਊਸਰ ਸੀ। ਜੋ ਤੁਸੀਂ ਫਿਲਮ ਲਿਖਦੇ ਹੋ ਉਹ ਤੁਹਾਡੇ ਹੱਥ ਨਹੀਂ ਹੁੰਦੀ, ਅਤੇ ਉਹ ਫਿਲਮ ਸੀ ਟ੍ਰਾਇੰਗਲ ਜਿਹ 'ਚ ਦੋ ਕੁੜੀਆਂ ਸੀ, ਇੱਕ ਹੀਰੋ ਸੀ, ਲੇਕਿਨ ਅਖੀਰ 'ਚ ਉਹ ਹੀਰੋਇਨ ਕਿਉਂਕਿ ਪ੍ਰੋਡਿਊਸਰ ਦੀ ਧੀ ਸੀ, ਆਹਿਸਤਾ ਆਹਿਸਤਾ ਉਹ ਕਹਾਣੀ ਮੋੜ ਕੋੜ ਖਾਂਦੀ, ਅਖੀਰ 'ਚ ਕਿਤੇ ਹੋਰ ਪਹੁੰਚ ਗਈ। ਪਰ ਜੋ ਉਹਦੇ ਪਿੱਛੇ ਕ੍ਰਿਸਪ, ਉਹ ਮੈਂ ਦੱਸਣੀ ਚਾਹੁੰਦਾ ਕਿ ਜਦੋਂ ਤੁਹਾਨੂੰ ਕੋਈ ਟਾਈਟਲ ਮਿਲ ਜਾਏ ਜਾਂ ਵਨ ਲਾਈਨ ਮਿਲ ਜਾਏ, ਤਾਂ ਵੀ ਲੇਖਕ ਨੂੰ ਬੜੀ ਵੱਡੀ ਸਮੱਸਿਆ ਆਉਂਦੀ ਹੈ ਜੇ ਲੇਖਕ ਨੂੰ ਇਹ ਨਾ ਪਤਾ ਹੋਵੇ ਕਿ ਉਹਦਾ ਬਜਟ ਕੀ ਹੈ ਫਿਲਮ ਦਾ। ਮੈਂ ਜਦੋਂ ਪੰਜਾਬ ਬੋਲਦਾ ਫਿਲਮ ਲਿਖੀ ਤਾਂ ਮੈਨੂੰ ਬਾਜ਼ਾਰ ਤੁਰੇ ਜਾਂਦੇ ਨੂੰ ਫੋਨ ਆਇਆ ਹੀਰੋ ਅਤੇ ਪ੍ਰੋਡਿਊਸਰ ਦਾ, ਮੇਰਾ ਅਜ਼ੀਜ਼ ਸੀਗਾ। ਉਹ ਕਹਿੰਦਾ ਡਾਕਟਰ ਸਾਹਿਬ ਫਿਲਮ ਲਿਖਣੀ ਹੈ ਮੇਰੀ ਤੁਸੀਂ, ਅਤੇ ਆਮ ਤੌਰ 'ਤੇ ਪਹਿਲਾਂ ਹੀ ਸਵਾਲ ਹੁੰਦਾ ਕਿ ਵਨ ਲਾਈਨ ਤੁਹਾਡੇ ਕੋਲ ਹੈ ਜਾਂ ਵਨ ਲਾਈਨ ਵੀ ਮੈਂ ਲੱਭਣੀ ਹੈ। ਉਹ ਕਹਿੰਦੇ ਵਨ ਲਾਈਨ ਤਾਂ ਨਹੀਂ ਹੈ, ਮੇਰੇ ਕੋਲ ਇੱਕ ਟਾਈਟਲ ਹੈ ਪੰਜਾਬ ਬੋਲਦਾ। ਮੈਂ ਫਿਰ ਉਹਨੂੰ ਇੱਕ ਹਿਸਟੋਰੀਕਲ ਵਾਕਿਆ ਸੁਣਾਇਆ ਕਿ ਰਾਜ ਬੱਬਰ ਨੇ ਇੱਕ ਸੀਰੀਅਲ ਬਣਾਇਆ ਸੀ ਮੈਂ ਦਿੱਲੀ ਹੂੰ, ਉਹ 'ਚ ਉਹਨੇ ਜ਼ਿਕਰ ਕੀਤਾ ਕਿ ਮੈਂ ਸੀਰੀਅਲ ਬਣਾਉਣਾ ਸੀ, ਦੂਰਦਰਸ਼ਨ ਦਾ ਦੌਰ ਸੀ, ਅਤੇ ਮੈਂ ਆਪਣੇ ਗੁਰੂ ਜਿਨ੍ਹਾਂ ਨੂੰ ਮੈਂ ਪਾਪਾ ਜੀ ਕਹਿ ਕੇ ਬੁਲਾਉਂਦਾ, ਬੀ ਆਰ ਚੋਪੜਾ ਸਾਹਿਬ ਨੂੰ ਫੋਨ ਕੀਤਾ ਕਿ ਪਾਪਾ ਮੁਝੇ ਇੱਕ ਸੀਰੀਅਲ ਬਣਾਉਣਾ ਹੈ। ਉਹ ਕਹਿੰਦੇ ਕਿਆ ਹੈ ਤੁਹਾਰੇ ਪਾਸ ਸਬਜੈਕਟ, ਕਿਆ ਹੈ ਵਨ ਲਾਈਨ, ਕਿਆ ਹੈ? ਕਹਿੰਦਾ ਮੇਰੇ ਪਾਸ ਬਸ ਇੱਕ ਲਾਈਨ ਹੈ, ਮੈਂ ਦਿੱਲੀ ਹੂੰ। ਅਤੇ ਮੈਂ ਉਹ ਦੋਸਤ ਨੂੰ ਕਿਹਾ ਸਰਬਜੀਤ ਚੀਮਾ ਨੂੰ ਕਿ ਮੈਂ ਦਿੱਲੀ ਹੂੰ, ਟਾਈਟਲ ਤੋਂ ਉਸਨੇ ਦਿੱਲੀ ਦੀ ਕਹਾਣੀ ਬਣਾਈ, ਪੰਜਾਬ ਬੋਲਦਾ ਤੂੰ ਮੈਨੂੰ ਟਾਈਟਲ ਦੱਸਿਆ, ਇਹ ਮੇਰੇ ਲਈ ਵਨ ਲਾਈਨ ਹੀ ਹੈ, ਹੁਣ ਮੈਨੂੰ ਤੂੰ ਇਹ ਦੱਸ ਤੇਰਾ ਬਜਟ ਕਿੰਨਾ? ਕਹਿੰਦਾ ਜੀ ਮਤਲਬ। ਮੈਂ ਕਿਹਾ ਪੰਜਾਬ ਬੋਲਦਾ ਟਾਈਟਲ 'ਤੇ 100 ਕਰੋੜ ਦੀ ਫਿਲਮ ਵੀ ਬਣ ਸਕਦੀ ਹੈ, 1 ਕਰੋੜ ਦੀ ਫਿਲਮ ਵੀ ਬਣ ਸਕਦੀ ਹੈ। ਜੇ ਤੁਹਾਡੇ ਕੋਲ 100 ਕਰੋੜ ਹੈ ਤਾਂ ਤੁਸੀਂ ਇਸ ਨੂੰ ਪੀਰੀਅਡ ਫਿਲਮ ਬਣਾ ਸਕਦੇ ਹੋ, ਜਿਹਦੇ ਵਿੱਚ ਤੁਸੀਂ 5000 ਸਾਲ ਦਾ ਪੰਜਾਬ ਲੈ ਸਕਦੇ ਹੋ ਜਾਂ ਘੱਟੋ ਘੱਟ 500 ਸਾਲ ਦਾ ਪੰਜਾਬ ਲੈ ਸਕਦੇ ਹੋ, ਜਿਹਦੇ ਵਿੱਚ ਪੀਰੀਅਡ ਫਿਲਮ ਹੋਏਗੀ, ਹਿਸਟਰੀ ਹੋਏਗੀ। ਅਤੇ ਜੇ ਤੁਹਾਡੇ ਕੋਲ ਬਜਟ ਘੱਟ ਹੈ ਤਾਂ ਪੰਜਾਬ ਬੋਲਦਾ ਤੁਸੀਂ 2019 ਦੇ ਬੇਸ 'ਤੇ ਵੀ ਬਣਾ ਸਕਦੇ ਹੋ। ਅਤੇ ਜੋ ਉਹਨੇ ਮੈਨੂੰ ਦੱਸਿਆ ਉਸ ਮੁਤਾਬਕ ਅਸੀਂ 19ਵੀਂ ਸਦੀ ਦੀ ਕਹਾਣੀ ਲਈ, ਜਿਹਦੇ 'ਚ 3 ਜਨਰੇਸ਼ਨ ਲਈਆਂ। ਸੋ ਫਿਲਮ ਦਾ ਲੇਖਨ ਕੇਵਲ ਤੁਹਾਡੇ ਦਿਮਾਗ ਦੀ ਖੇਡ ਨਹੀਂ ਹੈ, ਉਹਦੇ ਵਿੱਚ ਤੁਹਾਨੂੰ ਉਸ ਫਿਲਮ ਦਾ ਟੋਟਲ ਪ੍ਰੋਜੈਕਟ, ਉਸ ਫਿਲਮ ਦਾ ਪੂਰਾ ਬਜਟ, ਕਈ ਵਾਰ ਤੁਸੀਂ ਇੱਕੋ ਹੀ ਸ਼ਿਫਟ ਦੇ ਵਿੱਚ ਫਿਲਮ ਬਣਾਉਣੀ ਹੁੰਦੀ ਹੈ, ਜਿਵੇਂ ਰਾਣੀ ਨੇ ਬਹੁਤ ਘੱਟ ਬਜਟ ਦੇ ਨਾਲ ਅਸੀਸ ਫਿਲਮ ਬਣਾਈ ਕਿ ਤੁਸੀਂ 40 ਦਿਨ ਦਾ ਸ਼ੂਟ ਬਚਤ ਕਰਕੇ 25 ਦਿਨ ਦਾ ਬਣਾ ਲਓ, ਜਾਂ ਇੱਕੋ ਹੀ ਲੋਕੇਸ਼ਨ ਹੋਵੇ ਤੁਸੀਂ ਉੱਥੇ ਫਿਲਮ ਕਰ ਸਕਦੇ ਹੋ, ਜਾਂ ਲੋਕੇਸ਼ਨ ਅਲੱਗ ਅਲੱਗ ਹੋਣ। ਇਸ ਲਈ ਜਿਹੜੀਆਂ ਇਹਦੀਆਂ ਟੈਕਨੀਕਲ ਡਿਵਾਈਸਿਸ, ਖਾਸ ਕਰ ਜਿਹੜੀਆਂ ਕਮਰਸ਼ੀਅਲ ਡਿਵਾਈਸਿਸ ਨੇ, ਉਸ ਦਾ ਬਜਟ, ਉਸ ਦੀਆਂ ਸਹੂਲਤਾਂ, ਉਹ ਮੌਸਮ, ਕਿੱਥੇ ਤੁਸੀਂ ਸ਼ੂਟ ਕਰਨਾ, ਉਹ ਗੱਲਾਂ ਵੀ ਨਾਲ ਜੁੜਦੀਆਂ, ਅਤੇ ਇਹਦੇ ਵਿੱਚ ਵੀ ਲੇਖਕ ਦੀ ਨਾਲ ਭੂਮਿਕਾ ਰਹਿੰਦੀ ਹੈ, ਕਿਉਂਕਿ ਜੇ ਲੇਖਕ ਇਹ ਸਾਰੇ ਪ੍ਰੋਸੈਸ ਨੂੰ ਜਾਣਦਾ ਫਿਰ ਹੀ ਉਹ ਲਿਖ ਸਕਦਾ। ਅਤੇ ਜੇ ਚੰਗਾ ਲੇਖਕ ਹੋਵੇ ਤਾਂ ਅਰਦਾਸ ਕਰਾਂ ਵਾਂਗੂ ਟਰੈਵਲ ਫਿਲਮ ਵੀ ਬਣਾ ਸਕਦਾ ਅਤੇ ਨਾਲ ਆਪਣਾ ਮੈਸੇਜ ਵੀ ਦੇ ਸਕਦਾ। ਠੀਕ ਹੈ ਰਿਹਾ।
ਸ਼ੁਕਰੀਆ ਸਰ। ਸਰ ਜਿਵੇਂ ਤੁਸੀਂ ਸੁਣਿਆ ਸਾਡੇ ਵਿਦਵਾਨਾਂ ਨੂੰ ਅਤੇ ਉਹਦੇ 'ਚ ਉਹਨਾਂ ਨੇ ਆਪਣੀਆਂ ਬਹੁਤ ਅਹਿਮ ਗੱਲਾਂ ਕੀਤੀਆਂ ਅਤੇ ਜੋ ਉਹ ਸਿਨੇਮਾ ਸਕ੍ਰਿਪਟ ਇਹਨਾਂ ਚੀਜ਼ਾਂ ਬਾਰੇ ਸੋਚਦੇ ਹੈ, ਕਿਵੇਂ ਇਹ ਚੀਜ਼ਾਂ ਕਿੱਥੋਂ ਨਿਕਲ ਕੇ ਆਉਂਦੀਆਂ ਨੇ ਉਹ ਸਾਰੀਆਂ ਆਪਣੇ ਨਾਲ ਡਿਸਕਸ ਕੀਤੀਆਂ ਨੇ। ਅਤੇ ਹੁਣ ਆਪਾਂ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਕਿ ਸਾਡੇ ਦਰਸ਼ਕ ਦੇ ਮਨ ਦੇ ਵਿੱਚ ਜੋ ਸਵਾਲ ਪੈਦਾ ਹੁੰਦੇ ਹੈ ਇੱਕ ਫਿਲਮ ਨੂੰ ਦੇਖਦੇ ਹੋਏ ਸਿਨੇਮਾ ਹਾਲ ਦੇ ਵਿੱਚ ਬੈਠੇ ਹੋਏ, ਤੇ ਉਹਨਾਂ ਸਵਾਲਾਂ ਦੇ ਜਵਾਬ ਆਪਾਂ ਅੱਜ ਇਹਨਾਂ ਲੇਖਕਾਂ ਤੋਂ ਸਾਡੇ ਵਿਦਵਾਨਾਂ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ। ਤੇ ਸਾਡੀ ਇਹ ਗੁਜ਼ਾਰਿਸ਼ ਵੀ ਹੈ ਕਿ ਸਾਡੇ ਸਵਾਲ ਨੂੰ ਬਹੁਤ ਥੋੜੇ ਸਮੇਂ ਦੇ ਵਿੱਚ ਕਲੀਅਰ ਕਰ ਦਿੱਤਾ ਜਾਵੇ ਤਾਂ ਜੋ ਅਸੀਂ ਥੋੜੇ ਸਮੇਂ ਦੇ ਵਿੱਚ ਬਹੁਤਾ ਕੁਝ ਲੈ ਸਕੀਏ। ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਕੋਲ ਟਾਈਮ ਬਹੁਤ ਥੋੜਾ ਹੈ ਤੇ ਉਹਦੇ ਵਿੱਚ ਅਸੀਂ ਜਿੰਨਾ ਕੁਛ ਸਾਡੇ ਮਨ ਦੇ ਵਿੱਚ ਸਵਾਲ ਉੱਠਦੇ ਨੇ ਉਹ ਸਾਡੇ ਪੂਰੇ ਹੋਏ। ਜਿਵੇਂ ਸਾਡੇ ਪੈਨਲਿਸਟਾਂ ਨੇ ਗੱਲ ਕੀਤੀ ਹੈ ਕਿ ਸਿਨੇਮਾ ਅਸਲ ਦੇ ਵਿੱਚ ਮਲਕੀਅਤ ਦੇ ਅੰਡਰ ਕੰਮ ਕਰਦਾ ਹੈ। ਇਹ ਗੱਲ ਕੱਲ੍ਹ ਮੀਡੀਆ 'ਤੇ ਜਦੋਂ ਗੱਲ ਹੋ ਰਹੀ ਸੀ ਉੱਥੇ ਵੀ ਇਹ ਗੱਲ ਹੋਈ ਸੀ ਕਿ ਜੋ ਅਖਬਾਰ ਹੈ ਜੋ ਮੀਡੀਆ ਹੈ ਉਹ ਮਲਕੀਅਤ ਦੇ ਅੰਦਰ ਕੰਮ ਕਰਦਾ ਹੈ ਅਤੇ ਉਹਦੇ ਮਾਲਕ ਕੁਛ ਹੋਰ ਹੁੰਦੇ ਨੇ, ਉਹਦੇ ਵਿੱਚ ਰਹਿ ਕੇ ਕੁਛ ਵੱਖਰਾ ਕਰਨਾ ਹੁੰਦਾ। ਉਸੇ ਤਰ੍ਹਾਂ ਇਹੀ ਗੱਲ ਸਿਨੇਮਾ ਦੇ ਵਿੱਚ ਹੈ। ਸੋ ਇੱਥੇ ਮੇਰੀ ਇੱਕ ਸਵਾਲ ਇਹ ਬਣਦਾ ਹੈ, ਪਹਿਲਾਂ ਤਾਂ ਮੈਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰੂੰ ਕਿਸੇ ਵੀ ਸਾਡੇ ਦਰਸ਼ਕ ਦਾ ਸਵਾਲ ਹੋਵੇ ਉਹ ਬੇਝਿਜਕ ਖੜੇ ਹੋ ਕੇ ਪੁੱਛ ਸਕਦੇ ਆ ਜਾਂ ਲਿਖਤੀ ਰੂਪ 'ਚ ਸਾਡੇ ਤੱਕ ਪਹੁੰਚਾ ਸਕਦੇ ਆ ਤਾਂ ਜੋ ਅਸੀਂ ਵੱਧ ਤੋਂ ਵੱਧ ਸਵਾਲ ਲੈ ਸਕੀਏ। ਹਾਂਜੀ ਹਾਂ, ਇੱਕ ਦੋ ਮਿੰਟ। ਤੇ ਇੱਕ ਸਾਡੇ ਚਿੰਤਕ ਨੇ ਜਿਸ ਤੇ ਉਹ ਕਹਿੰਦੇ ਆ ਕਿ ਸਾਡੀ ਸਮੱਸਿਆ ਇਹ ਨਹੀਂ ਕਿ ਸਾਡੀਆਂ ਭਾਵਨਾਵਾਂ ਪੂਰੀਆਂ ਨਹੀਂ ਹੋ ਰਹੀਆਂ। ਇਹ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਵੀ ਆਇਆ ਤੇ ਡਾਕਟਰ ਗੁਰਮੁਖ ਜੀ ਵੀ ਇਸ ਚੀਜ਼ ਨੂੰ ਕੋਟ ਕਰਦੇ ਆ ਕਿ ਸਾਡੀ ਸਮੱਸਿਆ ਇਹ ਨਹੀਂ ਕਿ ਸਾਡੀਆਂ ਭਾਵਨਾਵਾਂ ਪੂਰੀਆਂ ਨਹੀਂ ਹੋ ਰਹੀਆਂ, ਸਾਡੀ ਸਮੱਸਿਆ ਇਹ ਹੈ ਕਿ ਅਸੀਂ ਚਾਹੁੰਦੇ ਕੀ ਹਾਂ। ਸਾਨੂੰ ਇਹ ਨਹੀਂ ਕਲੀਅਰ ਹੋ ਰਿਹਾ। ਜਦੋਂ ਅਸੀਂ ਕਮੇਡੀ ਦੇਖਦੇ ਹਾਂ ਅਸੀਂ ਸਿਨੇਮਾ ਹਾਲ ਦੇ ਵਿੱਚ ਬੈਠੇ ਲੋਟ ਪੋਟ ਹੋ ਜਾਂਦੇ ਹਾਂ ਕਿ ਕੈਰੀਆਂ ਜੱਟਾਂ ਆਉਂਦੀਆਂ, ਮੰਜੇ ਬਿਸਤਰੇ ਆਉਂਦੀਆਂ, ਸਾਨੂੰ ਖੂਬ ਪਾਉਂਦੀਆਂ ਨੇ। ਦੂਸਰੇ ਪਾਸੇ ਜਦੋਂ ਸਾਡੇ ਅਰਦਾਸ ਆਉਂਦੀ ਹੈ ਅਸੀਂ ਸਿਨੇਮਾ ਹਾਲ ਦੇ ਵਿੱਚ ਬੈਠੇ ਰੋਣ ਲੱਗ ਰਹੇ ਹੁੰਦੇ ਹਾਂ ਤੇ ਉਹ ਵੀ ਸਾਨੂੰ ਪਾਉਂਦੀ ਹੈ। ਤੇ ਚਾਹੇ ਰੁਪਿੰਦਰ ਗਾਂਧੀ ਆਉਂਦੀ ਹੈ ਤੇ ਉਹ ਸਾਨੂੰ ਡਰਾਉਂਦੀ ਹੈ, ਮਤਲਬ ਕਿ ਅਸੀਂ ਸਾਡੇ ਅੰਦਰ ਇੱਕ ਅਹਿਸਾਸ ਭਰਦੀ ਹੈ ਕਿ ਗੁੱਸਾ ਵੀ ਹੁੰਦਾ, ਚਾਹੇ ਰੌਕੀ ਮਿੰਟ ਲਾਉਂਦਾ ਉਹ ਗੁੱਸਾ ਵੀ ਹੁੰਦਾ। ਸੋ ਇਹ ਸਿਨੇਮਾ ਦਾ ਦਰਸ਼ਕ ਇਹ ਕਲੀਅਰ ਕਿਵੇਂ ਕਰੇ ਕਿ ਸਾਨੂੰ ਪਸੰਦ ਕੀ ਹੈ, ਜਾਂ ਇਹਦੇ 'ਚ ਉਹ ਹੁੰਦਾ ਕਿ ਹਰ ਆਦਮੀ ਮੇਂ ਹੋਤੇ ਹੈ 10-20 ਆਦਮੀ, ਕਿ ਸਾਡੇ ਅੰਦਰ ਸਾਰੀਆਂ ਭਾਵਨਾਵਾਂ ਮੌਜੂਦ ਨੇ। ਸੋ ਇੱਕ ਜਿਹੜਾ ਲੇਖਕ ਹੈ ਉਹ ਲਿਖਦਾ ਹੋਇਆ ਕੀ ਸੋਚਦਾ ਹੈ ਕਿ ਹੁਣ ਮੈਂ ਕੀ ਦੇਣਾ, ਜਾਂ ਇਹ ਚੀਜ਼ ਜਿਵੇਂ ਕਿ ਪਹਿਲਾਂ ਗੱਲ ਹੋਈ ਹੈ ਕਿ ਪਹਿਲਾਂ ਕਲੀਅਰ ਹੁੰਦੀ ਹੈ ਕਿ ਇਹ ਡਾਇਰੈਕਟਰ ਸਾਹਿਬ ਜਾਂ ਆਪਣਾ ਪ੍ਰੋਡਿਊਸਰ ਸਾਹਿਬ ਤੈਅ ਕਰਦੇ ਨੇ ਕਿ ਆਪਾਂ ਹੁਣ ਲਿਖਣਾ ਕੀ ਹੈ, ਜਾਣਾ ਕਿੱਧਰ ਨੂੰ। ਸੋ ਮੇਰਾ ਇਹ ਸਵਾਲ ਰਾਣਾ ਜੀ ਨੂੰ ਹੈ ਕਿ ਤੁਸੀਂ ਇਸ ਚੀਜ਼ ਬਾਰੇ ਕੀ ਸੋਚਦੇ ਹੋ ਕਿ ਤੁਸੀਂ ਲਿਖਦੇ ਹੋਏ ਸਾਡੇ ਦਰਸ਼ਕ ਨੂੰ ਧਿਆਨ ਵਿੱਚ ਰੱਖਦੇ ਹੋ ਜਾਂ ਪ੍ਰੋਡਿਊਸਰ ਨੂੰ ਧਿਆਨ ਵਿੱਚ ਰੱਖਦੇ ਹੋ ਜਾਂ ਕੁੱਲ ਮਿਲਾ ਕੇ ਨੇ ਸਾਰੇ ਵਿੱਚਾਂ ਦੇ ਵਿੱਚ ਚੋਰ ਮੋਰੀਆਂ ਦੇ ਵਿੱਚੋਂ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰਦੇ ਹੋ ਰਾਣਾ ਜੀ? ਗੱਲ ਤਾਂ ਮੈਂ ਆਪਣੇ ਕਹੀ ਜਾਂਦਾ, ਮੈਂ ਜਿੰਨੀਆਂ ਕੁ 10-12 ਫਿਲਮਾਂ ਲਿਖੀਆਂ ਨੇ, ਚਾਹੇ ਡਾਇਲੌਗ ਲਿਖਿਆ ਉਹਦੇ। ਮੈਂ ਪਹਿਲੀ ਫਿਲਮ ਮੁੰਡੇ UK ਦੇ ਲਿਖੀ ਸੀ, ਫਿਰ ਉਸ ਤੋਂ ਬਾਅਦ ਮੈਂ ਇੱਕ ਕੁੜੀ ਪੰਜਾਬ ਦੀ ਲਿਖੀ, ਅੱਜ ਦੇ ਰਾਂਝੇ ਲਿਖੀ, ਕਈ ਫਲੋਪ ਫਿਲਮਾਂ ਦਾ ਤੁਹਾਨੂੰ ਪਤਾ ਹੀ ਨਹੀਂ ਹੋਣਾ, ਮੈਂ ਉਹ ਵੀ ਲਿਖੀਆਂ ਨੇ ਵਿੱਚ। ਫਿਰ ਮਾਮਲਾ ਗੜਬੜ ਲਿਖੀ, ਫਿਰ ਉਹਦੇ ਵਿੱਚ ਪ੍ਰੋਡਿਊਸਰ ਨੇ ਜਿਹੜੀ ਤੁਹਾਨੂੰ ਗੱਲ ਕੀਤੀ ਉਹਨੇ ਗੜਬੜ ਕੀਤੀ, ਉਹਨੇ ਆਪਣੇ ਰਾਈਟਰ ਪੈਦਾ ਕੀਤੇ, ਉਹ ਲਿਖਵਾਈ। ਪਰ ਮੈਂ ਤੁਸੀਂ ਮੇਰੀਆਂ ਜਿੰਨੀਆਂ ਵੀ ਫਿਲਮਾਂ ਲਿਖੀਆਂ ਹੋਈਆਂ ਦੇਖੋਗੇ, ਚਾਹੇ ਉਹ ਮੇਰੀ ਸਕਰੀਨ ਪਲੇ ਹੈ, ਚਾਹੇ ਮੇਰੀ ਕਹਾਣੀ ਹੈ, ਚਾਹੇ ਇਕੱਲੇ ਡਾਇਲੌਗ ਨੇ, ਮੈਂ ਆਪਣੀ ਗੱਲ ਕਹਿ ਜਾਂਦਾ। ਫਿਰ ਮੈਂ ਇੱਕ ਕੁੜੀ ਪੰਜਾਬ ਦੇ ਵਿੱਚ ਵੀ ਕਹਿ ਜਾਂਦਾ, ਫਿਰ ਮੁੰਡੇ UK ਦੇ ਵਿੱਚ ਵੀ ਕਹਿ ਜਾਂਦਾ, ਮੈਂ ਚੋਰ ਮੋਰੀ ਰਾਹੀਂ ਪੂਰੀ ਗੱਲ ਕਹਿ ਜਾਂਦਾ। ਪਰ ਮੈਂ ਆਪਣੀ ਜੋ ਮੈਂ ਅੰਦਰ ਸਾਰਾ ਕੁਝ ਸੋਚਦਾ, ਜਾਂ ਜਿਵੇਂ ਮੈਂ ਫਿਲਮ ਨੂੰ ਵੇਖਦਾ, ਜਾਂ ਜਿਵੇਂ ਮੈਂ ਫਿਲਮ ਨੂੰ ਵਿਖਾਉਣਾ ਚਾਹੁੰਦਾ,
ਉਵੇਂ ਮੈਂ 100% ਸਿਰਫ ਉਹਦੀ ਦੇ ਸਕਦਾ ਜਦੋਂ ਮੈਂ ਫਿਲਮ ਆਪ ਡਾਇਰੈਕਟ ਕਰਨੀ ਹੈ ਔਰ ਆਪ ਪ੍ਰੋਡਿਊਸਰ ਦੇ ਤੌਰ ਤੇ ਵੀ ਵੇਚਾਂ। ਫਿਲਮ ਪੈਸੇ ਨਾਲ ਬਣਦੀ ਹੈ, ਜਿੰਨੀ ਦੇਰ ਪੈਸਾ ਵਾਪਸ ਨਹੀਂ ਆਉਂਦਾ ਉਨੀ ਦੇਰ ਤੁਸੀਂ ਡਰ ਹੇਠ ਰਹਿੰਦੇ ਹੋ। ਅਕਸਰ ਮੈਂ ਉਹਨਾਂ ਪ੍ਰੋਡਿਊਸਰਾਂ ਨਾਲ ਨਹੀਂ ਕੰਮ ਕਰ ਸਕਦਾ ਅਤੇ ਨਾ ਹੀ ਕਰਦਾ, ਇਸ ਲਈ ਮੇਰੀ ਲਿਖਣ ਦੀ ਗਿਣਤੀ ਵੀ ਘੱਟ ਹੈ, ਜਿਹੜੇ ਮੈਨੂੰ ਦਿਸ਼ਾ ਨਿਰਦੇਸ਼ ਫੁੱਲ ਦਿੰਦੇ ਹੈ ਕਿ ਆਹ ਕਹਾਣੀ ਹੈ, ਆਈ ਲਿਖਣਾ, ਉਹਦੇ ਲਈ ਲਿਖਣਾ, ਇੱਥੇ ਇੰਟਰਮੇਸ਼ਨ ਹੋਣਾ ਚਾਹੀਦਾ, ਆਹ ਇਸ ਤਰ੍ਹਾਂ ਹੋਣਾ ਚਾਹੀਦਾ, ਇਹ ਸੀਨ ਵੰਡ ਐਂ ਕਰੋ, ਸਕਰੀਨ ਪਲੇ ਮੈਂ ਲਿਖਣਾ, ਸੀਨ ਵੰਡ ਉਹ ਮੈਨੂੰ ਸਮਝਾ ਰਿਹਾ ਵੀ ਤੁਸੀਂ ਡਾਇਲੋਗ ਵੀ ਭਾਜੀ ਆ ਮੇਰੇ ਮੂੰਹ 'ਚੋਂ ਚੰਗਾ ਨਿਕਲਿਆ ਲਿਖ ਲਓ। ਫਿਰ ਮੈਂ ਉਹਨੂੰ ਬਾਅਦ 'ਚ ਕਹਿੰਦਾ ਵੀ ਤੁਸੀਂ ਪੈਸੇ ਕਿਉਂ ਖਰਾਬ ਕਰ ਰਹੇ ਹੋ, ਸਾਰਾ ਕੁਛ ਤਾਂ ਤੁਹਾਨੂੰ ਆਉਂਦਾ ਹੀ ਹੈ, ਪਰ ਤੁਸੀਂ ਆਪ ਲਿਖੋ, ਜੇ ਨਹੀਂ ਲਿਖਣਾ ਆਉਂਦਾ ਤੁਸੀਂ ਬੋਲੋ ਭਾਬੀ ਜੀ ਲਿਖਣਗੇ, ਠੀਕ ਹੈ ਨਾ, ਉਹਨਾਂ ਨੂੰ ਕੰਮ 'ਤੇ ਲਾਓ, ਨਾਲੇ ਘਰ ਦੇ ਪੈਸੇ ਬਚਾਓ ਤੁਸੀਂ। ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਸਾਰਿਆਂ ਨੂੰ, ਇੱਕ ਜਿਹੜੀਆਂ ਫਿਲਮਾਂ ਬਣਦੀਆਂ, ਫਿਲਮਾਂ ਬਣਦੀਆਂ ਪੰਜਾਬ ਦੇ ਵਿੱਚ ਇਸ ਵਕਤ ਲੈ ਕੇ 60 ਤੋਂ ਲੈ ਕੇ 65 ਰਿਲੀਜ਼ ਹੁੰਦੀਆਂ ਇੱਕ ਸਾਲ ਦੇ ਵਿੱਚ, 60 ਤੋਂ 65 ਫਿਲਮਾਂ ਰਿਲੀਜ਼ ਹੁੰਦੀਆਂ ਨੇ। ਤੁਹਾਡਾ ਜਵਾਬ ਮੈਂ ਦੇਣ ਲੱਗਿਆ ਕਿ 4 ਜਾਂ 5 ਚੱਲਦੀਆਂ ਨੇ, ਹਿੱਟ ਹੁੰਦੀਆਂ ਨੇ, ਬਿਜ਼ਨਸ ਦਿੰਦੀਆਂ ਨੇ, ਜਿਹੜੀਆਂ ਦਰਸ਼ਕ ਤਾਂ ਪਹਿਲਾਂ ਹੀ ਤੈਅ ਕਰੀ ਬੈਠਾ ਕਿ ਦੇਖਣਾ ਕੀ। ਜਿਹੜੇ ਮਰਜ਼ੀ ਕਮੇਡੀ ਬਣਾਈ ਜਾਣ, ਜੋ ਮਰਜ਼ੀ ਕਰੀ ਜਾਣ, ਜਿੰਨੇ ਮਰਜ਼ੀ ਐਕਸ਼ਨ ਵਾਲੇ ਆਈ ਜਾਣ, ਫਿਲਮ ਜਿਹੜੇ ਸਬਜੈਕਟ ਵਿੱਚ ਦਮ ਹੋਊ, ਜਿਹੜੀ ਫਿਲਮ ਦੇ ਵਿੱਚ ਦਮ ਹੋਊ, ਜਿਹੜੀ ਦਰਸ਼ਕ ਨੂੰ ਬਿਠਾਉਣ ਦੇ ਵਿੱਚ ਸਫਲ ਹੋਊ, ਆਪਣੀ ਗੱਲ ਕਹਿਣ ਦੇ ਵਿੱਚ ਸਫਲ ਹੋਊ, ਜਿਹੜੀ ਰੌਚਕਤਾ ਰੱਖੂ, ਚਾਹੇ ਉਹ ਗੰਭੀਰ ਹੋਵੇ, ਚਾਹੇ ਉਹ ਰੱਬ ਦਾ ਰੇਡੀ ਹੋਵੇ, ਚਾਹੇ ਉਹ ਅਸੀਸ ਹੋਵੇ, ਚਾਹੇ ਉਹ ਰੁਪਿੰਦਰ ਗਾਂਧੀ ਹੋਵੇ, ਚਾਹੇ ਉਹ ਕੈਰੀ ਓਨ ਜੱਟਾ ਹੋਵੇ, ਚਾਹੇ ਕੋਈ ਵੀ, ਚਾਹੇ ਮੰਜੇ ਬਿਸਤਰੇ ਹੋਵੇ, ਮੰਜੇ ਬਿਸਤਰੇ ਪਹਿਲੀ ਹੋਵੇ ਤਾਂ, ਮੰਜੇ ਬਿਸਤਰੇ ਦੂਜੀ ਹੋਵੇ ਤਾਂ, ਦੋਨਾਂ ਦਾ ਫਰਕ ਹੈ ਬਹੁਤ ਜ਼ਿਆਦਾ, ਬਿਜ਼ਨਸ ਦਾ ਵੀ, ਸਾਰੇ ਕਾਸੇ ਦਾ ਵੀ। ਦਰਸ਼ਕ ਬਹੁਤ ਸਿਆਣਾ, ਜੇ ਦਰਸ਼ਕ ਕਮਲਾ ਹੋਵੇ ਨਾ ਵੀ ਸਾਨੂੰ ਕਹਿੰਦਾ ਵੀ ਸਾਨੂੰ ਦਿਖਾਉਣਾ ਕੀ ਚਾਹੁੰਦੇ ਹੈ, ਦਰਸ਼ਕ ਕੀ ਤੈਅ ਕਰੇ ਕਿ ਮੈਂ ਕੀ ਦੇਖਣਾ। ਦਰਸ਼ਕ ਤਾਂ ਕਹਿੰਦਾ ਮੇਕਰਸ ਨੂੰ ਸੁਨੇਹਾ ਦੇ ਰਿਹਾ 65 ਦੇ ਵਿੱਚੋਂ 5 ਫਿਲਮਾਂ ਹਿੱਟ ਕਰਕੇ ਕਿ ਮੈਂ ਆਹ ਦੇਖਣਾ ਚਾਹੁੰਦਾ, ਉਹਨਾਂ ਕਮਲਿਆਂ ਦੀ ਸਮਝ 'ਚ ਕਦੋਂ ਆਊਗਾ, ਇਹ ਬਾਅਦ ਦੀ ਗੱਲ ਹੈ। ਉਹ ਨਹੀਂ ਸਮਝਣਾ ਚਾਹੁੰਦੇ, ਉਹ ਨਹੀਂ ਸਮਝਣਾ ਚਾਹੁੰਦੇ, ਪਰ ਸਾਡੇ ਕੁਝ ਲੇਖਕਾਂ ਨੂੰ, ਹਾਂ ਸਾਡੀ ਕਿਚਨ ਵੀ ਇਹਦੇ ਉੱਤੇ ਚੱਲਦੀ ਹੈ ਜਾਂ ਹੋਰ ਹੈ, ਪਰ ਅਸੀਂ ਲੋਕ ਕਿਤੇ ਆ ਕੇ ਫਿਰ ਆ ਜਾਂਦੇ ਵੀ ਹੁਣ ਸਾਡੀ ਕਿਚਨ ਸਿਕਿਓਰ ਹੈ, ਹੁਣ ਸਾਨੂੰ ਸਮਝੌਤਾ ਕਰਨ ਦੀ ਲੋੜ ਨਹੀਂ, ਹੁਣ ਮੈਂ ਬਾਹਲੇ ਸਮਝੌਤੇ ਨਾਲ ਨਹੀਂ ਲਿਖ ਸਕਦਾ, ਮੈਂ ਹੁਣ ਆਹ ਲਿਖ ਸਕਦਾ। ਜਦੋਂ ਮੈਨੂੰ ਅਰਦਾਸ ਕਰਾਂ ਲਿਖਣ ਦਾ, ਜਾਂ ਅਰਦਾਸ ਲਿਖਣ ਦਾ ਮੌਕਾ ਮਿਲਦਾ, ਜਾਂ ਅਸੀਸ ਲਿਖਦਾ, ਜਾਂ ਮੈਂ ਹੁਣ ਪੋਸਟ ਹੀ ਲਿਖ ਰਿਹਾ, ਫਿਰ ਮੈਂ ਦਿਮਾਗ ਦੇ ਵਿੱਚ ਰੱਖਦਾ ਕਿ ਮੈਂ ਆਹ ਗੱਲ ਕਹਿਣੀ ਹੋਈ ਕਹਿਣੀ ਹੈ, ਆਹ ਗੱਲ ਮੈਂ ਲੁਕੋ ਕੇ ਕਹਿ ਜਾਣੀ ਹੈ, ਆਹ ਗੱਲ ਮੈਂ ਸ਼ਰੇਆਮ ਕਹਿ ਜਾਣੀ ਹੈ, ਇਸ ਤਰ੍ਹਾਂ ਦੇ ਕਰੈਕਟਰ ਨੂੰ ਮੈਂ ਲੈ ਕੇ ਆਉਣਾ, ਮੈਂ ਆਪਣੀ ਆਹ ਚੀਜ਼ ਦਿਖਾ ਦੇਣੀ ਹੈ, ਮੈਂ ਕਿਤੇ ਨਾ ਕਿਤੇ ਫਰੇਮ ਦੇ ਵਿੱਚ ਕਿਤਾਬਾਂ ਰਖਾ ਦੇਣੀਆਂ ਨੇ, ਮੈਂ ਕਿਤੇ ਨਾ ਕਿਤੇ ਲੇਖਕ ਦੇ ਕਿਸੇ ਪਾਤਰ ਦੇ ਹੱਥ ਵਿੱਚ ਕਿਤਾਬ ਫੜਾ ਦੇਣੀ ਹੈ, ਕਿਉਂਕਿ ਮੇਰੀ ਜ਼ਿੰਦਗੀ ਦੇ ਵਿੱਚ ਹੈ, ਇਹ ਮੇਰੇ ਦਿਮਾਗ 'ਚੋਂ ਕਦੇ ਨਿਕਲ ਨਹੀਂ ਸਕਦੀ। ਪਰ ਕਿਉਂਕਿ ਇਹ ਕਮਰਸ਼ੀਅਲ ਹੈ, ਪੈਸੇ ਕਮਾਉਣ ਵਾਲਾ ਹੈ, ਇੱਥੇ ਸਾਨੂੰ ਤੁਣਕੇ ਡਾਇਰੈਕਟਰ ਦੇ ਵੀ ਵੱਜਦੇ ਹੈ, ਇੱਥੇ ਸਾਨੂੰ ਤੁਣਕੇ ਪ੍ਰੋਡਿਊਸਰ ਦੇ ਵੀ ਵੱਜਦੇ ਹੈ, ਉਹ ਤੁਣਕੇ ਮੈਂ ਕਿੰਨੇ ਕੁ ਲੈਣੇ ਹੈ, ਮੈਂ ਕਿਹੋ ਜਿਹੀ ਪਤੰਗ ਆ, ਮੈਂ ਝੱਪ ਖਾ ਕੇ ਗਿਰਨਾ, ਜਾਂ ਮੈਂ ਟਿਕੇ ਰਹਿਣਾ, ਜਾਂ ਮੈਂ ਸਵਾਦ ਜਾਂ ਲੈਣਾ, ਕਦੇ ਤੁਣਕਾ ਕਰਕੇ ਇੱਧਰ ਨੂੰ ਵੀ ਲੈ ਲਿਆ, ਕਦੇ ਹਵਾ ਦੇ ਮੁਤਾਬਕ ਇੱਧਰ ਨੂੰ ਹੋ ਗਿਆ, ਸੋ ਇਹ ਸਾਰਾ ਕੁਝ ਦੇਖਣਾ ਪੈਂਦਾ। ਪਰ ਲੇਖਕ ਜੇ ਆਪਣੀ ਗੱਲ ਕਹਿਣਾ ਚਾਹੇ ਤਾਂ ਉਹ ਪਹਿਲੀ ਫਿਲਮ ਲਿਖਣ ਦੇ ਨਾਲ ਹੀ ਆਪਣੀ ਪਹਿਚਾਣ ਬਣਾ ਸਕਦਾ। ਇਹ ਅਸੀਂ ਲਾਂਭਾ ਨਾ ਦਈਏ ਕਿ ਸਾਡੇ ਤੋਂ ਧੱਕੇ ਨਾਲ ਇਹ ਲਿਖਵਾ ਲਿਆ, ਜਾਂ ਸਾਡੇ ਡਿਪੈਂਡ ਕਰਦਾ ਅਸੀਂ ਧੱਕੇ ਨਾਲ ਲਿਖਣਾ ਜਾਂ ਅਸੀਂ ਉਹ ਨਹੀਂ ਲਿਖਣਾ, ਇਹ ਸਾਡੇ 'ਤੇ ਡਿਪੈਂਡ ਕਰ। ਦਰਸ਼ਕ ਵਰਗ ਪੂਰਾ ਤਿਆਰ ਹੈ, ਸਾਡੇ ਮੇਕਰ ਲੋਕਾਂ ਨੂੰ ਅੰਡਰ ਐਸਟੀਮੇਟ ਕਰਦੇ ਆ, ਪਰ ਲੋਕ ਨੇ ਉਹ ਅੱਛੀ ਫਿਲਮ ਨੂੰ ਹਮੇਸ਼ਾ ਵਧੀਆ ਹੁੰਗਾਰਾ ਦਿੰਦੇ ਨੇ। ਸ਼ੁਕਰੀਆ ਜੀ, ਥੈਂਕ ਯੂ। ਹਾਂਜੀ ਸਰ, ਆਪਣੇ ਇੱਥੇ ਹੁੰਦਾ ਕੀ ਆ, ਮੇਕਰਸ ਦੇ ਵਿੱਚ ਆਪਣੇ ਨਾ ਖਿਚੜੀ ਬਣਾ ਲੈਂਦੇ ਨੇ, ਜਦੋਂ ਫਿਲ ਹੁਣ ਇੱਕ ਕਹਾਣੀ ਦੇ ਪਿੱਛੇ ਇੱਕ ਜਜ਼ਬਾ ਚੱਲਦਾ, ਉਹਨੇ ਨੂੰ ਇੱਕ ਹੋਰ ਫਿਲਮ ਆ ਜਾਂਦੀ, ਉਹ ਹਿੱਟ ਹੋ ਜਾਂਦੀ ਹੈ, ਉਹ ਕਹਿੰਦਾ ਭਾਅ ਜੀ ਅੱਜ ਕੱਲ੍ਹ ਤਾਂ ਮਾਰਕੀਟ 'ਚ ਉਹ ਚੱਲ ਰਿਹਾ, ਉਹਨੂੰ ਵੀ ਐਡ ਕਰੋ।
ਫਿਰ ਉਹ ਜਜ਼ਬਾ ਨਾ ਹੋਵੇ ਜਜ਼ਬਾਤ ਹੋ ਜਾਂਦਾ ਹੈ ਨਾ, ਉਹ ਵੱਧ ਜਾਂਦਾ ਕੰਮ। ਸੋ ਇਹੀ ਗੱਲ ਆ ਵੀ ਇੱਕ ਮੂਡ ਨੂੰ ਜੇ ਫੜ ਕੇ ਚੱਲਦੇ ਹਾਂ ਤਾਂ ਫਿਲਮ ਹਿੱਟ ਹੁੰਦੀ ਆ। ਆਪਣੇ ਉਹੀ ਟੋਪੀ ਦੇ ਕੁੱਤੇ ਬਣ ਜਾਈਦਾ, ਕਦੇ ਅੱਗੇ ਜਾਈਦਾ ਕਦੇ ਪਿੱਛੇ ਆ ਜਾਈਦਾ, ਉਹ ਵੀ ਇੱਕ ਵਜ੍ਹਾ ਹੈਗੀ ਆ ਸਿਨੇਮਾ ਮਾੜਾ ਪਹੁੰਚਣ ਦੀ ਦਰਸ਼ਕਾਂ ਤੱਕ। ਸ਼ੁਕਰੀਆ ਜੀ ਕਿ ਜਿਵੇਂ ਸਾਡੇ ਲੇਖਕ ਸਾਹਿਬਾਨਾਂ ਨੇ ਸਾਨੂੰ ਦੱਸਿਆ ਹੈ ਕਿ ਉਹ ਆਪਣਾ ਜਿਵੇਂ ਕਿਹਾ ਜਾਂਦਾ ਕਿ ਇੱਕ ਲੇਖਕ ਜਾਂ ਸਿਨੇਮਾ ਲੇਖਕ ਸਮਾਜ ਦੇ ਵਿੱਚੋਂ ਜੋ ਮਹਿਸੂਸ ਕਰਦਾ ਹੈ ਜੋ ਦੇਖਦਾ ਹੈ ਤੇ ਉਹੀ ਆਪਣੀ ਗੱਲ ਆਪਣੀ ਕਲਮ ਦੇ ਜ਼ਰੀਏ ਕਹਿਣ ਦੀ ਕੋਸ਼ਿਸ਼ ਕਰਦਾ ਹੈ। ਪਰ ਫਰਕ ਇੱਥੇ ਹੁੰਦਾ ਹੈ ਕਿ ਉਹ ਪ੍ਰੋਡਿਊਸਰ ਦੇ ਜਾਂ ਮੰਗ ਦੇ ਅਕੋਰਡਿੰਗ ਉਸ ਗੱਲ ਨੂੰ ਜਿਵੇਂ ਰਾਣਾ ਜੀ ਨੇ ਕਿਹਾ ਕਿ ਉਹਨੂੰ ਥੋੜਾ ਬਹੁਤ ਚਮਕਾ ਕੇ ਕਹਿ ਦਿੰਦਾ ਪਰ ਆਪਣੀ ਗੱਲ ਜ਼ਰੂਰ ਕਹਿੰਦਾ ਹੈ। ਸੋ ਮੇਰਾ ਇੱਥੇ ਅਗਲਾ ਸਵਾਲ ਜਸ ਗਰੇਵਾਲ ਜੀ ਨੂੰ ਹੈ ਕਿ ਤੁਹਾਡੀਆਂ ਕਹਾਣੀਆਂ ਦਾ ਜਿਹੜਾ ਪਲੋਟ ਹੁੰਦਾ ਉਹ ਬਹੁਤ ਛੋਟਾ ਹੁੰਦਾ, ਜਿਵੇਂ ਪਹਿਲਾਂ ਗੱਲ ਚੱਲੀ ਹੈ ਕਿ ਤੁਸੀਂ ਛੋਟੀ ਜਿਹੀ ਭਾਵਨਾਵਾਂ ਨੂੰ ਫੜ ਕੇ ਬਹੁਤ ਚੰਗੇ ਤਰੀਕੇ ਨਾਲ ਪੇਸ਼ ਕਰਦੇ ਹੋ। ਤੁਸੀਂ ਅਕਸਰ ਆਪਣੀ ਗੱਲਬਾਤ ਦੇ ਵਿੱਚ ਕਹਿੰਦੇ ਵੀ ਹੋ ਕਿ ਤੁਸੀਂ ਮੁਨਸ਼ੀ ਪ੍ਰੇਮ ਚੰਦ ਦੀਆਂ ਕਹਾਣੀਆਂ ਤੋਂ ਪ੍ਰਭਾਵਿਤ ਹੋ ਤੇ ਤੁਹਾਨੂੰ ਬਹੁਤ ਵਧੀਆ ਲੱਗਦੀਆਂ ਨੇ, ਤੁਸੀਂ ਉਹ ਛੋਟੇ ਜਿਹੇ ਪਲੋਟ ਨੂੰ ਵਧੀਆ ਬਣਾ ਕੇ ਪੇਸ਼ ਕਰਦੇ ਹੋ, ਇਹਦੇ ਪਿੱਛੇ ਸਕ੍ਰੀਨ ਪਲੇ ਦਾ ਕਮਾਲ ਹੈ ਜਾਂ ਤੁਸੀਂ ਉਸ ਪਲੋਟ ਦੇ ਜ਼ਰੀਏ ਦਰਸ਼ਕ ਦੀਆਂ ਭਾਵਨਾਵਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹੋ ਕਿ ਮੈਂ ਇਹ ਗੱਲ ਕਹਿਣੀ ਹੈ ਤੇ ਬਸ ਇਹ ਭਾਵਨਾਵਾਂ ਦੀ ਉਹਨਾਂ ਨੂੰ ਟੱਚ ਕਰਨਾ, ਜਿਵੇਂ ਰੱਬ ਦਾ ਰੇਡੀਓ ਹੈ, ਪਹਿਲਾਂ ਰਾਣਾ ਜੀ ਨੇ ਗੱਲ ਕੀਤੀ ਹੈ ਤੇ ਉਹ ਦਰਸ਼ਕ ਸਿਨੇਮਾ ਦੇ ਵਿੱਚ ਬੈਠਾ ਬੈਠਾ ਉਹਦੀਆਂ ਭਾਵਨਾਵਾਂ ਦੇ ਨਾਲ ਨਾਲ ਤੁਰਿਆ ਜਾਂਦਾ। ਜਸ ਗਰੇਵਾਲ ਅਸਲ ਬਾਜੀ ਮੇਰਿਆਂ ਜਿਵੇਂ ਜਿਹੜੀ ਮੇਰੀ ਪਹਿਲੀ ਫਿਲਮ ਸੀ ਜੱਟ ਜੇਮਸ ਬੌਂਡ ਹੈ ਨਾ, ਉਹ ਰੱਬ ਦਾ ਰੇਡੀਓ ਵਾਂਗੂ ਸਾਦਾ ਕਹਾਣੀ ਨਹੀਂ ਸੀ, ਉਹਦਾ ਸਕਰੀਨ ਪਲੇ ਕਾਫ਼ੀ ਪੇਚੀਦਾ ਸੀ, ਕਾਫ਼ੀ ਉਹ ਸੀ। ਉਹ ਇੱਕੋ ਜਜ਼ਬਾ ਸੀ ਜਿਹੜਾ ਉਦੋਂ ਮੇਰੇ ਮਨ 'ਚ ਪੈਦਾ ਹੋਇਆ ਸੀ, ਉਦੋਂ ਜਿਸ ਚੀਜ਼ ਨੂੰ ਕਰਨ ਦਾ ਮੈਨੂੰ ਸਵਾਦ ਆ ਰਿਹਾ ਸੀ ਮੈਂ ਉਹ ਕੀਤਾ। ਉਹ ਤੋਂ ਬਾਅਦ ਪਤਾ ਨਹੀਂ ਮੇਰੀ ਹੀ ਤਬੀਅਤ ਐਸੀ ਹੋ ਗਈ ਹੋਣੀ ਹੈ ਕਿ ਮੈਨੂੰ ਰੱਬ ਦਾ ਰੇਡੀਓ ਵਰਗੀਆਂ ਇੱਕ ਸਾਦਾ ਕਹਾਣੀ ਮੇਰੇ ਦਿਲ ਨੂੰ ਲੱਗੀ ਹੈ ਨਾ, ਮੇਰੇ ਦਿਲ 'ਚ ਬਣੀ ਹੋਣੀ। ਤਾਂ ਜਿਵੇਂ ਰਾਣਾ ਭਾਅ ਜੀ ਨੇ ਕਿਹਾ ਵੀ ਸਕਰੀਨ ਪਲੇ ਤਾਂ ਤੁਸੀਂ ਕਿਸੇ ਵੀ ਚੀਜ਼ ਨੂੰ ਵਧੀਆ ਬਣਾ ਸਕਦੇ ਹੋ, ਉਹ ਕਹਾਣੀ ਮੈਨੂੰ ਬਹੁਤ ਵਧੀਆ ਲੱਗੀ, ਮੈਂ ਕਿਹਾ ਯਾਰ ਮੈਂ ਤਾਂ ਸਕਰੀਨ ਪਲੇ ਵਧੀਆ ਬਣਾ ਸਕਦਾ। ਇਹ ਤੁਹਾਨੂੰ ਮੈਂ ਚਲੋ ਪਹਿਲੀ ਵਾਰ ਕਿਸੇ ਨੂੰ ਸੁਣਾਈ ਰੱਬ ਦਾ ਰੇਡੀਓ, ਮੈਨੂੰ ਮੇਰਾ ਦੋਸਤ ਕਹਿੰਦਾ ਯਾਰ ਇਹ ਵੀ ਕਹਾਣੀ ਹੋਈ, ਮੈਂ ਕਿਹਾ ਯਾਰ ਜਦ ਮੈਂ ਤਾਂ ਸਕਰੀਨ ਪਲੇ ਬਣਾਊਂਗਾ ਤੂੰ ਉਦੋਂ ਦੇਖੀ, ਉਦੋਂ ਤੂੰ ਕਹੇਗਾ ਵੀ ਇਹ ਸਿਨੇਮਾ ਐਵੇਂ ਜਿਵੇਂ ਬੰਬੂ ਗਾਰਡ ਵੀ। ਅੱਛਾ ਫਿਲਮ ਲਾਈਨ 'ਚ ਇੱਕ ਨਾ ਕਿਤੇ ਭਾਈ ਮੈਂ ਕੋਟ ਪੜਿਆ ਸੀ, ਕਹਿੰਦੇ ਐਵਰੀ ਬ੍ਰਿਲੀਅੰਟ ਆਈਡੀਆ ਇਜ਼ ਔਨ ਦਾ ਐਜ ਆਫ ਸਟੂਪਿਡਿਟੀ, ਹਰ ਖੂਬਸੂਰਤ ਬ੍ਰਿਲੀਅੰਟ ਆਈਡੀਆ ਬੇਵਕੂਫੀ ਪਾਗਲ ਬਣਦੇ ਐਨ ਇੱਜ 'ਤੇ ਹੀ ਹੁੰਦਾ, ਤੁਸੀਂ ਥੋੜ੍ਹਾ ਜਿਹਾ ਵੀ ਸਹੀ ਨਾ ਕਰੋ ਤਾਂ ਤੁਸੀਂ ਗਿਰ ਜਾਂਦੇ ਹੋ ਹੈ ਨਾ। ਸੋ ਸਾਦਾ ਕਹਾਣੀ ਲੈਣਾ ਬੇਵਕੂਫੀ ਹੋ ਸਕਦੀ ਆ, ਲੇਕਿਨ ਅਗਰ ਤੁਹਾਨੂੰ ਆਪਣੇ ਸਕਰੀਨ ਪਲੇ 'ਤੇ ਕੌਨਫੀਡੈਂਸ ਹੈ ਫਿਰ ਤੁਸੀਂ ਲੈ ਕੇ ਆ ਸਕਦੇ ਜੀ। ਬਾਕੀ ਭਾਅ ਜੀ ਦੂਜੀ ਗੱਲ ਇਹ ਹੈ ਕਿ ਤੁਸੀਂ ਮੈਨੂੰ ਜਿਵੇਂ ਕਿਹਾ ਕਿ ਦਰਸ਼ਕਾਂ ਦੇ ਦਿਲ ਤੱਕ ਪਹੁੰਚਣ ਦੀ ਕੋਸ਼ਿਸ਼, ਇਹ ਨਹੀਂ ਹੈਗੀ ਮੇਰੀ, ਹਮੇਸ਼ਾ ਕੋਸ਼ਿਸ਼ ਆਪਦੇ ਹੀ ਦਿਲ ਦੀਆਂ ਗਹਿਰਾਈਆਂ ਤੱਕ ਪਹੁੰਚਣ ਦੀ ਹੁੰਦੀ ਆ। ਇਹ ਸਾਰੇ ਦਰਸ਼ਕਾਂ 'ਚ ਮੇਰੇ ਵਰਗੇ ਬੰਦੇ ਵੀ ਤਾਂ ਫਿਰਦੇ ਨੇ ਦਿਲੇ, ਕੋਈ ਹੋਰ ਨਾ ਦੇਖੋ ਉਹ ਤਾਂ ਦੇਖਣਗੇ ਨਾ, ਮੈਂ ਉਹਨਾਂ ਲਈ ਬਣਾਉਣਾ ਜੋ ਮੇਰੇ ਹੀ ਹਮਸਾਏ ਨੇ। ਜਿਹੜਾ ਸਵਾਲ ਉਸ ਵਿਦਿਆਰਥੀ ਨੇ ਕੀਤਾ ਸੀ ਉਹਦੀ ਕੰਟੀਨਿਊਟੀ 'ਚ ਮੈਂ ਆ ਰਿਹਾ, ਪਰ ਵਿੱਚ ਸੰਚਾਲਕ ਨੇ ਸਵਾਲ ਕਰ ਲਿਆ, ਤੁਸੀਂ ਕੋਈ ਸਵਾਲ ਕਰਨਾ ਹੁਣ ਬਾਕੀ ਉਹਨਾਂ ਨੂੰ ਕਰਨ ਦੇਣੇ ਆ, ਤੁਹਾਡੇ ਸਵਾਲ ਦਾ ਕੋਟਾ ਖਤਮ ਹੋ ਗਿਆ। ਜਿਹੜੀ ਗੱਲ ਚੱਲ ਰਹੀ ਸੀ ਕਿ ਫਿਲਮ ਕਿਹਦੇ ਲਈ ਬਣਾਈ ਜਾਂਦੀ ਹੈ, ਕੀ ਸੋਚ ਕੇ ਬਣਾਈ ਜਾਂਦੀ ਹੈ, ਤੁਹਾਡੇ ਮਨ ਵਿੱਚ ਕੀ ਹੁੰਦਾ? ਪਹਿਲੀ ਗੱਲ ਇਹ ਹੈ ਕਿ ਦੁਨੀਆ ਦੇ 800 ਕਰੋੜ ਬੰਦੇ ਨੇ ਅਤੇ 800 ਕਰੋੜ ਬੰਦਿਆਂ ਨੂੰ ਦੇਖ ਕੇ ਫਿਲਮ ਬਣਾਈ ਜਾਣੀ ਚਾਹੀਦੀ ਹੈ। ਸਬ ਟਾਈਟਲ ਨਾਲ ਦੁਨੀਆ 'ਚ ਇਸ ਵੇਲੇ ਸਭ ਤੋਂ ਫਿਲਮਾਂ ਚੱਲਦੀਆਂ, ਚਾਈਨਾ 'ਚ ਵੀ ਚੱਲਦੀਆਂ,
ਕੋਈ ਇੱਕ ਵਰਗ ਦੇਖ ਕੇ ਨਹੀਂ। ਪੰਜਾਬ ਦੀ ਫਿਲਮ, ਪੰਜਾਬੀ 'ਚ ਬਣੀ ਫਿਲਮ ਵੀ ਪੂਰੀ ਦੁਨੀਆ ਲਈ ਹੋ ਸਕਦੀ ਹੈ, ਉਹ ਕਿਸੇ ਖਿੱਤੇ 'ਚ ਨਹੀਂ ਹੋ ਸਕਦੀ। ਦੂਸਰਾ ਇੱਕ ਸੀਮਾ ਹੁੰਦੀ ਹੈ, ਇਸ ਗੱਲ ਨੂੰ ਮੈਂ ਇੱਕ ਲਾਈਨ ਸੌਖਾ ਕਰਕੇ ਸਮਝਾਵਾਂ। ਇੱਕ ਉਰਦੂ ਦਾ ਸ਼ੇਰ ਹੈ ਕਿ ਮੈਨੇ ਉਨਕੋ ਦੇਖਾ ਜਿਤਨਾ ਦੇਖਾ ਜਾ ਸਕਤਾ ਥਾ, ਮੈਨੇ ਉਨਕੋ ਦੇਖਾ ਜਿਤਨਾ ਦੇਖਾ ਜਾ ਸਕਤਾ ਥਾ, ਲੇਕਿਨ ਇਨ ਦੋ ਆਂਖੋਂ ਸੇ ਕਿਤਨਾ ਦੇਖਾ ਜਾ ਸਕਤਾ ਥਾ। ਇੱਕ ਲੇਖਕ ਨਹੀਂ ਸਾਰੀ ਦੁਨੀਆ ਦੇਖ ਸਕਦਾ, ਪਰ ਜਦੋਂ ਵੀ ਤੁਸੀਂ ਫਿਲਮ ਲਿਖੋਗੇ, ਮੈਂ ਫਿਰ ਆਪਣੇ ਪਹਿਲੇ ਨੁਕਤੇ 'ਤੇ ਆ ਰਿਹਾ ਕਿ ਫਿਲਮ ਇੱਕ ਬਿਜ਼ਨਸ ਹੈ। ਜਿਸ ਬੰਦੇ ਨੇ ਫਿਲਮ ਬਣਾਉਣੀ ਹੈ ਉਸਨੇ ਪੈਸੇ ਲਾਉਣੇ ਆ ਅਤੇ ਪੈਸੇ ਕਮਾਉਣੇ ਆ। ਕੋਈ ਬੰਦਾ ਇਹ ਸੋਚ ਕੇ ਫਿਲਮ ਨਹੀਂ ਬਣਾਉਂਦਾ ਕਿ ਪੈਸੇ ਵਾਪਸ ਨਾ ਆਉਣ। ਹਾਂ, ਕੋਈ ਬੰਦਾ ਦੇਸ਼ ਭਗਤੀ ਕਰੇ ਕਿ ਉਹਨੂੰ ਲਾਲਚ ਨਾ ਹੋਵੇ, ਤਾਂ ਇਹ ਲਾਲਚ ਤਾਂ ਹੋਏਗਾ ਨਾ, ਜੇ ਪੈਸੇ ਆ ਗਏ ਮੈਂ ਇੱਕ ਹੋਰ ਬਣਾ ਲੂੰਗਾ, ਹੋਰ ਆ ਗਏ ਮੈਂ ਇੱਕ ਹੋਰ ਬਣਾ ਲੂੰਗਾ, ਜੋ ਉਹਨੇ ਫਿਲਮ ਰਾਹੀਂ ਕੁਛ ਕਹਿਣਾ। ਸਿਰਫ NFDC ਵਾਲੀਆਂ ਫਿਲਮਾਂ ਦਾ ਕੋਈ ਖਤਰਾ ਨਹੀਂ ਹੁੰਦਾ। ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ, ਪੈਸਾ ਸਰਕਾਰ ਨੇ ਦਿੱਤਾ, ਤੁਸੀਂ ਫਿਲਮ ਬਣਾਏ, ਮਰਜ਼ੀ ਨਾਲ ਤਜਰਬੇ ਕੀਤੇ, ਉਹ ਬੜੇ ਵੱਡੇ ਡਾਇਰੈਕਟਰ ਨੇ, ਉਹਨਾਂ ਦੀਆਂ ਬਣਾਈਆਂ ਫਿਲਮਾਂ ਪੂਰੀ ਦੁਨੀਆ ਵਿੱਚ ਜਾਂਦੀਆਂ, ਇਨਾਮ ਲੈਂਦੀਆਂ, ਸਾਡੇ ਸਿਨੇਮੇ ਦਾ ਕੱਦ ਉੱਚਾ ਹੁੰਦਾ, ਪਰ ਉਹ ਇੱਕ ਵੀ ਸ਼ੋਅ ਨਹੀਂ ਹੁੰਦਾ ਜਿਹਨਾਂ ਲਈ ਲਿਖੀ ਗਈ, ਜਿਹਨਾਂ ਲਈ ਬਣਾਈ ਗਈ, ਉਹੀ ਨਹੀਂ ਦੇਖ ਸਕਦੇ ਜਿਹਨਾਂ ਦਾ ਦੁੱਖ ਹੈ, ਪਰ ਜਿਹਨਾਂ ਦਾ ਦੁੱਖ ਹੈ ਉਹ ਦੂਜੇ ਦੇਖ ਲੈਣ, ਸ਼ਾਇਦ ਉਹ ਸਮਝ ਲੈਣ। ਸੋ ਇਸ ਲਈ ਜਿਹੜਾ ਕਮਰਸ਼ੀਅਲ ਆਸਪੈਕਟ ਉਹ ਜ਼ਰੂਰ ਹੈ। ਜਿੱਥੋਂ ਤੱਕ ਰਾਣੇ ਅਤੇ ਜਸ ਦੀ ਗੱਲ ਸੀ ਕਿ ਜਦੋਂ ਤੁਸੀਂ ਕੋਈ ਸਬਜੈਕਟ ਲਿਖਦੇ ਹੋ, ਆਪਣੀ ਮਰਜ਼ੀ ਨੂੰ, ਆਪਣੀ ਫਿਕਸੇਸ਼ਨ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਪਹੁੰਚਾ ਦਿੰਦੇ ਹੋ। ਫਿਲਮ ਰਸਗੁੱਲਾ ਸਭ ਨੇ ਇੰਜੋਏ ਕਰਨੀ ਹੈ, ਪਰ ਲੇਖਕ ਦੀ ਕਮਾਲ ਹੈ ਕਿ ਉਹਦੇ ਵਿੱਚੋਂ ਕਿੰਨਾ ਕੁ ਕੁਨੀਨ ਭਰ ਸਕਦਾ। ਉਹ ਚਾਹੇ ਆਜੋ ਬੇਟਾ, ਚਾਹੇ ਉਹ ਤੁਹਾਡਾ ਮੈਸੇਜ ਹੋਵੇ, ਚਾਹੇ ਤੁਹਾਡਾ ਆਈਡੀਆ ਹੋਵੇ, ਤੁਹਾਡੀ ਆਈਡੀਓਲੋਜੀ ਹੋਵੇ, ਲੇਕਿਨ ਉਹਦੇ ਵਿੱਚ ਕਨਵੇ ਹੋਏਗੀ। ਪਰ ਉਹ ਖਾਣ ਵਾਲੇ 'ਤੇ ਡਿਪੈਂਡ ਕਰਦਾ। ਕਿਸੇ ਮਾਂ ਨੇ ਰਸਗੁੱਲੇ 'ਚ ਕੁਨੀਨ ਪਾ ਕੇ ਨਿਆਣੇ ਨੂੰ ਦਿੱਤੀ, ਇਹ ਸੋਚ ਕੇ ਗੋਲੀ ਖਾ ਲਊਗਾ, ਬਾਅਦ 'ਚੋਂ ਕਹਿੰਦਾ ਖਾ ਲਿਆ ਰਸਗੁੱਲਾ, ਕਹਿੰਦਾ ਹਾਂ ਮੰਮੀ ਖਾ ਲਿਆ, ਪਰ ਮੈਂ ਗਿਟਕ ਸੁੱਟਤੀ। ਸੋ ਗਿਟਕ ਸੁੱਟਣ ਵਾਲੇ ਦਰਸ਼ਕ ਵੀ ਹੋਣਗੇ, ਤੁਸੀਂ ਬੰਨ ਕੇ ਕਿਸੇ ਨਹੀਂ ਬਣਾ ਸਕਦੇ। ਸੋ ਦਰਸ਼ਕ ਤੇ ਲੇਖਕ ਵਿੱਚ ਡਾਇਰੈਕਟਰ, ਉਹਨਾਂ ਨੇ ਜੋ ਪ੍ਰੋਡਕਟ ਤਿਆਰ ਕੀਤਾ ਉਸ ਦੀ ਜਿਹੜੀ ਵੈਂਟੀਲੇਸ਼ਨ ਹੈ ਬਹੁਤ ਥਾਵਾਂ ਉੱਤੇ ਹੈ। ਲੇਖਕ ਕੋਲ ਇਹ ਤਾਕਤ ਹੈ ਕਿ ਉਹ ਬਹੁਤ ਸਾਰੀਆਂ ਵਿਧੀਆਂ ਦੇ ਨਾਲ ਆਪਣੀ ਗੱਲ ਕਹਿ ਸਕਦਾ। ਵੱਡਾ ਲੇਖਕ ਇੱਕ ਕਮਰਸ਼ੀਅਲ ਫਿਲਮ ਵਿੱਚ ਵੀ ਆਪਣਾ ਮੈਸੇਜ ਦੇ ਸਕਦਾ ਹੈ, ਆਪਣੀ ਗੱਲ ਕਰ ਸਕਦਾ, ਆਪਣੇ ਆਈਡੀਆ ਤੇ ਆਈਡੀਓਲੋਜੀ ਨੂੰ ਪਹੁੰਚਾ ਸਕਦਾ, ਇਹ ਉਹਦੀ ਹਿੰਮਤ ਹੈ। ਲੇਕਿਨ ਇੱਕ ਗੱਲ ਆਪਾਂ ਯਾਦ ਰੱਖੀਏ ਕਿ ਬਕ ਬੱਕਾ ਖਾਣਾ, ਬਕ ਬੱਕੀ ਫਿਲਮ, ਬਕ ਬੱਕੇ ਭਾਸ਼ਣ ਕੋਈ ਸੁਣਨਾ ਨਹੀਂ ਪਸੰਦ ਕਰਦਾ। ਮੈਂ ਇੱਕ ਟੀਚਰ ਹਾਂ ਪਿਛਲੇ 45 ਸਾਲ ਤੋਂ, ਟੀਚਰ ਵੀ ਜੇ ਪੜ੍ਹਾਊਗਾ, ਜੇ ਉਹ 40 ਮਿੰਟ ਪ੍ਰੋਪਰ ਕਮਿਊਨੀਕੇਟ ਕਰ ਰਿਹਾ ਤਾਂ ਹੀ ਉਹਦਾ ਲੈਕਚਰ ਸੁਣਿਆ ਜਾਊਗਾ, ਵਰਨਾ ਹਾਜ਼ਰੀ ਦੇ ਬੰਧਨ ਸਾਰੇ ਬੈਠੇ ਨੇ, ਉਹ ਲੈਕਚਰ ਸੁਣਦੇ ਸੁਣਦੇ ਪਤਾ ਨਹੀਂ ਕਿੱਥੇ ਕਿਤੇ ਘੁੰਮਾਉਣਗੇ ਜਾਂ ਕਿਤੇ ਚੁੱਪ ਚੁਪੀਤੇ ਆਪਣਾ ਮੋਬਾਈਲ ਖੋਲ ਲੈਣਗੇ। ਸੋ ਦਰਸ਼ਕ ਦੇ ਤੁਹਾਡਾ ਕੋਈ ਬੰਧਨ ਨਹੀਂ ਹੈ, ਉਹ ਇੰਡੀਪੈਂਡੈਂਟ ਹੈ, ਤੁਸੀਂ ਵੀ ਇੰਡੀਪੈਂਡੈਂਟ ਹੋ। ਫਰਕ ਕਹਿੰਦਾ ਕਿ ਤੁਸੀਂ ਇੰਡੀਪੈਂਡੈਂਟ ਹੋ ਕੇ ਉਸ ਇੰਡੀਪੈਂਡੈਂਟ ਬੰਦੇ ਨੂੰ ਕਿਵੇਂ ਕਮਿਊਨੀਕੇਟ ਕਰ ਸਕਦੇ ਹੋ। ਸੋ ਉਹਦੇ 'ਚ ਲੇਖਕ ਦੀ ਭੂਮਿਕਾ, ਜੋ ਰਾਣੇ ਨੇ ਗੱਲ ਕੀਤੀ ਕਿ ਮੈਂ ਕਿਤਾਬ ਨਾਲ ਜੁੜਿਆ, ਮੈਂ ਕਿਸੇ ਨਾ ਕਿਸੇ ਫਰੇਮ ਦੇ ਵਿੱਚ ਕਿਤਾਬ ਲਿਆਉਂਗਾ, ਮੈਂ ਕਿਸੇ ਨਾ ਕਿਸੇ ਤਰੀਕੇ ਆਪਣੀ ਗੱਲ ਕਰ ਲਊਂਗਾ। ਸਾਡੇ ਸੁਰਜੀਤ ਸਿੰਘ ਸੇਠੀ ਬੜੇ ਵੱਡੇ ਨਾਟਕਕਾਰ ਸੀ, ਉਹ ਗੁਲਜ਼ਾਰ ਸਾਹਿਬ ਦੇ ਕਲਾਸ ਫੈਲੋ ਸੀ, ਉਹਨਾਂ ਨੂੰ ਗੁਲਜ਼ਾਰ ਉਵੇਂ ਲੱਗਦੇ ਜਿਵੇਂ ਕਲਾਸ ਫੈਲੋ ਲੱਗਦੇ। ਉਹਨੇ ਕਹਿੰਦਾ ਇਹਨੂੰ ਕੁਛ ਨਹੀਂ ਆਉਂਦਾ, ਇਹ ਕੁਛ ਨਹੀਂ ਆਉਂਦਾ, ਇਹ ਹੋਰ ਬੜੇ ਸੋਹਣੇ ਸ਼ਬਦ ਵਰਤਦੇ, ਮੈਂ ਵਰਤ ਨਹੀਂ ਸਕਦਾ। ਪਰ ਇੱਕ ਉਹਨਾਂ ਦਾ ਜੁਮਲਾ ਬੜਾ ਅੱਛਾ ਸੀ, ਇਹ ਤਾਂ ਕਹਿੰਦਾ ਹਰ ਫਿਲਮ ਦਾ ਹੀਰੋ PhD ਕਰਦਾ, PhD ਕਰਦਾ, ਕਿਉਂਕਿ ਇਹਨੇ ਖੁਦ BA ਨਹੀਂ ਕੀਤਾ, ਲੱਗਦਾ PhD ਬੜੀ ਵੱਡੀ ਚੀਜ਼ ਹੁੰਦੀ। ਤੋ ਮੈਂ ਕਈ ਫਿਲਮਾਂ ਦੇ ਢੁਕਾ ਕੇ ਦੇਖੇ, ਜਿਹੜੀ ਪਹਿਲੀ ਮੌਸਮ ਸੰਜੀਵ ਜੀ ਵਾਲੀ, ਹੁਣ 3 ਮੌਸਮਾਂ ਬਣ ਗਈਆਂ, ਉਹ PhD ਕਰਦਾ ਤੇ ਸ਼ਿਮਲੇ ਰਿਸਰਚ ਕਰਨ ਜਾਂਦਾ, ਉੱਥੇ ਹੀਰੋਇਨ ਮਿਲਦੀ ਹੈ। ਸੋ ਲੇਖਕ ਚਾਹੇ ਤਾਂ ਬਹੁਤ ਸਾਰੀਆਂ ਆਪਣੀਆਂ ਫਿਕਸੇਸ਼ਨ ਨੂੰ ਜਰਨਲਾਈਜ਼ ਕਰਕੇ ਪ੍ਰੈਜੈਂਟ ਕਰ ਸਕਦਾ। ਫਿਕਸੇਸ਼ਨ ਤੁਹਾਡੀ ਹੈ, ਜਿਵੇਂ ਜਸ ਨੇ ਕਿਹਾ ਕਿ ਮੈਂ ਆਪਣੀ ਗੱਲ ਕਹਿ ਸਕਦਾ,
ਫਿਕਸੇਸ਼ਨ ਤੁਹਾਡੀ ਹੋ ਸਕਦੀ ਹੈ, ਲੇਕਿਨ ਹੁਣ ਜਨਰਲਾਈਜ਼ ਕਰਨਾ ਇਹ ਤੁਹਾਡੀ ਤਾਕਤ ਹੈ ਕਿ ਤੁਸੀਂ ਫਿਲਮ ਦੇ ਕਿਹੋ ਜਿਹੇ ਲੇਖਕ ਹੋ, ਤੁਹਾਨੂੰ ਕਿੰਨਾ ਸੋਹਣਾ ਸਕਰੀਨ ਪਲੇ ਲਿਖਣਾ ਆਉਂਦਾ, ਕਿੰਨੇ ਅੱਛੇ ਡਾਇਲੋਗ ਲਿਖਣੇ ਆਉਂਦੇ ਹੈ, ਕਿੰਨੀ ਅੱਛੀ ਤੁਸੀਂ ਕਹਾਣੀ ਲਿਖ ਸਕਦੇ ਹੋ, ਅਤੇ ਉਹ ਦ੍ਰਿਸ਼ ਵਿੱਚ ਕਿਵੇਂ ਬੰਨੀ ਜਾ ਸਕਦੀ ਹੈ। ਫਿਲਮ ਦਾ ਇੱਕ ਸੈਕਿੰਡ ਦਾ ਦ੍ਰਿਸ਼ ਵੀ ਸਾਰੀ ਉਮਰ ਰਹਿੰਦਾ। ਇੱਥੇ ਬਲਜਿੰਦਰ ਆ ਗਿਆ, ਮੈਨੂੰ ਗੱਲ ਯਾਦ ਆਈ, ਜਦੋਂ ਇਹ ਮੇਰੇ ਕੋਲ ਥੀਏਟਰ ਕਰਦਾ ਸੀ, ਇਹਨੂੰ ਮੈਂ ਇੱਕ ਪਲੇ 'ਚ ਰੋਲ ਦਿੱਤਾ, ਕਹਿੰਦਾ ਡਾਕਟਰ ਸਾਹਿਬ ਰੋਲ ਬੜਾ ਛੋਟਾ, ਉਦੋਂ ਗਾਂਧੀ ਫਿਲਮ ਆਈ ਸੀ। ਮੈਂ ਉਹਨੂੰ ਕਿਹਾ ਵੀ ਤੂੰ ਗਾਂਧੀ ਫਿਲਮ ਦੇਖੀ ਹੈ, ਉਹ 'ਚ ਓਮ ਪੁਰੀ ਦੀ ਇੱਕ ਚੀਕ ਹੈ, ਇਕੱਲੀ ਇੱਕ ਚੀਕ ਨਾਲ ਉਸ ਫਿਲਮ ਦੇ ਵਿੱਚ ਐਸਟੈਬਲਿਸ਼ ਕਰੈਕਟਰ ਹੈ, ਇਹ ਲੇਖਕ ਦਾ ਕਮਾਲ ਹੈ। ਮੇਰੇ ਖਿਆਲ ਮੁੱਢਲੀਆਂ ਗੱਲਾਂ ਹੋ ਗਈਆਂ ਨੇ, ਕਾਫੀ ਸਾਰੇ ਮੁੱਦੇ ਛੋਏ ਗਏ ਨੇ। ਸਾਡੇ ਕੋਲ ਅੱਧਾ ਘੰਟਾ ਬਾਕੀ ਆ ਸਮਾਂ, ਤੁਹਾਡੇ ਮਨ ਦੇ ਵਿੱਚ ਜੇ ਕੋਈ ਸਵਾਲ ਹੈਗਾ ਤੁਸੀਂ ਜ਼ਰੂਰ ਪੁੱਛੋ। ਹਾਂ, ਤੁਸੀਂ ਆਪਣਾ ਨਾਂ ਦੱਸ ਦਿਓ ਅਤੇ ਹਰਪ੍ਰੀਤ ਹੈਲੋ, ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ, ਪੀ ਏ 1 ਦਾ ਵਿਦਿਆਰਥੀ ਆ, ਪੰਜਾਬੀ ਡਿਪਾਰਟਮੈਂਟ ਦਾ। ਜਿਵੇਂ ਕਿ ਰਾਣਾ ਜੀ ਨੇ ਗੱਲ ਕੀਤੀ ਕਿ ਹੁਣ ਜਦੋਂ ਵੀ ਮੈਂ ਲਿਖਦਾ ਤਾਂ ਮੇਰੇ ਅੱਗੇ ਸਕਰੀਨ ਹੁੰਦੀ ਹੈ ਕਿ ਜੋ ਉਹਨਾਂ ਨੇ ਸਕਰੀਨ ਦੀ ਭੂਮਿਕਾ ਬੰਨੀ ਹੈ, ਜੋ ਫੁੱਲ ਫਾਰਮ ਦਿੱਤੀ ਹੈ। ਜਿਵੇਂ ਕਿ ਅੱਜ ਦਾ ਆਪਾਂ ਸਾਰੇ ਸਿਨੇਮਾ ਦੇਖਦੇ ਹਾਂ, ਅੱਜ ਦਾ ਜੋ ਦੌਰ ਚੱਲ ਰਿਹਾ ਹੈ, ਸੋਨੂੰ ਨਹੀਂ ਲੱਗਦਾ ਕਿ ਇਹ ਸਕਰੀਨ ਦੀ ਜਿਹੜੀ ਲੋੜ ਹੈ ਉਹ ਹਰ ਇੱਕ ਡਾਇਰੈਕਟਰ ਨੂੰ ਤੇ ਹਰ ਇੱਕ ਲਿਖਾਰੀ ਨੂੰ ਹੈਗੀ ਹੈ, ਤੇ ਉਹ ਅੱਜ ਜਿਹੜੀ ਹੈ ਮਿਸ ਕਿਉਂ ਹੁੰਦੀ ਜਾ ਰਹੀ ਹੈ ਤੇ ਉਹਨੂੰ ਵਾਪਸ ਕਿਵੇਂ ਲਿਆ ਜਾ ਸਕਦਾ। ਤੇ ਜਿਵੇਂ ਸੋਨੇ ਕਿਹਾ ਕਿ ਬਹੁਤ ਸਾਰੀਆਂ ਫਿਲਮਾਂ, ਜਿਸ ਨੂੰ ਮੂਹੇ ਕਿਹਾ ਕਿ ਜੋ ਸੋਨੇ ਨਹੀਂ ਦੇਖੀਆਂ ਹੋਣਗੀਆਂ। ਤੇਰਾ ਸੰਗਰੂਰ ਡਿਸਟ੍ਰਿਕਟ? ਹਾਂਜੀ। ਕਿਹੜਾ ਪਿੰਡ? ਸਾਡਾ ਕੀ ਕਸੂਰ, ਮੇਰਾ ਤਾਂ ਆਪ ਸੰਗਰੂਰ ਹੈ, ਧੂਰੀ ਤੋਂ ਆਉਣਾ। ਸੋਨੇ ਜਿਵੇਂ ਕਿਹਾ ਆਪਾਂ ਨਹੀਂ ਮੰਨਿਆ, ਵਧੀਆ ਲੱਗਿਆ ਮੈਨੂੰ ਤਾਂ। ਬਹੁਤ ਦੇਰ ਬਾਅਦ ਧੂਰੀ ਗਿਆ ਮੈਂ ਤੇਰੇ ਰਾਹੀਂ ਗਿਆ। ਲਵ ਯੂ। ਅੱਛਾ, ਮੈਂ ਵੀ ਕਿਤੇ ਹੋਰ ਵਗ ਗਿਆ ਜੀ ਤੁਹਾਡੇ ਕਰਕੇ। ਹਾਂਜੀ, ਤੇ ਮੈਂ ਉਹੀ ਪੁੱਛਣਾ ਚਾਹੁੰਦਾ ਸੀ ਸਰ ਵੀ ਕੀ ਕਾਰਨ ਹੈ ਕਿ ਅੱਜ ਉਹ ਚੀਜ਼ ਜਿਹੜੀ ਮਿਸ ਹੁੰਦੀ ਜਾ ਰਹੀ ਹੈ ਵਿੱਚੋਂ, ਤੇ ਕੀ ਕਾਰਨ ਹੈ ਕਿ ਉਹ ਸਾਨੂੰ, ਮਤਲਬ ਤੁਸੀਂ ਕੀ ਸੋਚਦੇ ਹੋ ਇਸ ਦੇ ਬਾਰੇ ਕਿ ਸਾਨੂੰ ਉਹ ਚੀਜ਼ ਵਾਪਸ ਲੈ ਕੇ ਆਉਣੀ ਚਾਹੀਦੀ, ਕਿਉਂਕਿ ਬਹੁਤ ਘੱਟ ਆਰਟਿਸਟ ਨੇ ਜਿਹੜੇ ਇਸ ਤਰੀਕੇ ਦੇ ਉੱਤੇ ਫੇਮ ਕਰਦੇ ਨੇ, ਕਿਉਂਕਿ ਜਿਹੜੀ ਅੱਜ ਇੰਡਸਟਰੀ ਹੈ ਉਹ ਇੱਕ ਹੋਰ ਪਾਸੇ ਵੀ ਤੁਰੀ ਜਾ ਰਹੀ ਹੈ, ਜੋ ਕਿ ਸਾਡੇ ਸਾਹਮਣੇ ਬਹੁਤ ਖਤਰਨਾਕ। ਸਮਝ ਗਿਆ ਮੈਂ ਤੁਹਾਡੀ ਗੱਲ। ਮੈਂ ਇੱਦਾਂ ਦੇ ਧੂਰੀ ਵਾਲੇ ਰਾਣੇ ਨੂੰ ਨਾ 7-8 ਸਾਲ ਪਹਿਲਾਂ ਉਹਨੂੰ ਚੁੱਪ ਕਰਕੇ ਬਿਠਾ ਤਾ, ਉਹਨੂੰ ਗੋਲੀਆਂ ਨਿੱਪਲ ਦੇ ਕੇ ਵੀ ਤੂੰ ਆਸੇ ਪਾਸੇ ਖੇਡ, ਮੈਂ ਉਹਨੂੰ ਬਿਠਾ ਤਾ। ਉਹ ਇੱਕ ਤਰ੍ਹਾਂ ਦੇ ਪੰਗੇ ਲੈਂਦਾ ਸੀਗਾ ਵੀ ਤੂੰ ਐਂ ਕਰ, ਤੁਸੀਂ ਪੜ੍ਹਿਆ ਕਰੋ, ਤੁਸੀਂ ਆਹ ਕਿਉਂ ਨਹੀਂ ਕਰਦੇ, ਤੁਹਾਨੂੰ ਆਹ ਫਿਲਮ ਬਣਾਉਣੀ ਚਾਹੀਦੀ ਹੈ। ਕਈਆਂ ਨੇ ਫਿਲਮ ਦੇਣੋਂ ਹਟ ਕੇ, ਕਈਆਂ ਨਾਲ ਮੌਕੇ ਦੇ ਤਕਰਾਰ ਹੋ ਜਾਂਦੇ ਸੀ, ਕਈ ਵਾਰੀ ਅਸੀਂ ਸਕਰੀਨ ਕਿਸੇ ਦੀ ਲਿਖੀ ਹੁੰਦੀ ਹੈ ਸਕ੍ਰਿਪਟ, ਕਹਿੰਦੇ ਨੇ ਯਾਰ ਵੀ ਮਾੜਾ ਜਿਹਾ ਉਹਨੂੰ ਕਹਿ ਦਿਓ ਠੀਕ ਕਰਕੇ ਲਿਖ ਲਓ, ਲੱਗਦਾ ਅੱਛਾ ਇਹ ਹੁਣ ਐਂ ਦਿਖਾਉਂਦਾ ਕਿ ਮੈਂ ਲਿਖ ਲਾਂਗਾ। ਪਰ ਮੈਂ ਇੱਕ ਗੱਲ ਕੀਤੀ ਜਿਹੜੀ ਤੁਸੀਂ ਦੂਜੇ ਨੂੰ ਕਹਿਣ ਦੀ ਥਾਂ ਤੇ ਵੀ ਮੈਂ ਕੰਮ ਕਰਕੇ ਦਿਖਾਉਣਾ। ਮੈਂ ਸਿੰਪਲ ਸ਼ੁਰੂਆਤ ਕਰ ਲਈ ਕਿ ਮੈਂ ਇੰਸਟਾਗ੍ਰਾਮ ਪੇਜ ਐਂ ਵਰਤਦਾ, ਮੈਂ ਫੇਸਬੁੱਕ ਨੂੰ ਐਂ ਵਰਤੂੰਗਾ, ਮੇਰੇ ਜ਼ਿਆਦਾ ਫੋਲੋਅਰਸ ਨਾ ਹੋਣ, ਮੇਰੇ ਜ਼ਿਆਦਾ ਰਿਵਿਊ ਨਾ ਹੋਣ, ਮੇਰੇ ਜ਼ਿਆਦਾ ਲਾਈਕਸ ਨਾ ਹੋਣ, ਕੋਈ ਚੱਕਰ ਨਹੀਂ, ਮੈਂ ਇਹ ਕੰਮ ਕਰਨਾ ਹੀ ਹੈ। ਮੈਂ ਰੋਜ਼ ਕੋਈ ਲਿਟਰੇਚਰ ਨਾਲ ਜੁੜੀ ਗੱਲ ਜਾਂ ਕੋਈ ਕੋਟੇਸ਼ਨ ਮੈਂ ਫੇਸਬੁੱਕ ਨੂੰ ਆਪਣੇ ਹਿਸਾਬ ਨਾਲ ਵਰਤੂੰ, ਮੈਂ ਇੰਸਟਾਗ੍ਰਾਮ ਨੂੰ ਆਪਣੇ ਹਿਸਾਬ ਨਾਲ ਵਰਤੂੰ, ਮੈਂ ਫਿਲਮ ਰਾਈਟਿੰਗ ਨੂੰ ਕਿਤੇ ਨਾ ਕਿਤੇ ਆਪਣੇ ਹਿਸਾਬ ਨਾਲ ਵਰਤੂੰ, ਤਾਂ ਕਿ ਜਿਹੜੇ ਕਹਿੰਦੇ ਨੇ ਕਿ ਐਂ ਨਹੀਂ ਹੋ ਸਕਦਾ, ਪੜ੍ਹਨਾ ਲਿਖਣਾ ਜ਼ਰੂਰੀ ਨਹੀਂ ਹੁੰਦਾ, ਕੋਈ ਜ਼ਿਆਦਾ ਗੰਭੀਰਤਾ ਜ਼ਰੂਰੀ ਨਹੀਂ ਹੁੰਦੀ, ਇਹ ਚੱਲਦੀਆਂ ਨਹੀਂ ਹੁੰਦੀਆਂ, ਉਹਨਾਂ ਨੇ ਫਿਰ ਫਿਲਮਾਂ ਚੱਲਦੀਆਂ ਦੇਖੀਆਂ ਤੇ ਉਹ ਫਿਲਮਾਂ ਚੱਲੀਆਂ। ਜੇ ਅਰਦਾਸ ਚੱਲੀ, ਰੱਬ ਦਾ ਰੇਡੀਓ ਚੱਲੀ, ਜੇ ਅਰਦਾਸ ਕਰਾਂ 50 ਦਿਨ ਨਹੀਂ ਲੈਂਦੀ ਤਾਂ ਰਾਣਾ ਜਾਂ ਜੱਸ ਜਦੋਂ ਲਿਖਦੇ ਨੇ ਜਾਂ ਦੂਜੇ ਮੇਕਰ ਜਾਂ ਗਿੱਪੀ ਹੋਰੀ ਫਿਲਮ ਬਣਾਉਂਦੇ ਆ ਤਾਂ ਉਹ ਜਵਾਬ ਦੇ ਰਹੇ ਨੇ ਉਹਨਾਂ ਮੇਕਰਸ ਨੂੰ ਕਿ ਤੁਸੀਂ
ਅਰਦਾਸ ਕਰਾਂ ਦੀ ਵਨ ਲਾਈਨ ਜਦੋਂ ਮੈਂ ਗਿੱਪੀ ਹੋਰਾਂ ਨੂੰ ਸੁਣਾਈ, ਉਸ ਤੋਂ ਪਹਿਲਾਂ ਮੈਂ 10 ਪ੍ਰੋਡਿਊਸਰ ਨੂੰ ਸੁਣਾ ਚੁੱਕਿਆ ਸੀ ਤੇ ਉਹ ਕਹਿੰਦੇ ਸੀ ਕੁਛ ਹੋਰ ਸੁਣਾ, ਤੇ ਹੁਣ ਜਦੋਂ ਫੋਨ ਕਰਦੇ ਨੇ ਮੈਂ ਕਿਹਾ ਨਹੀਂ ਅਸੀਂ ਨਹੀਂ ਸੁਣਾਉਂਦੇ। ਠੀਕ ਹੈ, ਤੁਸੀਂ ਆਪਣੇ ਕੰਮ ਰਾਹੀਂ ਪੜਾਓ ਉਹਨਾਂ ਨੂੰ, ਕੰਮ ਕਰਕੇ ਦਿਖਾਓ। ਮੈਂ ਕਈ ਵਾਰੀ ਕਈ ਰਿੱਝੀ ਜਾਂਦੇ ਹੁੰਦੇ ਨੇ ਯਾਰ ਉਹ ਆਏ ਨੀ ਕਰਦਾ, ਉਹ ਆਏ ਨੀ ਕਰਦਾ, ਮੈਂ ਕਿਹਾ ਤੈਨੂੰ ਕਿਹਨੇ ਰੋਕਿਆ, ਤੂੰ ਕਰ ਲੈ, ਕਰਕੇ ਦਿਖਾਓ ਕੰਮ ਜਦੋਂ ਮੌਕਾ ਮਿਲਦਾ। ਕਈ ਜਾਂਦੇ ਮੌਕਾ ਮਿਲਦਾ ਨਹੀਂ, ਮੌਕੇ ਲੈਣੇ ਪੈਂਦੇ ਨੇ, ਮੌਕੇ ਲੈਣੇ ਪੈਂਦੇ ਆ, ਮੌਕੇ ਹਾਸਲ ਕਰਨੇ ਪੈਂਦੇ ਆ। ਦੂਜੇ ਬਾਰੇ ਤੁਹਾਨੂੰ ਯੂਨੀਵਰਸਿਟੀ 'ਚ ਪੜ੍ਹਦੇ ਵੀ ਹੋ ਆਊਗਾ, ਆਹ ਟੀਚਰ ਐਂ ਸੋਚੀ ਜਾਂਦਾ, ਮੇਰੇ ਨਾਲ ਦਾ ਐਂ ਸੋਚੀ ਜਾਂਦਾ, ਉਹਨੇ ਐਂ ਕਿਉਂ ਲਿਖਿਆ। ਐਨਰਜੀ ਇੱਥੇ ਵੇਸਟ ਕਰਨ ਨਾਲੋਂ, ਨੈਗੇਟਿਵ ਵੇਸਟ ਕਰਨ ਨਾਲੋਂ, ਜਿਹੜੇ ਪੋਜ਼ਿਟਿਵ ਕਰ ਰਹੇ ਨੇ ਉਹਨਾਂ ਕੰਨੀ ਧਿਆਨ ਦੇਵੋ ਅਤੇ ਪੋਜ਼ਿਟਿਵ ਕਰਕੇ ਦਿਖਾਓ। ਮੈਂ ਕੰਮ ਗੁੱਡ ਕਰ ਰਿਹਾ, ਮੇਰੀ ਫਿਲਮ ਦੇ ਵਿੱਚ ਲਿਮੀਟੇਸ਼ਨਸ ਨੇ, ਠੀਕ ਹੈ, ਮੈਨੂੰ ਜਦੋਂ ਮੈਂ ਆਪਣੀ ਕਿਤਾਬਾਂ ਦਾ 100% ਜਵਾਬ ਦਿਆਂ ਕਿ 4 ਕਿਤਾਬਾਂ ਮੇਰੀਆਂ ਨੇ, ਅਗਲਾ ਕਹਿੰਦਾ ਤੇਰੇ ਕਿਸੇ ਨੇ ਗਲ ਗੁੱਠਾ ਦਿੱਤਾ ਸੀ ਵੀ ਕਿਤਾਬ ਨਾ ਛਪਾਉਂਦਾ, ਪਰ ਮੈਂ ਫਿਲਮ ਲਿਖਣ ਲਈ ਮੇਰੇ ਗਲ ਗੁੱਠਾ ਹੁੰਦਾ ਹੈ, ਕਈ ਵਾਰੀ ਘਰ ਵਾਲੀ ਦਾ ਹੁੰਦਾ ਹੈ, ਕਈ ਵਾਰੀ ਮੇਰਾ ਆਪਣਾ ਹੀ ਹੁੰਦਾ ਹੈ, ਕਈ ਵਾਰੀ ਕਿਸੇ ਦੋਸਤੀ ਨਿਭਾਉਣੀ ਪੈਂਦੀ ਹੈ, ਅਸੀਂ ਪੈਸੇ ਵੀ ਕਮਾਉਣੇ ਹੁੰਦੇ ਨੇ, ਪਰ ਮੈਂ ਕਦੇ ਪੈਸੇ ਕਮਾਉਣ ਦੇ ਚੱਕਰ 'ਚ ਇਹੋ ਜਿਹਾ ਨਹੀਂ ਲਿਖੂੰਗਾ ਜਿਹੜਾ ਤੁਸੀਂ ਮੈਨੂੰ ਖੜਾ ਕੇ ਕਹੋਗੇ ਵੀ ਆਹ ਕੀ ਕੀਤਾ, ਇੱਦਾਂ ਦਾ ਕੰਮ ਕਦੇ ਵੀ ਨਹੀਂ ਕਰੂੰਗਾ। ਮੈਂ ਜ਼ਿੰਮੇਵਾਰੀ ਆਪਣੀ ਨਿਭਾਉਂਦਾ ਰਹੂੰਗਾ, ਤੁਹਾਡੀਆਂ ਰਾਹੀਂ, ਮੇਰੇ ਰਾਹੀਂ, ਮੇਰੇ ਕੰਮ ਰਾਹੀਂ, ਇਹਦੇ ਕੰਮ ਰਾਹੀਂ ਮੈਸੇਜ ਜਾ ਰਹੇ ਨੇ, ਸੁਨੇਹੇ ਜਾ ਰਹੇ ਨੇ ਅੱਗੇ। ਵੈਸੇ ਤਾਂ ਹੁਣ ਇਸ ਤਰ੍ਹਾਂ ਦੀ ਗੱਲ ਬਣਨੀ ਸ਼ੁਰੂ ਹੋ ਗਈ ਆ ਕਿ ਪੰਜਾਬੀ ਦੇ ਵਿੱਚ ਜਿਹੜੇ ਲੇਖਕ ਨੇ, ਫਿਲਮ ਲੇਖਕ ਨੇ, ਉਹਨਾਂ ਦੀ ਸਰਦਾਰੀ ਬਣਨ ਲੱਗ ਗਈ ਆ ਅਤੇ ਉਹ ਆਪ ਵੀ ਨਿਰਦੇਸ਼ਕ ਹੋਣ ਲੱਗ ਗਏ ਆ, ਚਾਹੇ ਉਹ ਰਾਣਾ ਹੋਵੇ, ਜਸ ਗਰੇਵਾਲ ਹੋਣੀ ਹੋਣੇ, ਅੰਬਰਦੀਪ ਹੋਵੇ ਜਾਂ ਫਿਰ ਜਗਦੀਪ ਸਿੱਧੂ ਹੋਵੇ। ਇਹ ਵੀ ਕਿਹਾ ਜਾਂਦਾ ਕਿਤੇ ਕਿਤੇ ਕਿ ਪੰਜਾਬੀ ਸਿਨੇਮਾ ਅਸਲ ਦੇ ਵਿੱਚ ਵਧਣਾ ਫੁੱਲਣਾ ਹੀ ਉਦੋਂ ਜਦੋਂ ਇਹ ਲੇਖਕਾਂ ਦਾ ਸਿਨੇਮਾ ਬਣ ਗਿਆ, ਜਦੋਂ ਲਿਖਣ ਵੀ ਅਤੇ ਪ੍ਰੋਡਿਊਸ ਵੀ ਕਰਨ। ਅਤੇ ਹੋਰ ਕੋਈ ਸਵਾਲ ਹੈ ਇੱਧਰੋਂ? ਹਾਂਜੀ, ਮੇਰਾ ਨਾਮ ਮੇਰਾ ਸਵਾਲ ਸੀਗਾ ਨੈੱਟਫਲਿਕਸ ਨਾਲ ਜੁੜਿਆ ਹੋਇਆ, ਜਿਹੜੀਆਂ ਵੈਬ ਸੀਰੀਜ਼ ਬਣ ਰਹੀਆਂ ਨੇ ਆਪਣੀਆਂ, ਹੁਣ ਕੁਛ ਕੁ ਵੈਬ ਸੀਰੀਜ਼ ਬਣੀਆਂ ਵੀ ਨੇ ਪੰਜਾਬੀ 'ਚ, ਕੁਛ ਕੁ ਜਿਹੜੀਆਂ ਵੈਬ ਸੀਰੀਜ਼ ਨੇ ਜਿਵੇਂ ਲੈਲਾ ਹੋ ਗਈ, ਉਹ ਖਾਸ ਸਮਾਜ ਦੀ ਜਿਹੜੀ ਸਥਿਤੀ ਆ ਉਹਨਾਂ ਨੂੰ ਬਿਆਨ ਕਰਦੀਆਂ ਨੇ ਅਤੇ ਇੱਕ ਖਾਸ ਮੁੱਦਿਆਂ ਨੂੰ ਲੈ ਕੇ ਪੇਸ਼ ਹੁੰਦੀਆਂ ਨੇ। ਤੁਸੀਂ ਨੈੱਟਫਲਿਕਸ ਬਾਰੇ ਕੀ ਸੋਚਦੇ ਹੋ ਅਤੇ ਤੁਹਾਡੇ ਕੋਈ ਪ੍ਰੋਜੈਕਟ ਹੈਗੇ ਨੇ ਆਉਣ ਵਾਲੇ, ਜਿਹੜੇ ਪੰਜਾਬ ਦੀ ਸਥਿਤੀ ਨੂੰ ਲੈ ਕੇ ਆਉਣ ਵਾਲੇ ਸਮੇਂ 'ਚ ਇਵੇਂ ਦੀਆਂ ਵੈਬ ਸੀਰੀਜ਼ ਬਣਾਉਣ ਜਾਂ? ਪਹਿਲਾਂ ਜਸਵਰ ਜਵਾਬ ਦੇ ਦਿੰਦੇ ਨੇ ਜੀ ਇਸ ਗੱਲ ਦਾ। ਐਕਚੁਅਲੀ ਮੇਰੇ ਕੋਲ ਕੋਈ ਜਵਾਬ ਹੈ ਹੀ ਨਹੀਂ, ਮੈਂ ਨਹੀਂ ਸੋਚਦਾ, ਹਾਲੇ ਤੱਕ ਮੈਂ ਸੋਚਣਾ ਨਹੀਂ ਸ਼ੁਰੂ ਕੀਤਾ ਨੈੱਟਫਲਿਕਸ 'ਤੇ ਜਾਣ ਲਈ, ਕਿਉਂਕਿ ਸੁੱਖ ਨਾਲ ਇੱਥੇ ਬਹੁਤ ਕੁਛ ਆ ਜੋ ਅਸੀਂ ਕਰ ਰਹੇ ਹਾਂ ਹੈ ਨਾ, ਸਾਨੂੰ ਅਗਰ ਸਾਲ 'ਚ ਅਸੀਂ ਮੈਕਸੀਮਮ 3 ਫਿਲਮਾਂ ਕਰ ਸਕਦੇ ਹਾਂ, ਸਾਡੇ ਕੋਲ 6 ਪਹਿਲਾਂ ਹੀ ਨੇ, ਰਾਣਾ ਭਾਅ ਜੀ ਕੋਲ ਵੀ, ਮੇਰੇ ਕੋਲ ਵੀ, ਅਸੀਂ ਕਿਉਂਕਿ ਅਕਸਰ ਉੱਥੇ ਚੰਡੀਗੜ੍ਹ ਇਕੱਠੇ ਹੋ ਜਾਈਦਾ ਸੀ, ਉੱਥੇ ਕੌਮਾ ਹੋਟਲ ਆ ਉੱਥੇ ਜਾਂ ਕਿਤੇ ਕੌਫੀ ਲਈ ਇਕੱਠੇ ਹੋ ਜਾਈਦਾ। ਅਕਸਰ ਸਾਡੀਆਂ ਗੱਲਾਂ ਹੁੰਦੀਆਂ ਨੇ ਕਿ ਬਹੁਤ ਦਿਲ ਦੀਆਂ ਕਹਾਣੀਆਂ ਤਾਂ ਹਾਲੇ ਪਈਆਂ ਨੇ ਜਿਨ੍ਹਾਂ ਨੂੰ ਬਣਾਉਣ ਦੀ ਬਾਰੀ ਪਤਾ ਨਹੀਂ ਕਦੋਂ ਆਉਣੀ ਹੈ। ਨੈੱਟਫਲਿਕਸ ਸੀਰੀਜ਼ ਜਾਂ ਹੋਰ ਕੋਈ ਵੈਬ ਸੀਰੀਜ਼ ਜਾਂ ਯੂਟਿਊਬ ਸੀਰੀਜ਼ ਦੇ ਵਿੱਚ ਅਸੀਂ ਓਨਾ ਸੋਹਣਾ ਉਹਨੂੰ ਕਦੇ ਪ੍ਰੈਜੈਂਟ ਨਹੀਂ ਕਰ ਸਕਦੇ ਜਿੰਨਾ 2 ਘੰਟੇ 10 ਮਿੰਟ ਜਾਂ 2.25 ਘੰਟੇ ਦੀ ਫਿਲਮ ਦੇ ਵਿੱਚ ਕਰ ਸਕਦੇ ਹਾਂ। ਸੋ ਸਾਨੂੰ ਉੱਧਰ ਜਾਣ ਦੀ ਲੋੜ ਨਹੀਂ ਹੈ। ਜੇ ਕੱਲ੍ਹ ਅਸੀਂ ਪ੍ਰੋਡਿਊਸਰ ਬਣਨਾ ਹੋਵੇ, ਆਪਦਾ ਪੈਸਾ ਲਾਉਣਾ ਹੋਵੇ, ਤਾਂ ਨੈੱਟਫਲਿਕਸ 'ਚ ਸਾਨੂੰ ਕੋਈ ਫਾਇਦਾ ਦੇਖਦੇ ਅਸੀਂ ਜਾ ਸਕਦੇ, ਸਾਨੂੰ ਉੱਧਰ ਜਾਣ ਦੀ ਲੋੜ ਨਹੀਂ ਹੈ। ਬਾਕੀ ਰਾਣਾ ਭਾਈ ਦਾ ਜਾਂ ਮੇਰਾ ਦੋਨਾਂ ਦਾ ਸੁਭਾਅ ਹੈ ਨਹੀਂ ਕਿ ਅਸੀਂ ਇਹੋ ਜਿਹੀ ਗੱਲ ਲਿਖੀਏ ਜਿਹਨੂੰ ਸੈਂਸਰ ਪਾਸ ਨਾ ਕਰਦਾ ਹੋਵੇ, ਹੈ ਨਾ, ਅਸੀਂ ਤਾਂ ਸੈਂਸਰ ਦੇ ਅੰਦਰ ਰਹਿ ਕੇ ਬਹੁਤ ਖੁਸ਼ ਹਾਂ। ਠੀਕ ਹੈ, ਸੋ ਸਾਨੂੰ ਉੱਧਰ ਜਾਣ ਦੀ ਲੋੜ ਨਹੀਂ ਹੈ। ਸੋ ਇਸ ਕਰਕੇ ਬਾਹਲਾ ਉੱਧਰ ਨੂੰ ਕਦੇ ਸੋਚਿਆ ਨਹੀਂ। ਬਾਕੀ ਇਹ ਤੁਹਾਡੇ ਨਵਿਆਂ ਲਈ ਇੱਕ ਮਿੰਟ ਮੌਕਾ ਹੈ, ਐਡਾ ਸੋਹਣਾ ਆਈਡੀਆ ਕਮਰਸ਼ੀਅਲ ਬੰਦਿਆਂ ਨੂੰ ਨਹੀਂ ਦੇਈਦਾ ਹੁੰਦਾ,
ਉਹ ਪਹਿਲਾਂ ਹੀ ਕੰਮ ਕਰੀ ਜਾ ਰਹੇ ਨੇ, ਪੈਸਾ ਕਮਾਈ ਜਾ ਰਹੇ ਨੇ। ਇਹ ਨੈੱਟਫਲਿਕਸ ਤੁਹਾਡੇ ਲੋਕਾਂ ਲਈ ਖੁੱਲੀ ਹੈ, ਤੁਸੀਂ ਦੋਸਤ ਲੋਕ ਆਪਸ ਵਿੱਚ ਘੱਟ ਪੈਸਿਆਂ ਦੇ ਵਿੱਚ ਪ੍ਰੋਡਿਊਸ ਕਰਕੇ ਆਪਣਾ ਪ੍ਰੋਜੈਕਟ ਉੱਥੇ ਚਲਾ ਸਕਦੇ ਹੋ। ਉਹ ਉੱਥੇ ਕੋਈ ਸਿਫਾਰਿਸ਼ਾਂ ਨਹੀਂ ਚੱਲਦੀਆਂ, ਉੱਥੇ ਜੇ ਤੁਹਾਡੇ ਕੰਮ ਦੇ ਵਿੱਚ ਤੁਹਾਡੇ ਪ੍ਰੋਜੈਕਟ ਦੇ ਵਿੱਚ ਜਾਣਾ ਉਹ ਚਲਾ ਦਿੰਦੇ ਨੇ, ਤੁਹਾਨੂੰ ਸੈਂਸਰ ਦੀ ਵੀ ਲੋੜ ਨਹੀਂ ਪੈਂਦੀ, ਤੁਹਾਨੂੰ ਥਾਂ ਥਾਂ ਤੇ ਗੇੜੇ ਕੱਢਣ ਦੀ ਲੋੜ ਨਹੀਂ ਪੈਂਦੀ। ਇਹ ਤੁਹਾਡੇ ਵਿਦਿਆਰਥੀਆਂ ਲਈ ਨਵੇਂ ਨਿਊ ਕਮਰਸ ਲਈ ਇੱਕ ਪਲੇਟਫਾਰਮ ਵੀ ਹੈ। ਤੁਸੀਂ ਇਸ ਆਈਡੀਆ ਨੂੰ ਅੱਜ ਇਸ ਮੁੰਡੇ ਨੇ ਸ਼ੇਅਰ ਕੀਤਾ, ਕੋਈ ਆਈਡੀਆ ਇਹਨਾਂ ਦੇ ਵਿੱਚੋਂ ਚੱਕੋ, ਅਸੀਂ ਤਾਂ ਆਪਣਾ ਕੰਮ ਕਰ ਰਹੇ ਹਾਂ। ਤੁਸੀਂ ਜੇ ਪਲੇਟਫਾਰਮ ਨਹੀਂ ਮਿਲਦਾ, ਇੱਕ ਫਿਲਮ ਵਾਲੇ ਜਸ ਦੀ ਫਿਲਮ ਦੇ ਵਿੱਚ 20-22-25 ਕਰੈਕਟਰ ਹੋ ਸਕਦੇ ਨੇ, ਰਾਣੇ ਦੀ ਫਿਲਮ ਵਿੱਚ 20-22-25 ਕਰੈਕਟਰ ਹੋ ਸਕਦੇ ਨੇ, ਮੇਰੇ ਡਾਇਰੈਕਸ਼ਨ ਡਿਪਾਰਟਮੈਂਟ ਵਿੱਚ 6-7-10 ਬੰਦੇ ਹੋ ਸਕਦੇ ਨੇ। ਮੈਂ ਸਾਰਿਆਂ ਨੂੰ ਕੰਮ ਨਹੀਂ ਦੇ ਸਕਦਾ, ਮੈਨੂੰ ਥੀਏਟਰ ਵਾਲੇ ਸਾਰੇ ਹੀ ਜਾਣਦੇ ਨੇ, ਸਾਰੇ ਹੀ ਪਿਆਰੇ ਨੇ, ਹਰੇਕ ਮੇਰਾ ਜਿਹੜਾ ਜੂਨੀਅਰ ਹੁੰਦਾ ਕਿ ਮੈਂ ਤੁਹਾਡੇ ਡਿਪਾਰਟਮੈਂਟ ਤੋਂ, ਮੇਰਾ ਜੀ ਕਰਦਾ ਮੈਨੂੰ ਕੰਮ ਦੇ ਦਾਂ, ਪਰ ਮੈਂ ਸਾਰਿਆਂ ਨੂੰ ਕੰਮ ਨਹੀਂ ਦੇ ਸਕਦਾ, ਸਾਰਿਆਂ ਨੂੰ ਮੈਂ ਫਿਲਮ ਲਿਖਣੀ ਨਹੀਂ ਦੇ ਸਕਦਾ। ਪਰ ਜਿਹੜੇ ਖੁੱਲ ਰਹੇ ਨੇ ਡਿਜੀਟਲ ਮੀਡੀਆ ਔਰ ਨੈੱਟਫਲਿਕਸ, ਐਪਲ ਦਾ ਵੀ ਆ ਰਿਹਾ, ਐਪਲ ਵਾਲੇ ਆ ਗਏ ਨੇ ਔਰ ਸਾਡੇ ਐਮਾਜ਼ੋਨ ਵਾਲੇ ਆ ਗਏ ਨੇ, ਇਹ ਤੁਹਾਡੇ ਨਵੇਂ ਲੋਕਾਂ ਲਈ ਪਲੇਟਫਾਰਮ ਨੇ। ਤੁਸੀਂ ਆਪਣੇ ਪ੍ਰੋਜੈਕਟ ਬਣਾਓ, ਛੋਟੇ ਬਣਾਓ, ਵੱਡੇ ਬਣਾਓ, ਉੱਧਰ ਨੂੰ ਜਾਓ। ਸਾਨੂੰ ਕੱਲ੍ਹ ਕੱਲ੍ਹ ਨੂੰ ਕੋਈ ਕੰਮ ਕਰਨ ਨੂੰ ਮਿਲਦਾ, ਐਕਟਿੰਗ ਕਰਨ ਨੂੰ ਤਾਂ ਕਰ ਲਾਂਗੇ, ਨਹੀਂ ਅਸੀਂ ਆਪਣਾ ਕੰਮ ਕਰ ਰਹੇ ਹਾਂ। ਮੈਂ ਜਸ ਨਾਲ ਸਹਿਮਤ ਹਾਂ, ਥੈਂਕ ਯੂ। ਹਾਂਜੀ, ਸੁਖਬੀਰ ਦੇ ਸਵਾਲ 'ਚ ਮੈਂ ਥੋੜ੍ਹਾ ਐਡ ਕਰਨਾ, ਜਿਹੜੀ ਗੱਲ ਰਾਣੇ ਨੇ ਕਈ ਬੜੀ ਮਕਬੂਲ ਹੈ। ਦੋ ਆਸਪੈਕਟ ਨੇ, ਪਹਿਲਾ ਆਸਪੈਕਟ ਤਾਂ ਇਹ ਹੈ ਕਿ ਇਸ ਵੇਲੇ ਪੰਜਾਬੀ ਸਿਨੇਮਾ ਫੀਚਰ ਫਿਲਮ 'ਚ ਇੰਨੀ ਗੁੰਜਾਇਸ਼ ਆ ਕੰਮ ਕਰਨ ਦੀ ਕਿ ਹਾਲੇ 10-20-30 ਸਾਲ ਅਸੀਂ ਇਹਨੂੰ ਐਨਰਿਚ ਕਰ ਲਈਏ, ਫਿਰ ਦੂਸਰੇ ਪਾਸੇ ਜਾ ਸਕਦੇ ਹਾਂ। ਦੂਸਰਾ ਪੁਆਇੰਟ ਇਹ ਸੀ ਕਿ ਨਵੇਂ ਬੰਦਿਆਂ ਦਾ ਮਾਧਿਅਮ ਹੈ ਟੈਲੀਵਿਜ਼ਨ, ਨਵੇਂ ਐਕਟਰਾਂ ਦਾ ਮਾਧਿਅਮ ਸੀ ਜਦੋਂ ਦੂਰਦਰਸ਼ਨ ਸੀ, ਨਵੇਂ ਚੈਨਲ ਆਏ। ਪਰ ਅਮਿਤਾਭ ਬੱਚਨ ਨੇ 1991 'ਚ ਸਿਆਸਤ 'ਚ ਮਾਰ ਖਾਧੀ, ਫਿਰ ABC ਕਾਰਪੋਰੇਸ਼ਨ ਬਣਾਈ, ਉਹ ਫਲੋਪ ਹੋ ਗਈ, ਅਤੇ ਉਹ ਸਿਆਣਾ ਸੀ ਅਤੇ ਉਹ ਦੂਰਦਰਸ਼ਨ ਟੈਲੀਵਿਜ਼ਨ 'ਤੇ ਆਇਆ, ਕੌਣ ਬਣੇਗਾ ਕਰੋੜਪਤੀ। ਹੁਣ ਟੈਲੀਵਿਜ਼ਨ ਦੀ ਛੋਟੀ ਸਕਰੀਨ 'ਤੇ ਵੀ ਫਿਲਮ ਸਟਾਰਾਂ ਦਾ ਕਬਜ਼ਾ ਹੈ, ਨਵਿਆਂ ਲਈ ਉੱਥੇ ਗੁੰਜਾਇਸ਼ ਘੱਟ ਗਈ, ਉਹ ਦਿਹਾੜੀਦਾਰ ਬਣ ਗਏ। ਏਕਤਾ ਕਪੂਰ ਦੇ ਪ੍ਰੋਜੈਕਟ ਦੇ ਵਿੱਚ ਇੰਨੇ ਪੈਸੇ ਲਓ ਅਤੇ ਕਰੋ। ਜਿਹੜਾ ਇਹ ਨੈੱਟਫਲਿਕਸ ਹੈ ਜਾਂ ਇਹ ਸਾਡੇ ਮਾਧਿਅਮ ਨੇ, ਇਹ ਦੋ ਤਰ੍ਹਾਂ ਨਾਲ ਇਸਤੇਮਾਲ ਹੋਣ ਵਾਲੇ ਨੇ। ਇੱਕ ਤਾਂ ਇਹ ਹੈ ਕਿ ਕਮਰਸ਼ੀਅਲ ਫਿਲਮ ਮੇਕਰ, ਜਿਵੇਂ ਇਸ ਵੇਲੇ ਬਾਲੀਵੁੱਡ ਦੇ ਵਿੱਚ ਚੱਲ ਰਿਹਾ, ਕਰੋੜਾਂ ਰੁਪਏ ਲਾ ਕੇ ਫਿਲਮ ਬਣਾਉਂਦੇ ਨੇ, ਪਰ ਉਹਨਾਂ ਅੰਦਰ ਕੋਈ ਕ੍ਰੀਏਟਿਵ ਅਰਜ ਪਈ ਹੁੰਦੀ ਹੈ, ਉਸ ਅਰਜ ਨੂੰ ਪੂਰਾ ਕਰਨ ਲਈ ਉਹ ਸ਼ਾਰਟ ਫਿਲਮਾਂ ਬਣਾਉਣ ਲੱਗ ਗਏ। ਰਾਜਕੁਮਾਰ ਹਿਰਾਨੀ ਵੀ ਬਣਾਉਂਦਾ। ਸੋ ਇੱਕ ਤਾਂ ਇਹ ਮਾਧਿਅਮ ਇਸ ਤਰ੍ਹਾਂ, ਦੂਸਰਾ ਇਹ ਹੈ ਕਿ ਜਿਹੜੇ ਨਵੇਂ ਬੰਦੇ ਨੇ ਜਿਨ੍ਹਾਂ ਨੂੰ ਫੀਚਰ ਫਿਲਮ ਸਪੇਸ ਨਹੀਂ ਮਿਲਦੀ, ਉਹ ਇਹਨੂੰ ਐਕਸਪਲੋਇਟ ਕਰ ਸਕਦੇ ਔਰ ਪੰਜਾਬੀ 'ਚ ਕਾਮਯਾਬੀ ਹੋਇਆ ਕੰਮ। ਵੈਬ ਸੀਰੀਜ਼ ਪਿੱਛੇ ਜੇ ਯਾਰ ਜਿਗਰੀ ਕਸੂਤੀ ਡਿਗਰੀ ਬੜਾ ਅੱਛਾ ਸੀ ਸੀਰੀਅਲ, ਬੱਚੇ ਕਰ ਰਹੇ ਸੀ। ਸੋ ਹਰ ਮਾਧਿਅਮ ਨੂੰ ਇਸਤੇਮਾਲ ਕਰ ਸਕਦੇ ਹਾਂ, ਪਰ ਮੈਨੂੰ ਇਹ ਲੱਗਦਾ ਕਿ ਇਸ ਵੇਲੇ ਫੀਚਰ ਫਿਲਮ ਇੰਡਸਟਰੀ ਜਿਹੜੀ ਪੰਜਾਬੀ ਦੀ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਸਕੋਪ ਹੈ। ਅਸੀਂ ਹਿੰਦੀ ਫਿਲਮ ਦੇ ਬਾਲੀਵੁੱਡ ਸਿਨੇਮਾ ਦੇ ਨੇੜੇ ਆਉਣ ਲੱਗ ਗਏ, ਅਸੀਂ ਬਾਲੀਵੁੱਡ ਫਿਲਮ ਲੱਗੀ ਦੇ ਬਾਵਜੂਦ ਦਰਸ਼ਕ ਖਿੱਚਣ ਲੱਗ ਗਏ, ਲੇਕਿਨ ਹਾਲੇ ਫਿਲਮਾਂ ਬਣ ਕੇ ਸਕਰੀਨ 'ਤੇ ਬਹੁਤ ਘੱਟ ਆ ਰਹੀਆਂ। 60-62 ਫਿਲਮਾਂ ਆਉਂਦੀਆਂ ਅਤੇ 100-150 ਫਿਲਮਾਂ ਬਣੀਆਂ ਪਈਆਂ ਰਹਿ ਜਾਂਦੀਆਂ ਜਿਹੜੇ ਨੌਨ ਪ੍ਰੋਫੈਸ਼ਨਲ ਬੰਦੇ ਫਿਲਮ ਵਿੱਚ ਆਉਂਦੇ ਨੇ। 25-25 ਲੱਖ ਰੁਪਏ 4 ਬੰਦਿਆਂ ਨੇ ਪਾਇਆ, ਲਓ ਜੀ ਫਿਲਮ ਬਣਾਈਏ, ਉਹਨਾਂ ਕੋਲ ਕੋਨਸੈਪਟ ਨਹੀਂ ਹੁੰਦਾ। ਸੋ ਪ੍ਰੋਫੈਸ਼ਨਲ ਚਾਹੀਦੇ ਨੇ ਐਜ਼ ਪ੍ਰੋਡਿਊਸਰ, ਐਜ਼ ਡਾਇਰੈਕਟਰ, ਐਜ਼ ਰਾਈਟਰ। ਔਰ ਮੈਂ ਫਿਰ ਜ਼ੋਰ ਰਾਈਟਰ 'ਤੇ ਦੇ ਰਿਹਾ, ਜਸ ਨੂੰ ਇਹ ਗੱਲ ਕੀਤੀ ਸੀ, ਅਸੀਂ ਪੜ੍ਹ ਕੇ ਤਾਂ ਲੇਕਿਨ 3 ਸਾਲ ਤੋਂ ਪੜ੍ਹਾ ਰਹੇ ਹਾਂ, ਤੀਸਰਾ ਸੈਸ਼ਨ ਚੱਲ ਰਿਹਾ, ਉਹਦੇ ਵਿੱਚ ਅਸਾਈਨਮੈਂਟ ਜੋਬ ਹੁੰਦੀ ਹੈ। ਮੈਂ ਵੈਸੇ ਸਭ ਨੂੰ ਦੱਸਣਾ ਚਾਹੁੰਦਾ, ਉਹ ਮੈਂ ਕੁਦਰਤੀ ਮੈਨੂੰ ਪੜ੍ਹਾਉਣ ਦਾ ਮੌਕਾ ਮਿਲਿਆ ਹੋਇਆ, ਅਤੇ ਹਰ ਵਾਰ ਅਸਾਈਨਮੈਂਟ ਰਾਹੀਂ ਬੱਚੇ ਕ੍ਰੀਏਟਿਵ ਆਉਂਦੇ ਨੇ। ਮੈਂ ਪਿਛਲੇ 2 ਸਾਲਾਂ 'ਚ ਜਿਹੜੇ ਬੱਚੇ ਪੜ੍ਹ ਕੇ ਗਏ ਉਹਨਾਂ ਤੋਂ ਰੇਡੀਓ ਲਈ ਸਕ੍ਰਿਪਟ, TV ਲਈ ਛੋਟੀ ਛੋਟੀਆਂ ਸਕ੍ਰਿਪਟਾਂ ਲਗਾਈਆਂ, ਅਤੇ ਉਹਦੇ 'ਚ ਅਸੀਂ 4 ਮਾਧਿਅਮ ਬਣਾਏ ਹੋਏ ਨੇ, ਰੰਗਮੰਚ ਲਈ ਸਕ੍ਰਿਪਟ, ਰੇਡੀਓ ਲਈ, TV ਲਈ ਅਤੇ ਸਿਨੇਮਾ ਲਈ। ਐਤਕੀ ਮੈਂ ਰਜਿੰਦਰ ਇੱਕ ਨਵਾਂ ਤਜਰਬਾ ਕੀਤਾ, ਮੈਂ ਬੱਚਿਆਂ ਨੂੰ ਕਿਹਾ ਕਿ 10 ਦੇ 10 ਬੱਚੇ ਤੁਸੀਂ ਨਾਟਕ ਲਿਖ ਕੇ ਲੈ ਕੇ ਆਓ, ਅਤੇ 10 ਨਵੇਂ ਬੱਚਿਆਂ ਨੇ ਪਹਿਲੀ ਵਾਰ ਨਾਟਕ ਲਿਖਿਆ।
ਉਹ 10 ਨਾਟਕ ਹੁਣ ਬੁੱਕ ਫਾਰਮ 'ਚ ਆ ਰਹੇ, ਉਹਦਾ ਨਾਮ ਹੈ ਰੱਖਿਆ 10 ਨਿਆਣੇ 10 ਨਾਟਕ। ਇੱਥੇ ਨਿਆਣਾ ਪੋਜ਼ਿਟਿਵ ਸੈਂਸ 'ਚ ਹੈ। ਸੋ ਹੌਲੀ ਹੌਲੀ ਆਉਣ ਵਾਲੇ ਸਮੇਂ 'ਚ ਇਹ ਪੰਜਾਬੀ ਡਿਪਾਰਟਮੈਂਟ ਸਕ੍ਰਿਪਟ ਰਾਈਟਿੰਗ ਕਹਿ ਰਿਹਾ, ਜਿਹੜੇ ਕੈਮਜ਼ ਵਾਲੇ ਜਾਂ ਜਰਨਲਿਜ਼ਮ ਵਾਲੇ ਕਰ ਰਹੇ ਉਹਨਾਂ ਦੀ ਆਪਣੀ ਕਪੈਸਿਟੀ ਹੈ, ਪਰ ਪੰਜਾਬੀ ਦਾ ਇੱਕ ਪਲੱਸ ਪੁਆਇੰਟ ਹੈ ਕਿ ਲਿਟਰੇਚਰ ਦੇ ਸਟੂਡੈਂਟ ਜੇ ਸਕ੍ਰਿਪਟ ਰਾਈਟਿੰਗ ਸਿੱਖਣਗੇ ਤਾਂ ਉਹਨਾਂ ਕੋਲ ਕੰਟੈਂਟ ਪਹਿਲਾਂ ਹੀ ਹੈਗਾ। ਤੁਹਾਡਾ ਇਹ ਪਲੱਸ ਪੁਆਇੰਟ ਹੈ ਕਿ ਤੁਸੀਂ ਕੰਟੈਂਟ ਓਰੀਐਂਟਿਡ ਹੋ, ਤੁਸੀਂ ਅਮੀਰ ਘਰ ਦੇ ਜਵਾਕ ਹੋ, ਤੁਸੀਂ ਲਿਟਰੇਚਰ 'ਚ ਜੰਮੇ ਪਲੇ ਹੋਏ ਹੋ, ਤੁਹਾਨੂੰ ਸਿਰਫ ਇੱਕ ਮਾਧਿਅਮ ਚਾਹੀਦਾ। ਸੋ ਤੁਸੀਂ ਲੋਕ ਜਦੋਂ ਸਕ੍ਰਿਪਟ ਰਾਈਟਿੰਗ 'ਚ ਆਓਗੇ, ਬਸ਼ਰਤੇ ਉਹ ਜਿਹੜੀਆਂ ਕਮਰਸ਼ੀਅਲ ਅਦਾਰੇ ਨੇ ਜੋ ਸਕ੍ਰਿਪਟ ਲਿਖਣੀ ਸਿਖਾਉਂਦੇ ਨੇ, ਉਹ ਟੈਕਨੀਕ ਸਿਖਾ ਸਕਦੇ ਆ, ਲੇਕਿਨ ਕੰਟੈਂਟ ਨਹੀਂ ਦੇ ਸਕਦੇ। ਸੋ ਕੰਟੈਂਟ ਤੁਸੀਂ ਆਲਰੇਡੀ ਭਰੇ ਹੋਏ ਹੋ, ਸਿਰਫ ਤੁਹਾਨੂੰ ਇੱਕ ਰਸਤਾ ਚਾਹੀਦਾ। ਸੋ ਜੇ ਸਕ੍ਰਿਪਟ ਰਾਈਟਿੰਗ ਦਾ ਰਸਤਾ ਤੁਹਾਨੂੰ ਲੱਭ ਗਿਆ ਤਾਂ ਜਿਵੇਂ ਰਾਣੇ ਨੇ ਕਿਹਾ ਸੀ, ਇਹ 'ਚ ਨਾਮ ਵੀ ਹੈ ਅਤੇ ਨਾਵਾਂ ਵੀ ਹੈ, ਦੋਨੋਂ ਚੀਜ਼ਾਂ ਹੈਗੀਆਂ। ਥੈਂਕ ਯੂ। ਹਾਂਜੀ ਬੱਚੇ, ਜਿਹੜਾ ਮੇਰੇ ਲਈ ਇੰਟਰਟੇਨਮੈਂਟ ਦਾ ਮਤਲਬ ਹੈ, ਮੈਂ ਜੇ ਅਰਦਾਸ ਫਿਲਮ ਵੀ ਲਿਖ ਰਿਹਾ, ਜੇ ਆਸੀਸ ਵੀ ਲਿਖ ਰਿਹਾ, ਤੇ ਮੈਂ ਡਾਇਰੈਕਟ ਕਰ ਰਿਹਾ, ਫਿਲਮ ਬਣਾ ਰਿਹਾ, ਫਿਲਮ ਪਰਦੇ ਤੇ ਛਾਪ ਰਿਹਾ, ਮੈਂ ਕੈਮਰੇ ਉੱਤੇ ਛਾਪ ਰਿਹਾ, ਤਾਂ ਮੇਰਾ ਇਹ ਹੁੰਦਾ, ਉਹਨੂੰ ਮੈਂ ਆਪਣੀ ਚਲਾਕੀ ਵੀ ਕਹਿੰਦਾ, ਜਿਹਨੂੰ ਵੀ ਇੰਟਰਟੇਨ ਕਰਨ ਲਈ ਦਰਸ਼ਕ ਨੂੰ, ਕਿ ਮੇਰਾ ਦਰਸ਼ਕ ਜੇ ਪੌਪਕੌਰਨ ਦਾ ਲਫਾਫਾ ਲੈ ਕੇ ਬੈਠਾ, ਖਾਵੇ ਨਾ, ਮੂੰਹ 'ਚ ਨਾ ਪਾ, ਮੈਂ ਉਹਨੂੰ ਇਸ ਤਰੀਕੇ ਨਾਲ ਇੰਟਰਟੇਨ ਕਰਾਂ। ਜੇ ਮੈਂ ਬੀਬੀ ਦੇ ਨਾਲ ਰੋ ਵੀ ਰਿਹਾ, ਜੇ ਗੁਰਪ੍ਰੀਤ ਘੁੱਗੀ ਨੂੰ ਅਸੀਂ ਜਾਂਦਾ ਦੇਖ ਵੀ ਰਹੇ ਹਾਂ, ਜੇ ਅਸੀਂ ਉਹ ਸਿਹਰਾ ਦੁਬਾਰੇ ਵੀ ਸੁਣ ਰਹੇ ਹਾਂ, ਜਾਂ ਅਸੀਂ ਲੈਕਚਰ ਵੀ ਸੁਣ ਰਹੇ ਹਾਂ, ਲੱਗਦਾ ਕਿ ਲੈਕਚਰ ਕਰ ਰਿਹਾ, ਤਾਂ ਵੀ ਮੇਰੇ ਨਾਲ ਦਾ ਦਰਸ਼ਕ, ਚਾਹੇ ਉਹਨੂੰ ਫਿਲਮ ਪਸੰਦ ਨਹੀਂ, ਮੇਰੇ ਦਰਸ਼ਕ ਨੂੰ ਉਹ ਇਹ ਨਾ ਕਹਿ ਸਕੇ ਮੈਂ ਕਰਨ ਵੀ ਨਹੀਂ ਦਿੰਦਾ। ਸੋ ਜਿੰਨੀਆਂ ਫਿਲਮਾਂ ਨੇ, ਇਹ ਮੇਰੇ ਲਈ ਹੁੰਦਾ ਕਿ ਮੈਂ ਇੱਥੇ ਤੱਕ ਮੈਂ ਰੱਖਾਂ, ਕਿ ਬੰਨ ਕੇ ਰੱਖਾਂ ਉਹਨੂੰ, ਚਾਹੇ ਕਿਸੇ ਤਰੀਕੇ ਨਾਲ, ਇਹ ਮੇਰਾ, ਮੈਂ ਆਪਣੇ ਤੌਰ 'ਤੇ ਇੰਟਰਟੇਨਮੈਂਟ ਦਾ ਮੈਂ ਇਹ ਲੱਗਦਾ। ਇਸ ਲਈ ਮੇਰੀ ਈ ਹੈ ਜਿਹੜੀ ਮੇਰੇ ਲਈ ਬਹੁਤ ਇੰਪੋਰਟੈਂਟ ਹੈ, ਅਤੇ ਅਗਲੀ ਈ ਨੂੰ ਮੈਂ ਬਾਅਦ 'ਚ ਰੱਖਦਾ ਐਜੂਕੇਟ ਕਰਨ ਲਈ, ਪਹਿਲਾਂ ਮੈਂ ਇੰਟਰਟੇਨਮੈਂਟ ਨੂੰ ਰੱਖਦਾ। ਜਸ ਐਕਚੁਅਲੀ ਇੰਟਰਟੇਨਮੈਂਟ ਵਰਡ ਹੀ ਬਹੁਤ ਵੱਡਾ, ਇਹ ਖਿਆਲ ਹੀ ਥੋੜ੍ਹੇ ਸਵਾਲ ਤੋਂ ਆਇਆ ਮੈਨੂੰ। ਇੰਟਰਟੇਨਮੈਂਟ ਆਪਦੇ ਆਪ ਸ਼ਬਦ ਹੀ ਬਹੁਤ ਵੱਡਾ, ਮਤਲਬ ਮੈਨੂੰ ਲੱਗਦਾ ਕਈ ਧਰਮਾਂ ਦੇ, ਰੱਬ ਦੀ ਅਤੇ ਇਨਸਾਨੀਅਤ ਦੀ, ਸਾਰੇ ਕਿਸੇ ਦੀ ਗੱਲ ਕਰਕੇ ਆਪਾਂ ਨੂੰ ਇੰਟਰਟੇਨਮੈਂਟ 'ਤੇ ਆਉਣਾ ਪੈਣਾ। ਪਰ ਮੈਂ ਸ਼ੋਰਟ 'ਚ ਗੱਲ ਐਂ ਮੁਕਾਉਣਾ, ਸ਼ਾਇਦ ਆਪਾਂ ਬੋਰ ਉਦੋਂ ਹੁੰਦੇ ਹਾਂ ਜਦ ਆਪਾਂ ਆਪਦੇ ਅੰਦਰ ਦੀ ਤਨਹਾਈ ਅਤੇ ਖਲਾ ਦੇ ਨਾਲ ਹੁੰਦੇ ਹਾਂ। ਇੰਟਰਟੇਨਮੈਂਟ ਦਾ ਮਤਲਬ ਆਪਦੇ ਅੰਦਰ ਦੀ ਤਨਹਾਈ ਅਤੇ ਖਲਾ ਨੂੰ ਭੁੱਲ ਜਾਣਾ। ਮੇਰੇ ਲਈ ਇੰਟਰਟੇਨਮੈਂਟ ਦਾ ਮਤਲਬ ਆ ਕਿ ਜੋ ਮੈਂ ਜੋ ਵੀ ਮੇਰਾ ਕੰਮ ਆ, ਜਿਹੜੀ ਮੇਰੀ ਫਿਲਮ ਆ, ਜਦੋਂ ਉਹਨੂੰ ਕੋਈ ਦੇਖਦਾ, ਤਾਂ ਐਂਟਰਟੇਨਮੈਂਟ ਦਾ ਮਤਲਬ ਆ ਵੀ ਮੇਰੀਆਂ ਗੱਲਾਂ, ਮੇਰੇ ਖਿਆਲਾਤ, ਮੇਰੀ ਜੋ ਬਣਾਈ ਹੋਈ ਉਹ ਦੁਨੀਆ ਖਿਆਲਾਂ ਦੀ, ਉਹ ਉਸ ਬੰਦੇ ਦੇ ਇੰਨੀ ਕੁ ਅੰਦਰ ਚਲੀ ਜਾਵੇ, ਉਹਦੀ ਤਨਹਾਈ ਨੂੰ ਅਤੇ ਉਹਦੀ ਖਲਾ ਨੂੰ ਖਤਮ ਕਰ ਦੇਵੇ, ਨਾ ਕਿ ਉਹ 3 ਘੰਟੇ ਲਈ, ਉਹਦੀ ਅਗਲੇ ਕਈ ਸਾਲਾਂ ਲਈ ਵੀ। ਸੋ ਇਹੀ ਹੈ ਐਂਟਰਟੇਨਮੈਂਟ ਦਾ ਮਤਲਬ। ਮੇਰੀ ਨਜ਼ਰ ਦੇ ਵਿੱਚ ਬੇਟਾ ਐਂਟਰਟੇਨਮੈਂਟ ਹੈ ਐਜੂਟੇਨਮੈਂਟ, ਐਜੂਕੇਸ਼ਨ ਥਰੂ ਐਂਟਰਟੇਨਮੈਂਟ ਹੋਵੇ। ਅਸੀਂ, ਸਾਡੀ ਪਰੰਪਰਾ ਹੈ ਇਹ, ਜਿਵੇਂ ਵਰਕਸ਼ਾਪ ਲਈ ਨਵਾਂ ਸ਼ਬਦ ਹੈ ਡਾਇਸ਼ੋਪ, ਡਾਇਲੋਗ ਦੇ ਰਾਹੀਂ ਤੁਸੀਂ ਵਰਕਸ਼ਾਪ ਕਰੋ। ਸਾਡੀ ਪਰੰਪਰਾ ਦੇ ਵੀ ਡਾਇਲੋਗ ਹੈ। ਖੁਸ਼ਕਿਸਮਤੀ ਨਾਲ ਅਸੀਂ ਪ੍ਰਥਮ ਪਾਤਸ਼ਾਹ ਦਾ 550ਵਾਂ ਪੁਰਬ ਮਨਾ ਰਹੇ ਹਾਂ, ਤਾਂ ਬਾਬਾ ਜੀ ਨੇ 24 ਸਾਲਾਂ 36,000 ਕਿਲੋਮੀਟਰ ਚੱਲ ਕੇ ਲੋਕਾਂ ਕੋਲ ਜਾ ਕੇ ਡਾਇਲੋਗ ਰਾਹੀਂ ਗਿਆਨ ਵੰਡਿਆ। ਅਸੀਂ ਪਤਾ ਨਹੀਂ ਕਿਉਂ ਸਮਝ ਲਿਆ ਕਿ ਗਿਆਨ ਦਾ ਮਤਲਬ ਹੁੰਦਾ ਖੁਸ਼ਕੀ, ਗਿਆਨ ਦਾ ਮਤਲਬ ਹੈ ਕਿ ਬੰਦਾ ਬੈਠਾ ਹੋਵੇ ਵੀ ਪਤਾ ਨਹੀਂ ਮੈਂ ਤੈਨੂੰ ਕੀ ਦੇ ਰਿਹਾ।
ਇਸ ਕਿਸਮ ਦੇ ਜਿਹੜੇ ਕੌਨਸੈਪਟ ਨੇ, ਜਿਵੇਂ ਸਾਡੇ ਹੈਲਦੀ ਫੂਡ ਦਾ ਮਤਲਬ ਹੈ ਬੱਕ ਬੱਕਾ ਖਾਣਾ, ਇੱਕ ਤਾਂ ਮਰੀਜ਼ ਵਿਚਾਰਾ ਬਿਮਾਰੀ ਤੋਂ ਉੱਠਿਆ ਉਹਨੂੰ ਖਿਚੜੀ ਖਾਣ ਨੂੰ ਦੇ ਦਿੰਦੇ ਆ, ਇਹ ਕਿਤੇ ਨਹੀਂ ਲਿਖਿਆ ਕਿ ਹੈਲਦੀ ਖਾਣਾ ਸਵਾਦ ਨਹੀਂ ਹੋ ਸਕਦਾ। ਮੈਂ ਇੱਕ ਡਾਇਲੋਗ ਵਰਤਦਾ ਵੀ ਰੱਬਾ ਜੋ ਮਰਜ਼ੀ ਕਰੀ ਬੱਕ ਬੱਕਾ ਜੀਣਾ ਅਤੇ ਬੱਕ ਬੱਕਾ ਖਾਣਾ ਨਾ ਖਾਣਾ ਪਵੇ। ਸੋ ਤੁਸੀਂ ਗਿਆਨ ਨੂੰ ਇੰਨਾ ਦੂਰ ਕਰਤਾ ਸਾਡੀ ਪਰੰਪਰਾ 'ਚ ਕੁਛ ਇੱਕ ਬੰਦਿਆਂ ਨੇ ਕਿ ਆਮ ਬੰਦਿਆਂ ਲਈ ਹੈ ਹੀ ਨਹੀਂ। ਸੋ ਤੁਸੀਂ ਫਿਲਮ ਰਾਹੀਂ ਵੀ ਗਿਆਨ ਦੇ ਸਕਦੇ ਹੋ, ਜਿਉਂਦੇ ਤਾਂ ਆਪਾਂ ਗਿਆਨ ਨਾਲ ਹੈ ਨਾ, ਆਪਣੇ ਇੰਟਲੈਕਟ ਦੇ ਸਿਰ 'ਤੇ ਜਿਉਂਦੇ ਹਾਂ। ਸਧਾਰਨ ਬੰਦੇ ਨੂੰ ਵੀ ਪਤਾ, ਕੁਦਰਤ ਨੇ ਵੀ ਇੰਜ ਬਣਾ ਕੇ ਭੇਜਿਆ, ਜੀਵ ਦੇ ਵੀ ਤਿੰਨ ਹਿੱਸੇ ਕਰਕੇ ਭੇਜਿਆ, ਮੂੰਹ ਸਿੱਟ ਲਓ ਇੱਥੇ ਜਾ ਕੇ ਪਤਾ ਲਏਗਾ ਵੀ ਇਹ ਕੌੜੀ ਆ, ਸੁਸਾਈਡ ਕਰਨ ਲੱਗੇ ਹੋ, ਇੱਥੋਂ ਚੱਲ ਜਾਏਗੀ ਸੈਂਟਰ ਚੱਲ ਜਾਊਗੀ, ਇੱਥੇ ਜਾ ਕੇ ਇੱਕ ਵਾਰ ਫਿਰ ਮੌਕਾ ਦਊਗੀ ਵੀ ਅੰਦਰ ਲੰਘਾਉਣਾ ਕਿ ਨਹੀਂ। ਅਤੇ ਜੇ ਉਦੋਂ ਵੀ ਬਚ ਗਏ, ਤੁਹਾਨੂੰ ਐਜੂਕੇਸ਼ਨ ਮਿਲ ਗਈ, ਤਾਂ ਤੁਸੀਂ ਥੂ ਕਰ ਦੋਗੇ, ਬਚ ਜਾਓਗੇ, ਅੰਦਰ ਲੰਘ ਗਈ ਤਾਂ ਫਿਰ ਮਰ ਜਾਓਗੇ। ਇਸ ਲਈ ਗਿਆਨ ਜਾਂ ਇੰਟਲੈਕਟ ਸਾਡੇ ਹਰ ਵਿਹਾਰ ਦਾ ਹਿੱਸਾ ਹੈ। ਅਨਪੜ੍ਹ ਬੰਦਾ ਵੀ ਗਿਆਨੀ ਆ, ਸਾਨੂੰ ਹਰ ਚੀਜ਼ ਦਾ ਪਤਾ, ਜੰਮਦੇ ਬੱਚੇ ਨੂੰ ਵੀ ਪਤਾ ਹੁੰਦਾ ਕਿ ਮੈਂ ਕਿੱਥੇ ਹੱਥ ਲਾਉਣਾ ਕਿੱਥੇ ਨਹੀਂ ਲਾਉਣਾ। ਸੋ ਇਸ ਕਰਕੇ ਜਿਹੜੇ ਸਾਡੇ ਸਾਡੀ ਪ੍ਰੋਸੈਸ ਵਿੱਚ ਹੈ ਕਿ ਇੱਕ ਇਨਫੋਰਮੇਸ਼ਨ ਹੈ, ਇੱਕ ਨੌਲੇਜ ਹੈ, ਇੱਕ ਵਿਜ਼ਡਮ ਹੈ, ਇਹ ਸਾਡੇ ਤਿੰਨ ਪੜਾਅ ਨੇ। ਇਨਫੋਰਮੇਸ਼ਨ ਹੈ ਕਿ ਅੱਗ ਹੈ, ਨੌਲੇਜ ਹੈ ਕਿ ਹੱਥ ਲਾਉਂਗੇ ਸਾੜ ਦੂਗੀ, ਵਿਜ਼ਡਮ ਹੈ ਕਿ ਹੱਥ ਵਿੱਚ ਪਾਉਣਾ ਕਿ ਨਹੀਂ ਪਾਉਣਾ। ਇਸ ਲਈ ਫਿਲਮ 'ਚੋਂ ਐਂਟਰਟੇਨਮੈਂਟ ਦਏਗੀ, ਜੇ ਉਹ ਠੀਕ ਡਾਇਰੈਕਟਰ ਹੈ, ਕਿਸੇ ਬਾ ਮਕਸਦੀਅਤ ਨਾਲ ਫਿਲਮ ਬਣਾਈ ਗਈ ਹੈ, ਤਾਂ ਉਹ ਐਂਟਰਟੇਨਮੈਂਟ ਐਜੂਟੇਨਮੈਂਟ ਹੀ ਹੋਏਗੀ। ਮੈਂ ਮਾੜਾ ਜਿਹਾ ਐਡ ਕਰਦਾ ਇਹਦੇ ਵਿੱਚ, ਇੰਟਰਟੇਨਮੈਂਟ ਮਨੋਰੰਜਕ ਕਹਾਣੀ ਉਹ ਹੁੰਦੀ ਹੈ ਜਿਹੜੀ ਕਹਾਣੀ ਪਾਵਰਫੁਲ ਹੋਵੇ, ਅਤੇ ਕਹਾਣੀ ਤਾਕਤਵਰ ਉਹ ਹੁੰਦੀ ਹੈ ਜਿਹੜੀ ਯਥਾਰਥ ਦੇ ਜ਼ਿੰਦਗੀ ਦੇ ਸਭ ਤੋਂ ਵੱਧ ਨੇੜੇ ਹੋਵੇ। ਮੇਘਨਾ ਗੁਲਜ਼ਾਰ ਤੋਂ ਕਿਸੇ ਨੇ ਪੁੱਛਿਆ ਸੀ ਕਿ ਜਦੋਂ ਤੁਸੀਂ ਕਹਾਣੀਆਂ ਫਿਲਮਾਂ ਬਣਾਉਂਦੇ ਹੋ ਤਾਂ ਅਸਲੀ ਜ਼ਿੰਦਗੀ 'ਚੋਂ ਲੈਂਦੇ ਹੋ, ਕਿੰਨੀ ਕੁ ਚੇਂਜ ਕਰਦੇ ਹੋ ਉਹਦੇ ਵਿੱਚ। ਉਹ ਆਖਣ ਲੱਗੀ ਕਿ ਜੇ ਰਿਐਲਿਟੀ ਆਪਦੇ ਆਪ ਦੇ ਵਿੱਚ ਪਾਵਰਫੁਲ ਨਹੀਂ ਤਾਂ ਮੈਂ ਜਿੰਨਾ ਮਰਜ਼ੀ ਉਹਨੂੰ ਚੇਂਜ ਕਰ ਲਾਂ ਉਹ 'ਚ ਕੁਛ ਵੀ ਵਧੀਆ ਨਹੀਂ ਆ ਸਕਦਾ। ਸੋ ਜਿੰਨੀ ਚੀਜ਼ ਜ਼ਿੰਦਗੀ ਦੇ ਨੇੜੇ ਹੋਊਗੀ ਉਹ ਉਨੀ ਤੁਹਾਨੂੰ ਚੰਗੀ ਲੱਗੂਗੀ, ਜਿੰਨੀ ਚੰਗੀ ਲੱਗੂਗੀ ਉਹੀ ਇੰਟਰਟੇਨਮੈਂਟ ਹੈ। ਜਿੰਨਾ ਜ਼ਿੰਦਗੀ ਤੋਂ ਦੂਰ ਹੁੰਦੇ ਜਾਵੋਗੇ, ਜਿੰਨਾ ਮਰਜ਼ੀ ਕੁਛ ਕਰ ਲਓ, ਉਹ ਚੀਜ਼ ਤੁਹਾਨੂੰ ਖਿੱਚ ਨਹੀਂ ਸਕੂਗੀ। ਸੋ ਇੰਟਰਟੇਨਮੈਂਟ ਦੇ ਲਈ ਲੇਖਕ ਹਮੇਸ਼ਾ ਜ਼ਿੰਦਗੀ ਦੇ ਨੇੜੇ ਰਹਿਣ ਦੀ ਕੋਸ਼ਿਸ਼ ਕਰਦਾ, ਅਤੇ ਜ਼ਿੰਦਗੀ ਦੇ ਜਿਹੜੇ ਸਵਾਲ ਨੇ, ਸਰੋਕਾਰ ਨੇ ਸਾਡੇ ਸਾਰਿਆਂ ਦੇ, ਜਿਹੜੇ ਧੁਰਕਦੀਮੀ ਨੇ, ਉਹਨਾਂ ਨਾਲ ਵੀ ਜੋੜਨ ਦੀ ਕੋਸ਼ਿਸ਼ ਕਰਦਾ। ਜੇ ਦਾਣਾ ਪਾਣੀ ਜਦੋਂ ਦਾ ਬੈਠਾ, ਦੋ ਫਿਲਮ ਇਹਨਾਂ ਨੇ ਫਿਲਮਾਂ ਤਾਂ ਕਈ ਬਣਾਈਆਂ ਹੋਣਗੀਆਂ ਦੋਵਾਂ ਨੇ, ਪਰ ਅਸੀਸ ਅਤੇ ਦਾਣਾ ਪਾਣੀ ਮੇਰੇ ਨਿਕਲੇ ਨਹੀਂ ਰਹੀਆਂ ਹੈਗੀਆਂ। ਦਾਣਾ ਪਾਣੀ ਚਾਹੇ ਮੈਨੂੰ 20 ਵਾਰ ਦਿਖਾ ਲਓ, ਇਸ ਤਰ੍ਹਾਂ, ਕਿਉਂਕਿ ਉਹ ਰਿਐਲਿਟੀ ਦੇ ਨੇੜੇ ਆ ਅਤੇ ਉਹਦੇ ਵਿੱਚ ਕੁਛ ਗਹਿਰੀਆਂ ਗੱਲਾਂ ਕਹੀਆਂ ਗਈਆਂ ਨੇ। ਬਾਕੀ ਇੱਕ ਗੱਲ ਸੰਖੇਪ 'ਚ ਹੋਰ ਕਿ ਟੇਸਟ ਵੀ ਚੇਂਜ ਹੁੰਦੇ ਰਹਿੰਦੇ ਨੇ, ਕਿ ਅਸੀਂ ਕਿਸ ਤਰ੍ਹਾਂ ਦੀ ਫਿਲਮ ਦੇਖਣੀ ਪਸੰਦ ਕਰਦੇ ਹਾਂ, ਅਤੇ ਲੇਖਕ ਸਾਨੂੰ ਹੌਲੀ ਹੌਲੀ ਚੰਗੇ ਫਿਲਮਕਾਰ ਚੰਗੀਆਂ ਫਿਲਮਾਂ ਦੇਖਣ ਦੀ ਵੀ ਆਦਤ ਪਾ ਦਿੰਦੇ ਆ। ਜੇ ਲਗਾਤਾਰ ਬਹੁਤ ਸਾਰੀਆਂ ਮਾੜੀਆਂ ਫਿਲਮਾਂ ਬਣਦੀਆਂ ਰਹਿਣ ਤਾਂ ਦਰਸ਼ਕ ਦੀ ਆਸ ਵੀ ਉੱਥੇ ਤੱਕ ਆ ਕੇ ਰੁਕ ਜਾਂਦੀ ਆ। ਸੋ ਜਦੋਂ ਇਹ ਫਿਲਮਕਾਰ ਲੇਖਕ ਨਵੇਂ ਪੈਦਾ ਹੋ ਰਹੇ ਨੇ, ਸਾਡਾ ਟੇਸਟ ਵੀ, ਜਿਹੜਾ ਫਿਲਮ ਨੂੰ ਦੇਖਣ ਦਾ ਸਵਾਦ ਆ, ਉਹ ਵੀ ਉੱਪਰ ਉੱਠ ਰਿਹਾ। ਜੇ ਅਸੀਂ ਗੱਲ ਕਰ ਰਹੇ ਹਾਂ ਉਹ ਵੀ ਇਸੇ ਕਰਕੇ ਆ ਕਿ ਅਸੀਂ ਚੰਗੀਆਂ ਫਿਲਮਾਂ ਬਣ ਰਹੀਆਂ, ਅਤੇ ਇਹ ਗੱਲਬਾਤ ਵੀ ਸਾਡੇ ਫਿਲਮ ਦੇ ਦੇਖਣ ਦੇ ਟੇਸਟ ਨੂੰ, ਸਵਾਦ ਨੂੰ ਬਦਲ ਰਹੀ ਹੈ। ਚੌਥੀ ਕੂਟ ਦੀ ਗੱਲ ਜਦੋਂ 10 ਵਾਰ ਇੱਥੇ ਹੋਊਗੀ ਤਾਂ ਜ਼ਰੂਰ ਅਸੀਂ ਦੇਖਣ ਜਾਵਾਂਗੇ। ਅਸੀਸ ਦੀ ਗੱਲ ਹੋਊਗੀ, ਦਾਣਾ ਪਾਣੀ ਦੀ ਗੱਲ ਹੋਊਗੀ, ਜਾਂ ਇਸ ਤਰ੍ਹਾਂ ਦੀਆਂ ਹੋਰ ਫਿਲਮਾਂ ਦੀ ਗੱਲ ਹੋਊਗੀ ਤਾਂ ਅਸੀਂ ਫਿਲਮਾਂ ਦੇਖ। ਸੋ ਇਹ ਇੱਕ ਕਲਚਰਲ ਐਕਟੀਵਿਟੀ ਆ ਜਿਹੜੀ ਸਾਡੇ ਸਵਾਦ ਨੂੰ ਬਦਲਦੀ ਆ। ਹਾਂਜੀ, ਹੋਰ ਸਵਾਲ? ਨਹੀਂ, ਬਹੁਤ ਸਹੀ ਡਾਕਟਰ ਸਾਹਿਬ ਨੇ, ਮੈਂ ਸਮਝ ਗਿਆ ਕਿ ਅਸੀਂ ਇਕੱਠੇ ਪੜ੍ਹਦੇ ਹਾਂ, ਜੇ ਸਾਡੀ ਬਣਦੀ ਹੈ ਕਿਸੇ ਗੱਲ ਤੋਂ ਬਣਦੀ ਹੈ। ਜਿਹੜੀ ਗੱਲ ਇਹਨਾਂ ਨੇ ਕਹੀ ਹੈ ਉਦਾਹਰਨਾਂ ਦੇ ਕੇ, ਮੈਂ ਜਿਹੜੀ ਆਪਣੀ ਸਕਰੀਨ ਦਾ ਪਹਿਲਾਂ ਕਿਹਾ ਸੀ, ਮੈਂ ਐਸ ਦਾ ਸੋਸ਼ਲੀ ਕਿਹਾ ਸੀ, ਉਹ ਮੈਨੂੰ ਲੱਗਦਾ ਕਿ ਅਸੀਂ ਠੀਕ ਆ, ਠੀਕ ਜਾ ਰਹੇ ਹਾਂ। ਹੈਲੋ, ਮੇਰਾ ਸਵਾਲ ਰਾਣਾ ਭਾਅ ਜੀ ਨੂੰ ਹੈ। ਭਾਅ ਜੀ, ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਮੈਂ ਵੀ ਥੀਏਟਰ ਐਂਡ ਟੈਲੀਵਿਜ਼ਨ ਡਿਪਾਰਟਮੈਂਟ ਦਾ ਸਟੂਡੈਂਟ ਹਾਂ। ਜਿਸ ਤਰ੍ਹਾਂ, ਵੈਸੇ ਤਾਂ ਕਾਫੀ ਸਾਰੀਆਂ ਗੱਲਾਂ ਡਿਸਕਸ ਹੋ ਚੁੱਕੀਆਂ ਨੇ,
ਸਕਰੀਨ ਪਲੇ ਸਟੋਰੀ ਆਈਡੀਆ ਤੇ ਜਿੱਦਾਂ ਵਰਮਾ ਸਰ ਨੇ ਕਿਹਾ ਕਿ ਜਿਹੜੀ ਲਾਸਟ ਟਾਈਮ ਜਿਹੜੀ ਫਿਲਮ ਨੂੰ ਨੈਸ਼ਨਲ ਅਵਾਰਡ ਮਿਲਿਆ ਅੰਨੇ ਘੋੜੇ ਦਾ ਦਾਨ ਉਹ ਫਿਲਮ ਸੀ ਜਿਹੜੀ ਕਿ ਪੰਜਾਬੀ ਫਿਲਮਾਂ ਨੂੰ ਬਾਲੀਵੁੱਡ ਦੇ ਲੈਵਲ ਤੱਕ ਲਿਜਾਣ ਵਾਲੀ ਸੀ ਬਸ ਥੋੜੇ ਸ਼ਬਦਾਂ ਵਿੱਚ ਇਹ ਦੱਸ ਦਿਓ ਕਿ ਹੁਣ ਸਕਰੀਨ ਪਲੇ ਸਟੋਰੀ ਤੇ ਆਈਡੀਆ ਤੋਂ ਬਿਨਾਂ ਹੋਰ ਕਿਹੜੇ ਪੱਖ ਨੇ ਸ਼ੈਲੀ ਪੱਖ ਤੋਂ ਜਿੱਥੇ ਅਸੀਂ ਉਹਨਾਂ ਤੋਂ ਪਿੱਛੇ ਹਾਂ ਜਾਂ ਜਿੱਥੇ ਪੰਜਾਬੀ ਸਿਨੇਮਾ ਨੂੰ ਕੰਮ ਕਰਨ ਦੀ ਲੋੜ ਹੈ ਕੀ ਘਾਟ ਹੈ ਕਿ ਅਸੀਂ ਉਹਨਾਂ ਦੇ ਬਿਲਕੁਲ ਬਰਾਬਰ ਨਹੀਂ ਹੈਗੇ ਹਜੇ ਪਿੱਛੇ ਹਾਂ ਸੱਚੀ ਗੱਲ ਮੈਂ ਇੱਕ ਅਨਾਊਂਸਮੈਂਟ ਨਹੀਂ ਕਰੂੰਗਾ ਹਲੇ ਮੈਂ ਤੁਸੀਂ ਜਿੰਨੇ ਬੰਦੇ ਖੜੇ ਹੋ ਉਹਦੇ ਵਿੱਚੋਂ 99.9% ਬੰਦੇ ਉਸ ਬਾਲੀਵੁੱਡ ਦੇ ਬੰਦੇ ਦੇ ਫੈਨ ਹੋਣਗੇ ਜਿਨ੍ਹਾਂ ਨਾਲ ਮੈਂ ਪਿੱਛੇ 21 ਦਿਨ ਲਗਾਤਾਰ ਬਿਤਾ ਕੇ ਆਇਆ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਪਰਫੈਕਸ਼ਨਿਸਟ ਕਹਿੰਦੇ ਹੋ ਠੀਕ ਹੈ ਨਾ ਤੁਸੀਂ ਕਹਿੰਦੇ ਹੋ ਇਹ ਕਮਾਲ ਦਾ ਬੰਦਾ ਜਦੋਂ ਫਿਲਮ ਬਣਾਉਂਦਾ ਤਾਂ ਕਮਾਲ ਹੀ ਕਰਦਾ ਚਾਹੇ 3 ਸਾਲ ਬਾਅਦ ਫਿਲਮ ਬਣਾਵੇ ਮੈਨੂੰ ਉਹਨਾਂ ਨਾਲ 21 ਦਿਨ ਰਹਿਣ ਦਾ ਮੌਕਾ ਮਿਲਿਆ ਆਮਿਰ ਖਾਨ ਹੋਰਾਂ ਨਾਲ ਉਹ ਪਤਾ ਕੀ ਕਹਿੰਦੇ ਨੇ ਹਮ ਜਰ ਪੰਜਾਬ ਜੈਸੀ ਫਿਲਮ ਕਿਉਂ ਨਹੀਂ ਬਣਾ ਸਕਦੇ ਇਹ ਮੈਂ ਝੂਠ ਨਹੀਂ ਬੋਲ ਰਿਹਾ ਮੇਰੇ ਥੀਏਟਰ ਵਾਲੇ ਰੰਗ ਕਰਮੀ ਵੀਰੋ ਆਪਣੇ ਆਪ ਨੂੰ ਅੰਡਰਮੈਸਟੀਮੇਟ ਕਰਨਾ ਛੋੜੋ ਅਸੀਂ ਕਿਸੇ ਗੱਲੋਂ ਘੱਟ ਨਹੀਂ ਸਾਡੇ ਤੋਂ ਗੱਲਾਂ ਸਿੱਖਦੇ ਨੇ ਸਾਡੀਆਂ ਫਿਲਮਾਂ ਦੀ ਰਿਲੀਜ਼ਿੰਗ ਡੇਟ ਪੁੱਛਦੇ ਆ ਕਿ ਪੰਜਾਬੀ ਫਿਲਮ ਕੋਈ ਵੱਡੀ ਰਿਲੀਜ਼ ਤਾਂ ਨਹੀਂ ਹੋ ਰਹੀ ਸਾਡੀ ਫਿਲਮ ਨੂੰ ਖਤਰਾ ਤਾਂ ਨਹੀਂ ਹੈ ਅਸੀਂ ਉਹਨਾਂ ਨਾਲ ਬਹੁਤ ਬਿਹਤਰ ਸਬਜੈਕਟ ਕਹਿ ਚੁੱਕੇ ਹਾਂ ਅਸੀਂ ਟੈਕਨੀਕਲੀ ਉਹੋ ਜੀ ਜਿਹੜੇ ਬੰਦੇ ਹਿੰਦੀ ਫਿਲਮ ਨੂੰ ਫਿਲਮਾਉਂਦੇ ਨੇ ਉਹੀ ਸਾਡੀ ਫਿਲਮ ਬਣਾਉਂਦੇ ਨੇ ਜਿਹੜੇ ਉਹਨਾਂ ਦਾ ਮਿਊਜ਼ਿਕ ਕਰਦੇ ਆ ਉਹੀ ਸਾਡਾ ਬੈਕਗ੍ਰਾਊਂਡ ਸਕੋਰ ਕਰਦੇ ਆ ਜਿਹੜੇ ਉਹਨਾਂ ਦੀ ਡਿਜੀਟਲ DI ਕਰਦੇ ਆ ਫਿਲਮਾਂ ਦੀ ਉਹੀ ਸਾਡੀ DI ਕਰਦੇ ਆ ਜਿਹੜੀ ਫਿਲਮ ਦੇ ਵਿੱਚ ਅਜੇ ਦੇਵਗਨ ਦੀ ਫਿਲਮ ਐਡਿਟ ਹੋ ਰਹੀ ਆ ਉਸੇ ਦੇ ਵਿੱਚ ਮੇਰੀ ਹੋ ਰਹੀ ਹੈ ਫਿਲਮ ਐਡਿਟ ਹੋ ਰਹੀ ਹੈ ਅਸੀਂ ਬਰਾਬਰ ਕਰ ਰਹੇ ਹਾਂ ਪਰ ਉਹਨਾਂ ਦੀ ਫਿਲਮ ਦਾ ਗਾਣੇ ਦਾ ਬਜਟ 10 ਕਰੋੜ ਹੈ ਸਾਡੀ ਫਿਲਮ ਦਾ ਕਿਸੇ ਦਾ ਬਜਟ 10 ਕਰੋੜ ਹੈ ਉਹਨਾਂ ਦਾ ਗਾਣੇ ਦਾ ਬਜਟ 10 ਕਰੋੜ ਹੈ ਉਹਨਾਂ ਕੋਲੇ ਬਹੁਤ ਜ਼ਿਆਦਾ ਸਕਰੀਨਾਂ ਨੇ ਰਿਲੀਜ਼ ਕਰਨ ਲਈ ਲੋਕ ਦੇਖਦੇ ਆ ਪੈਸਾ ਵਾਪਸ ਆਉਂਦਾ ਉਹਨਾਂ ਦੀਆਂ ਵੀ ਸਾਰੀਆਂ ਫਿਲਮਾਂ ਹਿੱਟ ਨਹੀਂ ਹੁੰਦੀਆਂ ਸਾਡੀਆਂ ਵੀ ਸਾਰੀਆਂ ਫਿਲਮਾਂ ਹਿੱਟ ਨਹੀਂ ਹੁੰਦੀਆਂ ਅਸੀਂ 65 ਫਿਲਮਾਂ ਬਣਾਉਂਦੇ ਹਾਂ ਉਹ 500 ਬਣਾਉਂਦੇ ਆ ਸਾਡੀਆਂ 65 ਚੋਂ 5 ਚੱਲਦੀਆਂ ਉਹਨਾਂ ਦੀਆਂ 500 ਦੇ ਵਿੱਚ 10 ਚੱਲਦੀਆਂ ਬਿਹਤਰ ਕੌਣ ਹੈ ਉਹ ਸਬਜੈਕਟ ਉਹਨਾਂ ਦੇ ਵਿੱਚ ਵੀ ਰੇਅਰ ਬੰਦੇ ਚੰਗੀ ਫਿਲਮ ਬਣਾਉਂਦੇ ਆ ਸਾਡੇ ਵਿੱਚ ਵੀ ਰੇਅਰ ਬੰਦੇ ਚੰਗੀ ਫਿਲਮ ਬਣਾਉਂਦੇ ਆ ਗੱਲ ਇਹ ਹੈ ਕਿਸੇ ਨੇ ਸਾਨੂੰ ਮੈਨੂੰ ਕਿਸੇ ਕਿਹਾ ਸੀ ਵੀ ਸਾਡੀ ਕਮੇਡੀ ਪਾਕਿਸਤਾਨ ਦੇ ਲੈਵਲ ਤੇ ਕਦੋਂ ਜਾਊਗੀ ਮੈਂ ਕਿਹਾ ਮੈਂ ਭੈਣ ਦੀ ਗੱਲ ਹੁਣ ਕੱਢਦਾ ਨਾ ਬਰਾਬਰ ਚਲੀ ਜਾਊ ਉਹਨਾਂ ਦੀਆਂ ਕੁੜੀਆਂ ਬਰਾਬਰ ਬਹਿ ਕੇ ਪਾਕਿਸਤਾਨੀ ਕਮੇਡੀ ਦੇਖ ਹੀ ਨਹੀਂ ਸਕਦੀਆਂ ਬਰਾਬਰ ਬਹਿ ਕੇ ਉਹਨਾਂ ਦੀਆਂ ਲੇਡੀਜ਼ ਪਾਕਿਸਤਾਨੀ ਕਮੇਡੀ ਡਰਾਮੇ ਦੇਖ ਨਹੀਂ ਸਕਦੀਆਂ ਦਰਅਸਲ ਬਜਟ ਦੀ ਗੱਲ ਆ ਮੇਕਿੰਗ ਪੱਖੋਂ ਸਾਡੇ ਬੱਚੇ ਇੱਥੇ ਟ੍ਰੇਨਡ ਹੋ ਰਹੇ ਨੇ ਹੁਣ ਬੱਚੇ ਸਾਨੂੰ ਸਕਰੀਨ ਪਲੇ ਪੜ੍ਹ ਰਹੇ ਨੇ ਇੱਥੇ ਸਿਨੇਮੈਟੋਗ੍ਰਾਫੀ ਦੀ ਟ੍ਰੇਨਿੰਗ ਲੈ ਰਹੇ ਨੇ ਅਸੀਂ ਐਕਟਿੰਗ ਦੀ ਟ੍ਰੇਨਿੰਗ ਲੈ ਗਏ ਹਾਂ ਤੁਸੀਂ ਐਕਟਿੰਗ ਟ੍ਰੇਨਿੰਗ ਲੈ ਕੇ ਜਾ ਰਹੇ ਹੋ ਚੰਗੇ ਟੈਕਨੀਸ਼ੀਅਨ ਆ ਰਹੇ ਨੇ ਹੁਣ ਅਸੀਂ ਅਨਪੜ੍ਹਾਂ ਦਾ ਸਿਨੇਮਾ ਨਹੀਂ ਰਿਹਾ ਸਾਡਾ ਪਰ ਕਿਉਂਕਿ ਸਾਡੇ ਹਾਲੇ ਉਡਾਨ ਤਾਂ ਬਾਕੀ ਹੈ ਨਾ ਹਾਲੇ ਤਾਂ ਖੰਭ ਜੇ ਐਂ ਕੀਤੇ ਨੇ ਹਾਲੇ ਤਾਂ ਉੱਡ ਜੇ ਰਹੇ ਹਾਂ ਫਿਰ ਉੱਪਰ ਜੇ ਨੂੰ ਜਾਵਾਂਗੇ ਇੱਧਰ ਨੂੰ ਜਾਵਾਂਗੇ ਕਿਤੇ ਉੱਧਰ ਬਹਿ ਜਾਂਗੇ ਫਿਰ ਇੱਕ ਸਮਾਂ ਆਊਗਾ ਸਾਡੇ ਪੰਜਾਬੀ ਸਿਨੇਮੇ ਦਾ ਅਸੀਂ ਐਂ ਕਰਕੇ ਆਏ ਪਰ ਉੱਪਰ ਤੈਰ ਵੀ ਰਹੇ ਹੋਵਾਂਗੇ ਅਸੀਂ ਉੱਪਰ ਫਲਾਈ ਕਰ ਰਹੇ ਹੋਵਾਂਗੇ ਲੋਕ ਦੇਖਣਗੇ ਕਹਿਣਗੇ ਤਾਂ ਖੜਾ ਹੀ ਆ ਉੱਪਰ ਹਜੇ ਪਰ ਉਹ ਫਲਾਈ ਕਰ ਰਿਹਾ ਹੋਊਗਾ ਉਹ ਸਮਾਂ ਹਾਲੇ ਆਊਗਾ ਪਰ ਵੀ ਆਰ ਡੂਇੰਗ ਗੁੱਡ ਸਿਨੇਮਾ ਵੀ ਆਰ ਸੇਇੰਗ ਗੁੱਡ ਸਿਨੇਮਾ ਵੀ ਆਰ ਰਾਈਟਿੰਗ ਗੁੱਡ ਸਿਨੇਮਾ ਬਸ 2 ਮਿੰਟ ਦੀ ਗੱਲ ਕਰਨੀ ਹੈ ਮੇਰੀ ਇਹ ਧਾਰਨਾ ਕਿਉਂਕਿ ਮੇਰਾ ਕਈ ਪੱਖਾਂ ਤੋਂ ਸਿਨੇਮਾ ਨਾਲ ਸੰਬੰਧ ਹੈ ਬਤੌਰ ਕ੍ਰਿਟਿਕ ਵੀ ਹੈ ਬਤੌਰ ਟੀਚਰ ਵੀ ਹੈ ਸਿਨੇਮਾ ਮੇਕਿੰਗ ਤਾਂ ਹੈ ਇਸ ਵੇਲੇ ਬਾਲੀਵੁੱਡ ਤੋਂ ਪੰਜਾਬੀ ਸਿਨੇਮਾ ਕਿਸੇ ਤਰੀਕੇ ਘੱਟ ਨਹੀਂ ਹੈ ਮੈਂ ਟੈਕਨੀਕਲੀ ਵੀ ਕਹਿ ਰਿਹਾ ਘੱਟ ਬਜਟ ਦੇ ਬਾਵਜੂਦ ਜੱਟ ਜੇਮਸ ਬੌਂਡ ਜਦੋਂ ਮੈਂ ਫਿਲਮ ਦੇਖੀ ਸੀ ਬਲਜੀਤ ਦਿਓ ਹੋਰਾਂ ਦੀ ਲਿਖੀ ਹੋਈ
ਤੇ ਉਹ ਫਿਲਮ ਦੇਖ ਕੇ ਮੈਨੂੰ ਲੱਗਿਆ ਵੀ ਇਹ ਕਿਸੇ ਵੀ ਤਰੀਕੇ ਇਹ ਸਬਜੈਕਟ ਤੇ ਹਿੰਦੀ ਫਿਲਮ ਨਾਲੋਂ ਘੱਟ ਨਹੀਂ ਹੈ ਉਹਦੀ ਪ੍ਰੋਡਕਸ਼ਨ। ਇਸੇ ਤਰ੍ਹਾਂ ਸਾਡੀਆਂ ਇੱਕ ਪਾਸੇ ਕਮਰਸ਼ੀਅਲ ਫਿਲਮਾਂ, ਦੂਸਰੇ ਪਾਸੇ ਨਿਰੋਲ ਆਰਟ ਫਿਲਮਾਂ ਗੁਰਵਿੰਦਰ ਸਿੰਘ, ਦੂਸਰੇ ਪਾਸੇ ਸਾਡਾ ਮਿਡਲ ਸਿਨੇਮਾ, ਕਿਸੇ ਪੱਖੋਂ ਘੱਟ ਨਹੀਂ। ਪਰ ਦੋ ਗੱਲਾਂ ਬੜੀਆਂ ਇੰਪੋਰਟੈਂਟ ਨੇ ਕਿ ਸਾਡੀ ਸਿਨੇਮਾ ਦੀ ਜਿਹੜੀ ਕੰਜਮਪਸ਼ਨ ਹੈ ਉਹ ਹੈ ਪੰਜਾਬ ਦੇ 22 ਜ਼ਿਲ੍ਹੇ, ਪਾਕਿਸਤਾਨ 'ਚ ਹਾਲਾਤ ਠੀਕ ਹੋ ਜਾਂ ਚੱਲ ਜੇ ਤਾਂ ਨਹੀਂ ਚੱਲਦੀ, ਜਾਂ ਬਾਹਰ ਇੰਗਲੈਂਡ, ਅਮੈਰੀਕਾ, ਕੈਨੇਡਾ, ਜਿਸ ਕਰਕੇ ਬੜੀ ਦੇਰ ਪ੍ਰਵਾਸੀ ਸਿਨੇਮਾ ਚੱਲਿਆ ਮਨਜੀ ਦਾ। ਸੋ ਸਾਡੀ ਕੰਜਮਪਸ਼ਨ ਥੋੜ੍ਹੇ ਬੰਦਿਆਂ ਕੋਲ ਹੈ, ਉਹਨਾਂ ਦੀ ਕੰਜਮਪਸ਼ਨ 130 ਕਰੋੜ ਕੋਲ ਹੈ। ਇਸ ਕਰਕੇ ਉਹਨੂੰ ਸਕਰੀਨਾਂ ਜ਼ਿਆਦਾ ਮਿਲਣਗੀਆਂ, ਬਜਟ ਜ਼ਿਆਦਾ ਮਿਲੇਗਾ। ਪਰ ਜੇ ਆਪਾਂ ਰੇਸ਼ੋ ਦੇਖ ਲਈਏ, ਮੈਂ ਅਕਸਰ ਫਿਲਮ ਦੇਖਣ ਜਾਂਦਾ ਮਹੀਨੇ 'ਚ 2-3 ਵਾਰੀ, ਅਸੀਂ ਲਾਸਟ ਸ਼ੋਅ ਦੇਖਦੇ ਹਾਂ 10-40 ਵਾਲਾ। ਜਦੋਂ ਵੀ ਫੈਮਿਲੀ ਨਾਲ ਜਾਈਏ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿ ਉਸੇ ਦਿਨ ਪੰਜਾਬੀ ਫਿਲਮ ਰਿਲੀਜ਼ ਹੋਈ, ਉਸੇ ਦਿਨ ਹਿੰਦੀ ਫਿਲਮ ਸ਼ਾਹਰੁਖ ਖਾਨ ਦੀ, ਅਤੇ ਮੈਂ ਸਿਰਫ ਦੇਖਣ ਗਿਆ। ਸ਼ਾਹਰੁਖ ਖਾਨ ਵਾਲੀਆਂ ਸਿਰਫ 2 ਰੋਜ਼ ਭਰੀਆਂ ਹੋਈਆਂ ਸੀ ਅਤੇ ਪੰਜਾਬੀ ਸਿਨੇਮੇ ਦਾ ਪੂਰਾ ਹਾਲ ਭਰਿਆ ਹੋਇਆ ਸੀ। ਇਹ ਮੈਂ ਕੋਈ ਖੁਸ਼ਫਹਿਮੀ ਨਹੀਂ ਦੱਸ ਰਿਹਾ, ਫੈਕਟ ਹੈ। ਸੋ ਅਸੀਂ ਥੋੜ੍ਹੇ ਰਿਸੋਰਸਿਸ ਦੇ ਨਾਲ, ਆਪਣੇ ਚੰਗੇ ਕੰਟੈਂਟ ਨਾਲ, ਜਿਹੜੀ ਆਮਿਰ ਖਾਨ ਦੀ ਗੱਲ ਨੇ ਕੀਤੀ, ਆਮਿਰ ਖਾਨ ਨੂੰ ਕਿਸੇ ਨੇ ਕਿਹਾ ਕਿ ਜੀ ਭਗਤ ਸਿੰਘ ਦੀ ਫਿਲਮ ਬਣਾਉਣੀ ਹੈ, ਤੁਸੀਂ ਰੋਲ ਕਰੋ। ਉਹ ਕਹਿੰਦੇ ਨਹੀਂ, ਪੰਜਾਬ ਦਾ ਕੋਈ ਨੌਜਵਾਨ 23 ਸਾਲ ਦਾ ਮੁੰਡਾ ਲਓ, ਉਸ ਤੋਂ ਰੋਲ ਕਰਵਾਓ। ਸੋ ਸਾਡੇ ਕੋਲ ਆਮਿਰ ਖਾਨ ਕੈਟਾਗਰੀ ਦੇ ਵੀ ਡਾਇਰੈਕਟਰ ਹੈਗੇ, ਹਰ ਕੈਟਾਗਰੀ ਦੇ ਨੇ, ਜਾਂ ਸਾਊਥ ਦੀ ਲਾਰਜਰ ਦੈਨ ਰਿਐਲਿਟੀ, ਉਹ ਹਾਲੇ ਕੋਲ ਸਾਡੇ ਨਹੀਂ ਹੈ, ਉਹ ਸਾਨੂੰ ਉਹਦੀ ਲੋੜ ਵੀ ਨਹੀਂ, ਅਸੀਂ ਵੈਸੇ ਹੀ ਲਾਰਜਰ ਦੈਨ ਰਿਐਲਿਟੀ ਹਾਂ। ਸਾਡਾ ਤਾਂ ਕਹਿੰਦੇ ਉੱਥੇ ਬੰਦਾ ਜੱਟ ਖੁੰਡ 'ਤੇ ਬੈਠਾ ਮਾਨ ਨਹੀਂ ਹੁੰਦਾ। ਸੋ ਸਾਡੀ ਸਾਈਕੀ 'ਚ ਆਖਰੀ ਗੱਲ ਜਿਹੜੀ ਪਾਕਿਸਤਾਨ ਬਾਰੇ, ਪਾਕਿਸਤਾਨ ਦੀ ਕੌਮੇਡੀ, ਪਾਕਿਸਤਾਨ ਦੀ ਜ਼ਬਾਨ ਸਾਡੇ ਨਾਲੋਂ ਕੋਈ ਮਿੱਠੀ ਨਹੀਂ ਹੈ। ਉਹ ਅਜੇ ਫਿਊਡਲ ਸੁਸਾਇਟੀ 'ਚ ਰਹਿ ਰਹੇ ਨੇ, ਉਹ ਜ਼ਬਾਨ ਸਾਡੇ ਤੋਂ ਹਰ ਪੱਖੋਂ 50 ਸਾਲ ਪਿੱਛੇ ਨੇ। ਉਹ ਤਾਂ ਮਿੱਠੀ ਲੱਗਦੀ ਹੈ ਜਿਵੇਂ ਸਾਨੂੰ ਪਿੰਡਾਂ ਦੀ ਜ਼ਬਾਨ ਚੰਗੀ ਲੱਗਦੀ ਹੈ। ਜਦੋਂ ਉੱਥੇ ਟੈਕਨੋਲੋਜੀ ਡਿਵੈਲਪ ਹੋਊਗੀ, ਉਦੋਂ ਉਹ ਇੱਧਰ ਆ ਜਾਣਗੇ। ਤੁਸੀਂ ਦੇਖੋ, ਮੈਂ ਅਕਸਰ ਯੂਟਿਊਬ ਦੇ ਉੱਤੇ ਪਾਕਿਸਤਾਨ ਦਾ ਥੀਏਟਰ, ਪਾਕਿਸਤਾਨੀ ਫਿਲਮਾਂ ਦੇਖਦਾ, ਅਤੇ ਉੱਥੇ ਕੁੜੀਆਂ ਬੈਠੀਆਂ ਹੁੰਦੀਆਂ ਵਿਚਾਰੀਆਂ, ਬੁਰਕੇ ਪਾ ਕੇ ਉਹਨਾਂ ਦੀਆਂ ਅੱਖਾਂ ਹੱਸਦੀਆਂ ਹੁੰਦੀਆਂ। ਉਹ ਵੀ ਬੜੇ ਸੋਵਰ ਪ੍ਰੋਗਰਾਮ, ਮਜ਼ਾਕ ਰਾਤ ਵਰਗੇ, ਹਸਬੇ ਹਾਲ ਵਰਗੇ, ਲੇਕਿਨ ਜਿਹੜੇ ਉਹਦੇ ਕਾਮੇਡੀ ਸੀਰੀਅਲਸ ਨੇ, ਔਰ ਉਹ ਸਾਰੇ ਐਕਟਰ, ਚਾਹੇ ਸੋਹੇਲ ਖਾਨ ਹੈ, ਚਾਹੇ ਦੂਸਰੇ ਨੇ, ਉਹ ਸਾਰੇ ਕਹਿੰਦੇ ਸਾਡਾ ਥੱਲੇ ਚਲਾ ਗਿਆ ਥੀਏਟਰ, ਥੱਲੇ ਚਲਾ ਗਿਆ, ਥੱਲੇ ਚਲਾ ਗਿਆ। ਅਸੀਂ ਉੱਥੋਂ ਬਚੇ ਹੋਏ ਹਾਂ। ਅਸੀਂ ਤਾਂ ਦਿੱਲੀ ਤੋਂ ਸਪਰੂ ਹਾਊਸ ਇੱਥੇ ਨਹੀਂ ਖੰਘਣ ਦਿੱਤਾ, ਸਾਡੇ ਕਦੇ ਲੱਚਰ ਥੀਏਟਰ ਨਹੀਂ ਚੱਲਿਆ। ਹੋਰ ਤਾਂ ਹੋਰ, ਚਰਨਦਾਸ ਸਿੱਧੂ ਦੇ ਥੀਏਟਰ 'ਚ ਕੋਈ ਲੱਚਰ ਤਾਂ ਨਹੀਂ ਸੀ, ਪਰ ਕਿਉਂਕਿ ਉਹ ਸਪਰੂ ਥੀਏਟਰ ਤੋਂ ਡਿਵੈਲਪ ਸੀ, ਉਹ 'ਚ ਇੰਨਾ ਕੰਸ਼ ਸੀ ਸਪਰੂ ਥੀਏਟਰ ਵਾਲਾ, ਅਤੇ ਪੰਜਾਬ ਦੇ ਵਿੱਚ ਸਿੱਧੂ ਨਹੀਂ ਖੇਡਿਆ ਜਾਂਦਾ। ਸੋ ਇਸ ਕਰਕੇ ਵੀ ਆਰ ਇਨ ਵੈਰੀ ਸੇਫ ਜ਼ੋਨ, ਆਪਾਂ ਉਹਨਾਂ ਤੋਂ ਬਹੁਤ ਅੱਗੇ ਹਾਂ, ਉਹ ਸਾਡੇ ਤੋਂ ਗਾਈਡੈਂਸ ਲੈਂਦੇ। ਬਾਕੀ ਸਾਰਾ ਹਿੰਦੀ ਸਿਨੇਮਾ 90% ਪੰਜਾਬੀਆਂ ਦਾ ਹੀ ਬਣਾਇਆ ਹੋਇਆ। ਆਪਣਾ ਸਮਾਂ ਲਗਭਗ ਖਤਮ ਹੈ, 5 ਵਜੇ ਆਪਾਂ ਖਤਮ ਕਰਨਾ ਸੀ, 5 ਮਿੰਟ ਬਾਕੀ ਆ। ਇੱਕ ਸਵਾਲ ਮੈਂ ਜ਼ਰੂਰ ਦੋਹਾਂ ਨੂੰ ਕਰਨਾ, ਕਿਉਂਕਿ ਫੀਲਡ ਦੇ ਵਿੱਚ ਨੇ। ਤੁਸੀਂ ਇਹ ਗੱਲ ਕੀਤੀ ਹੈ ਕਿ ਤੁਸੀਂ ਲਿਖੋ ਭਾਈ, ਜੇ ਤੁਹਾਡੇ 'ਚ ਟੇਲੈਂਟ ਆ, ਜਸ ਗਰੇਵਾਲ ਹੋਰਾਂ ਨੇ ਕਿਹਾ ਕਿ ਤੁਸੀਂ ਜ਼ਰੂਰ ਪਹੁੰਚ ਜਾਓਗੇ। ਮੈਂ ਨਾ ਜਦੋਂ ਇਸ ਤਰ੍ਹਾਂ ਸੋਚਦਾ ਕਿ ਮੰਨ ਲਓ ਕਿ ਕਿਸੇ ਬੱਚੇ ਨੇ ਜਾਂ ਕਿਸੇ ਮੁੰਡੇ ਨੇ ਕੋਈ ਜਾਂ ਕਿਸੇ ਕੁੜੀ ਨੇ ਚੰਗਾ ਸਕਰੀਨ ਪਲੇਅ ਲਿਖਣਾ ਲਿਖ ਲਿਆ, ਉਹ ਪਹੁੰਚ ਕਿੱਥੇ ਕਰੇ, ਕਿਹਨੂੰ ਮਿਲੇ ਜਾ ਕੇ? ਬੰਬੇ ਤਾਂ ਤੁਸੀਂ ਕਰਦੇ ਸੀ, ਜਸ ਗਰੇਵਾਲ ਹੋਰ ਵੀ ਬੰਬੇ ਚਲੇ ਗਏ ਸੀ ਤੁਸੀਂ ਵੀ, ਅਤੇ ਉੱਥੇ ਜਾ ਕੇ ਮਿਲਣਾ ਵੱਖ ਵੱਖ ਲੋਕਾਂ ਨੂੰ, ਪਤਾ ਨਹੀਂ ਲੱਗਦਾ ਹੈਗਾ ਵੀ ਕਰਨਾ ਕੀ ਆ, ਕਿ ਕੋਈ ਇਸ ਤਰ੍ਹਾਂ ਦੀ ਚੀਜ਼ ਸੰਭਵ ਹੋ ਸਕਦੀ ਹੈ ਕਿ ਜਿਹੜੇ ਥੋੜ੍ਹੇ ਜਿਹੇ ਪ੍ਰਬੁੱਧ ਲੇਖਕ ਨੇ ਜਾਂ ਪ੍ਰਬੁੱਧ ਬੰਦੇ ਨੇ ਸਿਨੇਮਾ ਦੇ ਵਿੱਚ, ਕੋਈ ਕੋਈ ਮੰਗ ਲੈਣ, ਚੀਜ਼ਾਂ ਇਕੱਠੀਆਂ ਕਰ ਲੈਣ, ਭਾਈ ਤੁਸੀਂ ਇੱਥੇ ਭੇਜ ਦਿਓ, ਅਸੀਂ ਸ਼ੋਰਟ ਲਿਸਟ ਕਰ ਲਾਂਗੇ, ਜਾਂ ਤੁਸੀਂ ਇਸ ਨੂੰ ਮਿਲੋ, ਕਿਉਂਕਿ ਇੱਕ ਗਰੁੱਪ ਜਿਹਾ ਵੀ ਬਣ ਗਿਆ ਨਾ ਵੀ ਹੁਣ ਜੇ ਗਿੱਪੀ ਗਰੇਵਾਲ ਫਿਲਮ ਬਣਾਊਗਾ ਤਾਂ ਉਹਦੇ ਆਹ ਆਹ ਨਾਲ ਉਹਦੇ ਬੰਦੇ ਨੇ, ਜੇ ਅਮਰਿੰਦਰ ਗਿੱਲ ਹੋਰੀ ਬਣਾਉਣਗੇ ਤਾਂ ਇਹ ਨੇ, ਜੇ ਜਸ ਗਰੇਵਾਲ ਤੈਅ ਆ, ਨਿਸ਼ਚਿਤ ਆ, ਇਹ ਕਿਵੇਂ ਤੋੜਿਆ ਜਾ ਸਕਦਾ? ਮੈਂ ਤੁਹਾਨੂੰ ਦੱਸਦਾ, ਪਹਿਲਾਂ ਤਾਂ ਇਹ ਸਵਾਲ ਕਰਨ ਲਈ ਸ਼ੁਕਰੀਆ, ਉਹਦੇ ਨਾਲ ਮੈਂ ਆਪਣੇ ਦੋ ਗੱਲਾਂ ਵੀ ਕਹਿ ਜੂਗਾ, ਜਿਵੇਂ ਫਿਲਮ 'ਚ ਕਹਿ ਜਾਂਦਾ।
ਇੱਕ ਤਾਂ ਯਾਰ ਇਹ ਕਹਿਣਾ ਹਟ ਜਾਓ ਤੁਹਾਡੇ ਰਾਹੀਂ, ਜੇ ਤੁਸੀਂ ਕਹਿੰਦੇ ਠੀਕ ਹੈ ਤੁਸੀਂ ਵੀ ਸੁਣ ਲਓ, ਜੇ ਨਹੀਂ ਕਹਿੰਦੇ ਤੁਸੀਂ ਅੱਗੇ ਸੁਨੇਹਾ ਦੇ ਦਿਓ। ਆਹ ਇੰਸਟਾਗ੍ਰਾਮ ਫੇਸਬੁੱਕ 'ਤੇ ਮਿੰਨਤਾਂ ਜੀਆਂ ਕਰਨ ਨੂੰ ਹਟ ਜਾਓ। ਮੈਂ ਲੇਖਕ ਹਾਂ ਜੀ, ਮੇਰੀ ਬਾਂਹ ਫੜੋ। ਕਿਉਂ? ਮੈਂ ਕਿਤੇ ਕਸਮ ਖਾਧੀ ਮੈਂ ਆਪਣੀ ਬਾਂਹ ਪਕੜੂੰਗਾ। ਮੇਰੀ ਮੈਂ ਲਿਖਦਾ ਜੀ, ਮੈਂ ਇੰਨੀਆਂ ਫਿਲਮਾਂ ਲਿਖੀਆਂ ਨੇ, ਮੈਂ ਗਰੀਬ ਦਾ ਬੱਚਾ ਹਾਂ, ਮੇਰੇ ਪਿਤਾ ਨਹੀਂ। ਜਿਹੜੀ ਡਾਕਟਰ ਸਾਹਿਬ ਨੇ ਗੱਲ ਕਹੀ ਹੈ, ਤੁਸੀਂ ਉਹ ਸਵਾਲ ਕਰੋ ਕਿ ਮੈਂ ਜਾਵਾਂ ਕਿੱਥੇ। ਜਾਣ ਦਾ ਰਾਹ, ਜੇ ਤੁਸੀਂ ਇੱਥੇ ਸਕਰੀਨ ਪਲੇ ਪੜ੍ਹਦੇ ਹੋ ਜਾਂ ਸਾਡੇ ਡਿਪਾਰਟਮੈਂਟ ਵਾਲੇ ਜੇ ਕਿਤੇ ਸੁਣਦੇ ਹੋਣ, ਸਾਨੂੰ ਤਾਂ ਘੱਟ ਬੁਲਾਇਆ ਜਾਂਦਾ ਡਿਪਾਰਟਮੈਂਟ ਦੇ ਵਿੱਚ, ਜੇ ਕਿਤੇ ਸੁਣਦੇ ਨੇ ਸਾਡੀ ਆਵਾਜ਼ ਜਾਵੇ ਉਹਨਾਂ ਤੱਕ, ਜਦੋਂ ਕਿਤੇ ਫਿਲਮ ਮਿਲਦੀ ਹੈ, ਡਾਕਟਰ ਸਾਹਿਬ ਤੁਸੀਂ ਮੁਖੀ ਹੋ, ਇੱਧਰ ਗੁਰਮੁਖੋਰੀ ਬੈਠੇ ਆ, ਡਾਕਟਰ ਸਾਹਿਬ ਬੈਠੇ ਨੇ, ਤੁਸੀਂ ਬੱਚਿਆਂ ਨੇ ਜਦੋਂ ਐੱਮ ਏ ਦਾ ਇਹਨਾਂ ਦਾ ਫਸਟ ਜਾਂ ਹੋ ਗਿਆ ਸੈਸ਼ਨ ਹੋ ਗਿਆ ਜਾਂ ਪਹਿਲਾਂ ਇਹਨਾਂ ਦਾ ਦੂਜਾ ਸਾਲ ਚੱਲ ਰਿਹਾ, ਤੁਸੀਂ ਪਤਾ ਕਰੋ ਰਾਣੇ ਤੋਂ, ਜਸ ਤੋਂ, ਜਿਹੜੇ ਤੁਹਾਡੇ ਚੰਗੇ ਜਾਣਕਾਰ ਨੇ, ਪਹਿਲਾਂ ਤੁਸੀਂ ਸਟੈਪ ਕਰੋ ਕਿ ਸ਼ੂਟਿੰਗ ਕਿੱਥੇ ਹੋ ਰਹੀ ਹੈ। ਤੁਸੀਂ ਆਪਣੇ ਬੱਚਿਆਂ ਨੂੰ ਭੇਜੋ ਉੱਥੇ 10 ਦਿਨ ਲਈ, 1 ਮਹੀਨੇ ਲਈ, ਉਹ ਨਾਓ ਤੁਸੀਂ ਸਕ੍ਰਿਪਟ ਰਾਈਟਰ ਨਾਲ ਲਾਓ ਉਹਨਾਂ ਨੂੰ, ਤੁਸੀਂ ਡਾਇਰੈਕਸ਼ਨ ਡਿਪਾਰਟਮੈਂਟ ਦੇ ਵਿੱਚ ਲਾਓ ਉਹਨਾਂ ਨੂੰ, ਜੋ ਤੁਹਾਡੇ ਬੱਚੇ ਇੱਦਾਂ ਹੌਲੀ ਹੌਲੀ ਬਾਹਰ ਜਾਣਗੇ ਉਹਨਾਂ ਨੂੰ ਪ੍ਰੋਡਿਊਸਰਸ ਬਾਰੇ, ਲਾਈਨ ਪ੍ਰੋਡਿਊਸਰਸ ਬਾਰੇ, ਪ੍ਰੋਡਕਸ਼ਨ ਹਾਊਸ ਬਾਰੇ ਪਤਾ ਲੱਗੇਗਾ। ਬੰਬੇ ਵਿੱਚ ਜਾ ਕੇ ਜਦੋਂ ਸਾਡੇ ਲੋਕ ਸਟਰਗਲ ਕਰਦੇ ਆ, ਉਹਨਾਂ ਨੂੰ ਹੌਲੀ ਹੌਲੀ 6 ਮਹੀਨਿਆਂ ਬਾਅਦ ਪਤਾ ਲੱਗਦਾ ਸਟਰਗਲ ਕਰਨੀ ਕੀ ਹੈ। ਸਾਡੇ ਸਟਰਗਲ ਦਾ ਮਤਲਬ ਹੈ ਕਿ ਫੇਸਬੁੱਕ ਉੱਤੇ ਮੈਸੇਜ ਕਰਨਾ, ਇੰਸਟਾਗ੍ਰਾਮ ਉੱਤੇ ਮੈਸੇਜ ਕਰਨਾ, ਜਾਂ ਸਿੱਧਾ ਹੀ ਜਾ ਵੱਜਣਾ ਸਕਰੀਨ। ਫਿਲਮ ਦੀ ਸ਼ੂਟਿੰਗ ਹੁੰਦੀ ਹੈ, ਭਾਜੀ ਮੈਂ ਫਿਲਮ ਲਿਖੀ ਹੈ, ਮੇਰੀ ਫਿਲਮ ਸੁਣ ਲਓ। ਮੈਂ ਸ਼ੂਟਿੰਗ ਕਰੂੰਗਾ ਜਾਂ ਤੁਹਾਡੀ ਫਿਲਮ ਸੁਣੂੰਗਾ? ਉਹ ਰਾਈਟ ਪਲੇਸ ਨਹੀਂ ਹੈ। ਰਾਈਟ ਪਲੇਸ ਹੈ ਤੁਸੀਂ ਜੇ ਚੰਗੇ ਡਾਇਰੈਕਸ਼ਨ ਵਿੱਚ ਤੁਹਾਡਾ ਜੇ ਇੰਟਰਸਟ ਹੈ, ਜੇ ਐਕਟਿੰਗ ਵਿੱਚ ਵੀ ਹੈ ਤਾਂ ਵੀ ਡਾਇਰੈਕਸ਼ਨ ਡਿਪਾਰਟਮੈਂਟ ਵਿੱਚ ਜਾਓ, ਜੇ ਤੁਹਾਡਾ ਰਾਈਟਿੰਗ ਵਿੱਚ ਹੈ ਤਾਂ ਵੀ ਡਾਇਰੈਕਸ਼ਨ ਡਿਪਾਰਟਮੈਂਟ ਵਿੱਚ ਜਾਓ, ਉੱਥੇ ਜਾ ਕੇ ਅਸਿਸਟ ਕਰੋ। 5ਵੇਂ, 7ਵੇਂ, 10ਵੇਂ, 11ਵੇਂ ਅਸਿਸਟੈਂਟ ਬਣੋ, ਜਾ ਕੇ ਉਹਨਾਂ ਨੂੰ ਕਹੋ ਕਿ ਅਸੀਂ ਸਿੱਖਣਾ ਕੰਮ। ਫਿਰ ਉਹਨਾਂ ਨੂੰ 4ਵੇਂ, 5ਵੇਂ ਦਿਨ ਪਤਾ ਲੱਗ ਜਾਓ ਤੁਸੀਂ ਰਾਈਟਰ ਹੋ, ਤੁਹਾਨੂੰ 1 ਮਹੀਨੇ ਦੇ ਵਿੱਚ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਕਿ ਮੈਂ ਕਿਹਨੂੰ ਕਹਾਣੀ ਸੁਣਾਉਣੀ ਹੈ, ਮੈਂ ਕਿਹਦੇ ਤੱਕ ਕਹਾਣੀ ਲੈ ਕੇ ਜਾਣੀ ਹੈ। ਕੋਈ ਬੰਦਾ ਇੱਥੇ ਵਿਹਲਾ ਨਹੀਂ, ਇਸ ਤਰ੍ਹਾਂ ਕੋਈ ਤੁਹਾਨੂੰ ਆਫਰ ਨਹੀਂ ਦੇਵੇਗਾ। ਜਦੋਂ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਗਾਈਡ ਕਰਕੇ ਭੇਜੋਗੇ, ਮੇਰੀ ਫਿਲਮ ਸ਼ੁਰੂ ਹੋਣੀ ਹੈ, ਤੁਸੀਂ ਮੇਰੇ ਕੋਲ ਭੇਜ ਦਿਓ 2 ਬੱਚੇ, ਮੈਂ 1 ਮਹੀਨਾ ਸ਼ੂਟਿੰਗ ਕਰਨੀ ਹੈ, ਮੇਰੇ ਕੋਲ 2 ਬੱਚੇ ਭੇਜ ਦਿਓ ਵੀ ਆਹ ਰੈਡੀ ਨੇ, ਮੇਰੇ ਕੋਲ ਜਿੰਨੀ ਥਾਂ ਹੋਊਗੀ ਮੈਂ ਦੇ ਦੂੰਗਾ ਉਹਨਾਂ ਨੂੰ। 1 ਮਹੀਨੇ ਦੇ ਵਿੱਚ ਤੁਹਾਨੂੰ ਉਹ ਨਵੇਂ ਬੱਚੇ ਮਿਲਣਗੇ ਜਦੋਂ ਤੁਹਾਡੇ ਕੋਲ ਵਾਪਸ ਆਉਣਗੇ। ਸੋ ਸਟਰਗਲ ਕਰਨੀ ਸਿੱਖੋ, ਲੋਕਾਂ ਨੂੰ ਮਿਲਣਾ ਸਿੱਖੋ, ਪਹਿਲਾਂ ਦੇਖੋ ਕਿ ਸਿਨੇਮਾ ਬਣਦਾ ਕਿਵੇਂ ਹੈ, ਹੁੰਦਾ ਕਿਵੇਂ ਹੈ, ਇਹਨਾਂ ਦੇ ਆਫਿਸ ਕਿੱਥੇ ਨੇ, ਕਿਹੜੇ ਕਿਹੜੇ ਗਰੁੱਪ ਨੇ, ਕਿਹੜੇ ਕਿਹੜੇ ਪ੍ਰੋਡਿਊਸਰ ਨੇ, ਕਿਹੜੇ ਕਿਹੜੇ ਪ੍ਰੋਡਕਸ਼ਨ ਹਾਊਸ ਨੇ, ਕਿਹੜਾ ਪ੍ਰੋਡਕਸ਼ਨ ਹਾਊਸ ਕਿਹੋ ਜਿਹੀ ਫਿਲਮ ਬਣਾਉਂਦਾ, ਉਹਦੇ ਕੋਲ ਜਾ ਕੇ ਫਿਰ ਮਿਲਣ ਦਾ ਢੰਗ ਆਪਣੇ ਆਪ ਆ ਜਾਏਗਾ ਤੁਹਾਨੂੰ। ਸਰ ਮੈਂ ਵੀ ਇਹ ਵਰਮਾ ਸਾਹਿਬ ਸਰ ਮੈਂ ਵੀ ਇਹ ਗੱਲ ਇਹ ਆਫਰ ਛੱਡਣੀ ਚਾਹੁੰਦਾ, ਇਹ ਰਿਕੁਐਸਟ ਵੀ ਕਰਨੀ ਚਾਹੁੰਦਾ। ਮੈਂ ਜਨਵਰੀ 'ਚ ਇੱਕ ਫਿਲਮ ਐਜ ਡਾਇਰੈਕਟਰ ਕਰ ਰਿਹਾ, ਉਹ ਤੋਂ ਬਾਅਦ ਮਾਰਚ ਜਾਂ ਅਪ੍ਰੈਲ 'ਚ ਫਿਰ ਇੱਕ ਵਿੱਚ ਇੱਕ ਜਿਹੜੀ ਐਜ ਰਾਈਟਰ ਵੀ ਹੈ। ਮੈਨੂੰ ਦੋ ਸਟੂਡੈਂਟ ਜਨਵਰੀ ਦੇ ਵਿੱਚ ਹੈ ਨਾ, ਉਹ ਮੈਨੂੰ ਆ ਕੇ ਅਸਿਸਟ ਕਰਨ, ਉਸ ਤੋਂ ਬਾਅਦ ਫਿਰ ਅੱਗੇ ਅਗਲੀ ਫਿਲਮ 'ਚ ਫਿਰ ਦੂਜੇ 2 ਦਿਓ ਹੈ ਨਾ ਜੀ। ਇੱਕ ਮੈਂ ਰਾਣਾ ਭਾਅ ਜੀ ਨਾਲ ਵੀ ਗੱਲ ਸ਼ੇਅਰ ਕਰਨੀ ਚਾਹੁੰਦਾ। ਭਾਅ ਜੀ ਮੈਂ ਸੋਚਦਾ ਕਿ ਮੈਂ ਜਿਹੜੀ ਮੇਰੀ ਜੱਟ ਜੇਮਸ ਬੌਂਡ ਤੋਂ 2 ਸਾਲ ਪਹਿਲਾਂ ਜਦੋਂ ਮੈਂ ਅਸਿਸਟੈਂਟ ਸੀ, ਉਸ ਤੋਂ ਲੈ ਕੇ ਅੱਜ ਤੱਕ ਜਾਂ ਕਹਿ ਲਓ ਦਾਣਾ ਪਾਣੀ ਤੱਕ, ਮੈਂ ਆਪਣੇ ਉਸ ਸਫ਼ਰ ਦੀ ਡਿਟੇਲ ਇੱਕ ਲਿਖਾਂ, ਕਿਉਂਕਿ ਜਿਵੇਂ ਮੁੰਡਿਆਂ ਨੂੰ ਨਾ ਜਾਂ ਮੁੰਡੇ ਕੁੜੀਆਂ ਉਹਨਾਂ ਨੂੰ ਰਾਈਟਰਸ ਨੂੰ ਜਾਂ ਅਸਿਸਟੈਂਟਸ ਨੂੰ ਸਾਡੇ ਤੋਂ ਡਿਮਾਂਡ ਕਰਨੀ ਨਹੀਂ ਆਉਂਦੀ, ਉਹ ਕਈ ਵਾਰ ਬਹੁਤ ਅਟਪਟੀ ਗੱਲ ਕਰ ਦਿੰਦੇ ਨੇ, ਜਿਵੇਂ ਭਾਜੀ ਨੇ ਕਿਹਾ ਵੀ ਅਸੀਂ ਯਾਰ ਸ਼ੂਟਿੰਗ ਕਰੀਏ ਹੁਣ ਇੱਥੇ ਬਹਿ ਕੇ ਤੇਰੀ ਕਹਾਣੀ ਸੁਣੀਏ। ਮੈਂ ਲਿਖਣਾ ਚਾਹੁੰਦਾ ਕਿ ਜਿਹਦੇ 'ਚ ਜਿਹ 'ਚ ਮੈਂ ਦੱਸਾਂ ਕਿ ਕਿਵੇਂ ਕਿਵੇਂ ਕੰਮ ਹੁੰਦੇ ਨੇ, ਜਦੋਂ ਮੈਂ ਕਿਸੇ ਕੋਲ ਗਿਆ ਸੀ ਤਾਂ ਕਿਵੇਂ ਗਿਆ ਸੀ, ਕੀ ਕਰਨਾ ਮੇਰੀ ਅੱਛਾਈ ਸੀ, ਕੀ ਕਰਨਾ ਮੇਰੀ ਗਲਤੀ ਸੀ। ਮੈਨੂੰ ਹਲੇ ਵੀ ਯਾਦ ਆ ਮੈਂ ਅਸਿਸਟੈਂਟ ਹੁੰਦਾ ਸੀ, ਗਿੱਪੀ ਬਾਈ ਉਦੋਂ ਵੀ ਵੱਡਾ ਸਟਾਰ ਸੀਗਾ, ਉਹਦੇ ਨਾਲ ਤੁਰੇ ਜਾ ਰਹੇ ਹਾਂ ਕਿਉਂਕਿ ਮੈਂ ਗਿੱਪੀ ਬਾਈ ਨੂੰ ਇੱਕ ਸਟੋਰੀ ਸੁਣਾਈ ਸੀ, ਉਹਨੂੰ ਪਸੰਦ ਸੀ, ਉਹ ਸਟੋਰੀ ਸੀਗੀ ਜੱਟ ਜੇਮਸ ਬੌਂਡ। ਤੁਰ ਰਹੇ ਹਾਂ ਤਾਂ 10 ਬੰਦੇ ਹੋਰ ਨਾਲ ਤੁਰ ਰਹੇ ਨੇ, ਤੁਰਦੇ 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 ਤੁਰਦੇ
ਗਿੱਪੀ ਬਾਈ ਵੈਨਿਟੀ ਚਲਾ ਗਿਆ ਅਤੇ ਉਹ ਸਾਰੇ ਵੈਨਿਟੀ ਚਲੇ ਗਏ, ਮੈਂ ਬਾਹਰ ਖੜ ਗਿਆ ਅਤੇ ਮੈਨੂੰ ਮੇਰੇ ਨਾਲ ਜਿਹੜਾ ਦੋਸਤ ਆਇਆ ਸੀ ਕਹਿੰਦਾ ਤੂੰ ਅੰਦਰ ਕਿਉਂ ਨਹੀਂ ਗਿਆ, ਮੈਂ ਕਿਹਾ ਯਾਰ ਇੱਥੇ ਖੜ੍ਹਦੇ ਹਾਂ ਕੋਈ ਨਹੀਂ। ਥੋੜ੍ਹੀ ਦੇਰ ਬਾਅਦ ਵੈਨਿਟੀ ਦਾ ਦਰਵਾਜ਼ਾ ਖੁੱਲ੍ਹਿਆ, ਗਿੱਪੀ ਨੇ ਮੈਨੂੰ ਅੰਦਰ ਆਵਾਜ਼ ਮਾਰ ਲਈ। ਫਿਰ ਉਹ ਮੈਨੂੰ ਦੋਸਤ ਨੇ ਕਿਹਾ, ਕਹਿੰਦਾ ਤੈਨੂੰ ਪਤਾ ਵੀ ਗਿੱਪੀ ਬਾਹਰ ਕਿਉਂ ਆਇਆ ਸੀ, ਉਹਨੂੰ ਪਤਾ ਸੀ ਵੀ ਤੂੰ ਬਿਨਾਂ ਪੁੱਛੇ ਅੰਦਰ ਆਉਣਾ। ਠੀਕ ਹੈ, ਇਹ ਇੱਕ ਕਲਚਰ ਆ ਜਿਹਨੂੰ ਫੋਲੋ ਕਰਨਾ ਪੈਂਦਾ। ਤੁਸੀਂ ਜਿੰਨੇ ਮਰਜ਼ੀ ਟੈਲੈਂਟਡ ਹੋਵੋ, ਤੁਹਾਨੂੰ ਇੱਕ ਤਹਿਜ਼ੀਬ, ਉਹ ਕਲਚਰ, ਉਹ ਲੈ ਕੇ ਆਉਣਾ ਪੈਂਦਾ। ਫਿਲਮ ਇੰਡਸਟਰੀ ਦੇ ਵਿੱਚ ਟੈਲੈਂਟ ਨਾਲੋਂ ਜ਼ਿਆਦਾ ਫਿਲਮ ਇੰਡਸਟਰੀ ਦਾ ਕਲਚਰ ਤੁਹਾਨੂੰ ਸਿੱਖਣਾ ਪੈਣਾ, ਵੱਡਾ ਛੋਟੇ ਨਾਲ ਕਿਵੇਂ ਗੱਲ ਕਰਦਾ। ਹੁਣ ਰਾਣਾ ਭਾਅ ਜੀ ਦਾ ਮੈਂ ਇੱਥੇ ਇਹਨਾਂ ਦਾ ਜੂਨੀਅਰ ਬੈਠਾ, ਇਹਨਾਂ ਨੇ ਜਿੱਥੇ ਨਹੀਂ ਵੀ ਮੇਰੀ ਤਾਰੀਫ ਬਣਦੀ ਸੀ ਉੱਥੇ ਵੀ ਮੇਰੀ ਕੀਤੀ ਹੈ। ਠੀਕ ਹੈ, ਇਹ ਵੀ ਇੱਕ ਤਹਿਜ਼ੀਬ ਆ, ਇਹ ਵੀ ਇੱਕ ਤਰੀਕਾ ਆਪਦੇ ਨਾਲ ਦਿਆਂ ਨੂੰ ਅੱਗੇ ਲੈ ਕੇ ਚੱਲਣ ਦਾ। ਸੋ ਇਹ ਚੀਜ਼ਾਂ ਵੀ ਸਿੱਖਣੀਆਂ ਹੋਣਗੀਆਂ ਸਰ। ਮੈਂ ਅੱਛਾ ਅੰਬਰ ਜੱਗੀ, ਰਾਣਾ ਭਾਅ ਜੀ ਬੈਠੇ ਨੇ, ਮੈਂ ਬੈਠਾ, ਹੋਰ ਵੀ ਜਿਹੜੇ ਬੰਦੇ ਨੇ, ਅਸੀਂ ਸਾਰੇ ਯਾਰ ਦੋਸਤੀ ਹਾਂ, ਮੈਂ ਵੀ ਉਹਨਾਂ ਨੂੰ ਵੀ ਕਹੂੰਗਾ, ਉਹ ਸਾਰੇ ਵੀ ਆਉਣ ਨੂੰ ਤਿਆਰ ਹੋਣਗੇ ਇੱਥੇ। ਇਹ ਉਪਰਾਲਾ ਕਰੋ ਜੀ, ਅਸੀਂ ਨਾਲ ਹਾਂ ਤੁਹਾਡੇ ਜਿੰਨਾ ਵੱਧ ਤੋਂ ਵੱਧ ਹੋ ਸਕੇ। ਬਹੁਤ ਬਹੁਤ ਹੀ ਖੂਬਸੂਰਤ ਨੋਟ, ਤੁਹਾਡੇ ਸਵਾਲ ਨੇ ਗੱਲ ਬਣਾ ਦੀ ਨਾ, ਦੱਸੋ ਦੋ ਜਵਾਬ ਮਿਲ ਗਏ ਤੁਹਾਨੂੰ ਵਧੀਆ। ਹਾਂਜੀ, ਹਾਂ, ਸੁਰਜੀਤ ਨੇ ਜਿਹੜੀ ਗੱਲ ਕੀਤੀ ਹੈ ਉਹ ਮੈਂ ਹੀ ਕਰਨ ਲੱਗਿਆ ਸੀ, ਕੁਦਰਤੀ ਤੁਹਾਡੇ ਵੱਲੋਂ ਆਈ ਗਈ। ਪਹਿਲੀ ਗੱਲ ਤਾਂ ਬੇਟਾ ਕਿ ਮੈਂ ਇਹ ਪੁੱਲ ਹੈ ਸਾਰਿਆਂ ਦੇ ਵਿੱਚ, ਸਾਰੀ ਇੰਡਸਟਰੀ 'ਚ ਬਹੁਤ ਸਾਰੇ ਮੇਰੇ ਸਟੂਡੈਂਟ ਨੇ, ਬੱਚੇ ਨੇ। ਇੱਕ ਗੱਲ ਕਹਿਣੀ ਹੈ ਕਿ ਫਿਲਮ ਲਿਖ ਕੇ, ਸਕਰੀਨ ਪਲੇ ਲਿਖ ਕੇ, ਡਾਇਲੋਗ ਲਿਖ ਕੇ ਨਾ ਆਓ। ਸਿਰਫ ਤੁਹਾਡੇ ਕੋਲ ਸਬਜੈਕਟ ਹੋਵੇ, ਜਿਸ ਬੱਚੇ ਕੋਲ ਵੀ ਕੋਈ ਨਵਾਂ ਸਬਜੈਕਟ ਹੈ ਉਹ ਤੁਸੀਂ ਕੰਟੈਕਟ ਕਰੋ, ਉਹ ਆਪਣੇ ਆਪ ਤੁਹਾਡਾ ਕਨਵੇ ਕਰਨ ਲਈ ਅਸੀਂ ਬੈਠੇ ਹਾਂ, ਜਿਵੇਂ ਡਿਪਾਰਟਮੈਂਟ ਦੇ ਪੱਧਰ 'ਤੇ ਇਹਨਾਂ ਨੇ ਗੱਲ ਕੀਤੀ। ਇੱਕ ਲਿਬਰਲ ਕਿਸਮ ਦਾ ਮਾਹੌਲ ਚਾਹੀਦਾ ਉਸ ਵਿੱਚ, ਜਿਸ ਬੱਚੇ ਕੋਲ, ਮੈਂ ਫਿਰ ਬਾਰ ਬਾਰ ਕਹਿ ਰਿਹਾ, ਅਸੀਂ ਪਟਕਥਾ 'ਤੇ ਕੰਮ ਕਰ ਰਹੇ ਹਾਂ, ਜਿਨ੍ਹਾਂ ਕੋਲ ਕੋਈ ਸਬਜੈਕਟ ਹੈ, ਡਿਫਰੈਂਟ ਸਬਜੈਕਟ, ਪੰਜਾਬ 'ਚ ਬਹੁਤ ਸਾਰੇ ਸਬਜੈਕਟ ਨੇ, ਉਹ ਸਬਜੈਕਟ ਤੁਸੀਂ ਕਮਿਊਨੀਕੇਟ ਕਰੋ। ਜਦੋਂ ਤੁਹਾਡਾ ਸਬਜੈਕਟ ਪ੍ਰਵਾਨ ਹੋ ਗਿਆ, ਉਸ ਤੋਂ ਬਾਅਦ ਸਕਰੀਨ ਪਲੇ ਰਾਈਟਿੰਗ ਲਈ ਕਿਸੇ ਤੋਂ ਲਿਖਾ ਲਿਆ ਜਾਏਗਾ, ਪਰ ਤੁਹਾਡਾ ਵਿੱਚ ਕ੍ਰੈਡਿਟ ਹੋਏਗਾ। ਦੂਸਰਾ, ਅਸਿਸਟੈਂਟ ਸਿਰਫ ਡਾਇਰੈਕਟਰਾਂ ਦੇ ਨਹੀਂ ਹੁੰਦੇ, ਲੇਖਕ ਦੇ ਵੀ ਅਸਿਸਟੈਂਟ ਹੁੰਦੇ ਨੇ। ਤਾਂ ਤੁਸੀਂ ਕਿਸੇ ਲੇਖਕ ਦੇ ਨਾਲ ਅਸਿਸਟੈਂਟ ਬਣ ਕੇ ਕੰਮ ਕਰੋ, ਤਾਂ ਤੁਹਾਨੂੰ ਫਿਲਮ ਲਿਖਣ ਦੀ ਜਾਂਚ ਆਏਗੀ। ਸੋ ਇਹ ਆਸਪੈਕਟ ਬਹੁਤ ਜ਼ਰੂਰੀ ਹੈ, ਅਤੇ ਕੋਈ ਚਿੰਤਾ ਦੀ ਗੱਲ ਨਹੀਂ। ਜਿਵੇਂ ਇਹਨਾਂ ਨੇ ਕਿਹਾ ਕਿ ਮਿੰਨਤਾਂ ਪਾਉਣ ਦੀ ਲੋੜ ਨਹੀਂ, ਪੰਜਾਬੀ ਡਿਪਾਰਟਮੈਂਟ ਉਹ ਸਾਰਾ ਕੰਮ ਹੀ ਕਰ ਰਿਹਾ, ਆਹ ਸਾਰੀ ਅਸੀਂ ਬੈਠੇ ਹਾਂ। ਸੋ ਜਿਹਦੇ ਕੋਲ ਵੀ ਅੰਦਰ ਕੋਈ ਅੱਗ ਭੜਕਦੀ ਹੈ ਉਹ ਆਓ, ਪਰ ਆਪਣੇ ਵੱਲੋਂ ਬਣੇ ਬਣਾਏ ਲੇਖਕ ਬਣ ਕੇ ਜਿਹੜੇ ਸਕ੍ਰਿਪਟ ਲੈ ਕੇ ਆਉਣਗੇ ਉਵੇਂ ਹੀ ਹੋਣਗੇ ਜਿਵੇਂ ਗਾਇਕਾਂ ਕੋਲ ਗੀਤਕਾਰਾਂ ਦੀਆਂ ਕਾਪੀਆਂ ਤੁਰੀਆਂ ਫਿਰਦੇ ਆ। ਸੋ ਕਾਪੀਆਂ ਨਹੀਂ ਤੁਰਨੀਆਂ, ਜਿਵੇਂ ਸਾਨੂੰ ਕਈ ਆਈ ਕਹਿੰਦੇ ਨੇ, ਕਈ ਪ੍ਰੋਡਿਊਸਰ ਨੂੰ ਵੀ ਉਹ ਚਿੜ ਜਾਂਦਾ। ਪਹਿਲੀ ਗੱਲ ਤਾਂ ਸਾਨੂੰ ਹਾਸੀ ਵੀ ਆ ਜਾਂਦੀ, ਉਹ ਚਾਹੇ ਉਹਨੇ ਸੀਰੀਅਸਲੀ ਬਹੁਤ ਵਧੀਆ ਕੰਮ ਕੀਤਾ ਹੋਵੇ। ਭਾਜੀ ਮੈਂ 8 ਫਿਲਮਾਂ ਲਿਖੀਆਂ ਪਈਆਂ ਨੇ, ਮੈਂ ਤਾਂ ਇੰਨੇ ਸਾਲਾਂ 'ਚ 8 ਨਹੀਂ ਲਿਖ ਸਕਿਆ, ਤੂੰ 8 ਕਿੱਥੋਂ ਲਿਖੀ ਫਿਰਦਾ ਫਿਲਮਾਂ? ਤੈਨੂੰ ਕਿਹਨੇ ਕਿਹਾ ਫਿਲਮਾਂ ਲਿਖਣੀਆਂ ਨੇ? 8 ਕਿਹਦੇ ਲਈ ਲਿਖੀ ਹੈ? ਇਹਦੇ ਵਿੱਚ ਸਾਰੀ ਇਕਨੋਮੀ ਹੈ, ਸਾਰਾ ਕੁਛ ਮੈਨੇਜਮੈਂਟ ਹੈ। ਤੁਸੀਂ 8 ਆਈਡੀਏ ਇਕੱਠੇ ਕਰੋ, 16 ਆਈਡੀਏ ਇਕੱਠੇ ਕਰੋ, ਆਪਣੇ ਆਈਡੀਏ ਨੂੰ ਆਪਣੇ ਬੱਚੇ ਵਾਂਗ ਸਾਂਭ ਕੇ ਰੱਖੋ, ਉਹਨੂੰ ਫਿਰ ਜਦੋਂ ਤੁਸੀਂ ਕਿਸੇ ਕੋਲ ਜਾਓਗੇ ਤੁਸੀਂ ਕਿਵੇਂ ਸ਼ੇਅਰ ਕਰਨਾ। ਜਿਵੇਂ ਜਸ ਨੇ ਕਿਹਾ ਕਿ ਅਸੀਂ ਕੀ ਗਲਤੀਆਂ ਕੀਤੀਆਂ ਨੇ, ਕੀ ਸਿੱਖਿਆ, ਉੱਥੋਂ ਜੇ ਤੁਸੀਂ ਕਿਸੇ ਨਾਲ ਕੰਮ ਕਰੋਗੇ, ਅਸਿਸਟ ਕਰੋਗੇ, ਤੁਹਾਨੂੰ ਸਾਰੀਆਂ ਗੱਲਾਂ 1 ਮਹੀਨੇ 'ਚ 40 ਦਿਨਾਂ 'ਚ ਸਾਰੀਆਂ ਗੱਲਾਂ ਕਲੀਅਰ ਹੋ ਜਾਣਗੀਆਂ। ਸੋ ਉਸ ਗੱਲ ਨੂੰ ਫੋਲੋ ਕਰਕੇ ਚਲੋ। ਹਾਂਜੀ ਹਾਂਜੀ, ਪਲੀਜ਼ ਇੱਕ ਚੀਜ਼ ਭਾਅ ਜੀ ਨਾਲ ਵੀ ਜ਼ਰੂਰ ਹੋਈ ਹੋਊਗੀ, ਮੇਰੇ ਨਾਲ ਬਹੁਤ ਜ਼ਿਆਦਾ ਹੋ ਰਹੀ ਹੈ। ਮੈਨੂੰ ਫੋਨ ਆਉਂਦੇ ਨੇ ਬੱਚਿਆਂ ਦੇ, ਨਹੀਂ ਸਿਆਣੇ ਪਿਆਣੇ ਬੰਦਿਆਂ ਦੇ ਵੀ, ਕੈਨੇਡਾ ਤੋਂ ਕਿਤੋਂ, ਹਾਂ, ਉਹ ਕਹਿਣਗੇ ਜੀ ਮੇਰੇ ਕੋਲ ਕਹਾਣੀ ਲਿਖੀ ਪਈ ਆ ਭਾਅ ਜੀ। ਮੈਂ ਕਿਹਾ ਠੀਕ ਹੈ ਜੀ, ਚੰਗੀ ਗੱਲ ਲਿਖੀ ਪਈ ਆ। ਕਹਿੰਦੇ ਜੀ ਤੁਸੀਂ ਮੇਰੀ ਕਹਾਣੀ ਯੂਜ਼ ਕਰ ਲਓ, ਫਿਲਮ ਬਣਾ ਲਓ, ਅਤੇ ਚਾਹੇ ਮੇਰਾ ਨਾਂ ਨਾ ਦਿਓ, ਚਾਹੇ ਵਿੱਚ ਸਪੈਸ਼ਲ ਥੈਂਕਸ ਦੇ ਦਿਓ, ਮੇਰੇ ਕੋਲ ਕਹਾਣੀ ਲਿਖੀ ਪਈ ਹੈ।
ਮੈਂ ਉਹ ਕਹਿੰਦਾ ਵੀ ਤੁਹਾਨੂੰ ਕੀ ਲੱਗਦਾ ਤੁਹਾਡੇ ਕੋਲ ਹੀ ਕਹਾਣੀ ਹੈ? ਸ਼ਾਇਦ ਸ਼ਾਇਦ ਹਰ ਗਲੀ ਦੇ ਵਿੱਚ 10 ਬੰਦੇ ਰਹਿੰਦੇ ਨੇ ਜਿਹਨਾਂ ਕੋਲ ਇੱਕ ਕਹਾਣੀ ਹੈ ਕਹਿਣ ਨੂੰ। ਸੋ ਗੱਲ ਉਹੀ ਹੈ ਵੀ ਕਹਾਣੀ ਹੋ ਜਾਣਾ ਹੀ ਵੱਡੀ ਗੱਲ ਨਹੀਂ ਹੈ, ਕਹਾਣੀ ਨੂੰ ਨਿਭਾਉਣਾ ਕਿਵੇਂ ਇਹ ਬਹੁਤ ਵੱਡੀ ਗੱਲ ਹੈ। ਅੰਤ ਦੇ ਵਿੱਚ ਮੇਰੀ ਹੁਣ ਟਾਈਮ ਹੋ ਗਿਆ ਯਾਰ, 5:07 ਹੋ ਗਿਆ, ਹੁਣ ਨਹੀਂ ਆਪਾਂ, ਤੁਸੀਂ ਬਾਅਦ 'ਚ ਕਰ ਲਿਓ ਇੱਥੇ ਨਹੀਂ ਆਉਣਾ। ਸਿਰਫ ਇੱਕ ਤਾਂ ਵਾਅਦਾ ਲੈਣਾ ਜਸ ਗਰੇਵਾਲ ਹੋਰਾਂ ਤੋਂ ਕਿ ਅਗਲੀ ਵਾਰ ਜਦੋਂ ਜੇ ਇਕੱਠੇ ਹੋਏ ਤਾਂ ਕਿਤਾਬ ਉਹ ਛਾਪ ਕੇ ਆਇਓ ਜੀ, ਤੁਸੀਂ ਅਨੁਭਵ ਲਿਖਣਾ ਇੱਥੇ ਰਿਲੀਜ਼ ਕਰਾਂਗੇ। ਸਰ ਜੇ ਤਾਂ ਤੁਸੀਂ ਕਹੋ ਮੈਂ ਓਰਲ ਬੁੱਕ ਦੇ ਦਾਂ, ਮੈਂ ਬੋਲ ਦਿੰਦਾ ਜੇ ਤੁਸੀਂ ਕਿਸੇ ਮੁੰਡੇ ਤੋਂ ਲਿਖਵਾ ਲਓ, ਕੋਈ ਇਸ਼ੂ ਨਹੀਂ ਹੈਗਾ, ਇਹ ਤਾਂ ਕੋਈ ਮਸਲਾ ਹੀ ਹੈ ਨਹੀਂ। ਉਹ ਤਾਂ ਮੈਂ ਕੱਲ ਨੂੰ ਇਹ ਕਰ ਜਾਣਾ। ਇਹ ਹੋ ਗਈ ਗੱਲ ਬਈ ਆਪਾਂ। ਇੱਕ ਦੂਸਰੀ ਮੇਰੀ ਮਨ 'ਚ ਬਹੁਤ ਦੇਰ ਦੀ ਗੱਲ ਸੀ ਕਿ ਪੰਜਾਬੀ ਦੇ ਵਿੱਚ ਸਕਰੀਨ ਪਲੇ ਲਿਖੇ ਹੋਏ ਨਹੀਂ ਮਿਲਦੇ, ਕਈ ਵਾਰ ਗੱਲ ਹੋਈ ਆ, ਅਤੇ 3 ਸਕਰੀਨ ਪਲੇ ਰਾਈਟਰ ਤਾਂ ਬੈਠੇ ਹੀ ਨੇ। ਅਸੀਂ ਅੰਬਰ ਦੀ ਇੱਕ ਫਿਲਮ ਲੈ ਲਈਏ, ਜਗਦੀਪ ਸਿੱਧੂ ਦੀ ਲੈ ਲਈਏ, ਤੁਸੀਂ ਸਾਡੀ ਹੈਲਪ ਕਰੋ, ਅਸੀਂ ਉਹਨਾਂ ਸਕਰੀਨ ਪਲੇਸ ਨੂੰ ਐਡਿਟ ਕਰਕੇ ਛਾਪ ਦਈਏ ਤਾਂ ਕਿ ਸੰਗਤ ਨੂੰ ਇਹ ਪਤਾ ਲੱਗੇ ਕਿ ਹੁੰਦੀ ਕੀ ਇਹ ਚੀਜ਼ ਸੀ। ਸਰ ਉੱਥੇ ਵੀ ਮੈਂ ਇੱਕ ਗੱਲ ਕਹਿਣੀ ਚਾਹੂੰਗਾ, ਉਹ ਭਾਅ ਜੀ ਲਾਉਣ ਲਈ ਅੰਬਰ ਉਹਨਾਂ ਲਈ ਵੀ ਸਹੂਲਤ ਹੋਊਗੀ, ਸਾਨੂੰ ਨਹੀਂ ਪਤਾ ਵੀ ਉਹ ਜਿਹੜੀਆਂ ਅਸੀਂ ਲਿਖੀਆਂ ਸੀ ਉਹ ਹੁਣ ਕਿੱਥੇ ਕਿਹੜੇ ਲੈਪਟੋਪ 'ਚ ਪਈਆਂ ਨੇ, ਜਾਂ ਉਹ ਉਸ ਪੇਜ 'ਤੇ ਮੁਕੰਮਲ ਵੀ ਹੈ ਜਾਂ ਕੁਛ। ਬਹੁਤ ਕੁਛ ਨਾ ਬਹੁਤ ਇੰਪਰੋਵਾਈਜ਼ ਹੁੰਦਾ ਉਹ ਮੌਕੇ 'ਤੇ, ਠੀਕ ਆ, ਉਹ ਕਿਤੇ ਲਿਖਤੀ ਹੁੰਦਾ ਹੀ ਨਹੀਂ। ਅੰਬਰ ਦਾ ਤਾਂ ਖਾਸ ਕਰ ਹੈ ਨਾ, ਅੰਬਰ ਦਾ ਤਰੀਕਾ ਹੋਰ ਆ, ਭਾਈ ਦਾ ਹੋਰ ਆ, ਮੇਰਾ ਹੋਰ ਆ। ਤੁਸੀਂ ਉੱਥੇ ਵੀ ਫਿਰ ਕਿਸੇ ਸਟੂਡੈਂਟ ਦੀ ਹੀ ਡਿਊਟੀ ਲਾਓ ਕਿ ਉਹ ਸਾਡੇ ਤੋਂ ਜਿੰਨਾ ਮਰਜ਼ੀ ਪੁੱਛੇ, ਚਾਹੇ ਸਾਡੇ ਨਾਲ ਆ ਕੇ ਰਹੇ ਉੱਥੇ, ਮੇਰੇ ਘਰੇ ਆ ਕੇ ਰਹਿ ਲਵੇ, ਠੀਕ ਆ, ਉਹ ਜਿੰਨਾ ਮਰਜ਼ੀ ਪੁੱਛੇ, ਜੇ ਉਹਨੇ ਮੇਰੀ ਦਾਣਾ ਪਾਣੀ ਆ, ਮੇਰੀ ਜੱਟ ਜੇ ਗਾਉਣ ਲਿਖਣੀ ਆ, ਤਾਂ ਮੇਰੇ ਤੋਂ 1000 ਸਵਾਲ ਕਰ ਲਵੇ, ਪਰ ਲਿਖੋ ਆਪਦੇ ਤਰੀਕੇ ਨਾਲ, ਲਾਏ ਉਹ ਵੀ ਸਿੱਖ ਜਾਏਗਾ, ਸਾਡਾ ਵੀ ਕੰਮ ਹੋ ਜਾਏਗਾ, ਸਾਰਿਆਂ ਦਾ ਹੋ ਜਾਏਗਾ। ਕਿਉਂ ਮੈਂ ਤੁਹਾਨੂੰ ਅਸੀਸ ਦਿੱਤੀ, ਤੁਸੀਂ ਅਸੀਸ ਦੀ ਸਕ੍ਰਿਪਟ ਰੱਖ ਲਓ ਸਾਰੀ, ਮੇਰਾ ਖਿਆਲ ਆਪਾਂ ਦੋ ਚੀਜ਼ ਮੇਰੇ ਕੋਲ ਬਾਈਂਡ ਸਕ੍ਰਿਪਟ ਪਈ ਹੈ, ਮੈਂ ਤੁਹਾਨੂੰ ਉਹ PDF ਭੇਜ ਦਾਂਗਾ, ਤੁਸੀਂ ਤਾੜੀਆਂ ਹੋ ਜਾਣਾ ਇਸ ਗੱਲ ਤੇ। ਥੈਂਕ ਯੂ ਸਰ। ਸਾਡੇ ਇੱਥੇ ਇਸ ਪ੍ਰੋਗਰਾਮ ਦਾ ਸਮਾਂ ਜੀ ਹੁਣ ਲਗਭਗ ਖਤਮ ਹੈ, ਅਸੀਂ ਵੱਧ ਹੀ ਸਮਾਂ ਲੈ ਲਿਆ, ਅਤੇ ਪ੍ਰੋਗਰਾਮ ਦੇ ਅਖੀਰ 'ਤੇ ਸਾਡੇ NBT ਤੋਂ ਸਾਡੇ ਇਸ ਪ੍ਰੋਗਰਾਮ ਦੇ ਸਹਾਇਕ ਸੁਖਵਿੰਦਰ ਸਿੰਘ ਜੀ ਸਾਰਿਆਂ ਦਾ ਧੰਨਵਾਦ ਕਰਨਗੇ। ਸੁਖਵਿੰਦਰ ਸਿੰਘ ਜੀ, ਇੱਕ ਮਿੰਟ ਦੋ ਅਨਾਊਂਸਮੈਂਟਸ ਵੀ ਨੇ, ਸੁਖਵਿੰਦਰ ਸਿੰਘ। ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦੇ ਅੱਜ ਦੂਸਰੇ ਦਿਨ ਤਿੰਨੋਂ ਸੈਸ਼ਨਾਂ ਦੇ ਵਿੱਚ ਤੁਸੀਂ ਸਾਰਿਆਂ ਨੇ ਬਹੁਤ ਭਰਵੀਂ ਸ਼ਮੂਲੀਅਤ ਕੀਤੀ ਆ। ਸੋ ਮੈਂ ਉਹਦੇ ਵਾਸਤੇ ਸਾਰੇ ਤਿੰਨੋਂ ਸੈਸ਼ਨਾਂ ਦੇ ਵਿੱਚ ਭਾਗ ਲੈਣ ਵਾਲੇ ਪੈਨਲਿਸਟ ਔਰ ਇਸ ਪ੍ਰੋਗਰਾਮ ਨੂੰ ਜਿਹੜਾ ਨੇਪਰੇ ਚੜ੍ਹਨ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ, ਹੋਰ ਜਿਹੜੇ ਅਧਿਕਾਰੀ ਵਿਭਾਗ ਆ ਔਰ ਪੰਜਾਬੀ ਅਕੈਡਮੀ ਦਿੱਲੀ ਅਤੇ ਨੈਸ਼ਨਲ ਬੁੱਕ ਟਰੱਸਟ ਦਿੱਲੀ ਵੱਲੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇੱਕ ਛੋਟੀ ਜਿਹੀ ਬੇਨਤੀ ਆ, ਨੈਸ਼ਨਲ ਬੁੱਕ ਟਰੱਸਟ ਦਿੱਲੀ ਦੀ 35 ਨੰਬਰ ਸਟਾਲ ਆ, ਸੋ ਉੱਥੇ ਤੁਸੀਂ ਜਾਓ, ਉੱਥੇ ਤੁਹਾਨੂੰ ਬੱਚਿਆਂ ਨਾਲ ਰਿਲੇਟਡ ਅਤੇ ਪੰਜਾਬੀ ਦੇ ਨਾਲ ਰਿਲੇਟਡ ਹੋਰ ਵੱਖ ਵੱਖ ਸਬਜੈਕਟਾਂ ਦੇ ਨਾਲ ਰਿਲੇਟਡ ਤੁਹਾਨੂੰ ਜਿਹੜੀਆਂ ਕਿਤਾਬਾਂ ਉਹ ਮਿਆਰੀ ਅਤੇ ਸਸਤੀਆਂ ਤੁਹਾਨੂੰ ਦੇਖਣ ਨੂੰ ਮਿਲਣੀਆਂ। ਸੋ ਆਪ ਸਭ ਦਾ ਸਾਰੇ ਪੈਨਲ